ਖਣੇ ਨਹੀਂ ਭੁੱਲ ਸਕਦੀ ਉਹ ਦਿਨ ਕਿਉਂਕਿ ਉਸ ਦਿਨਾਂ ਚ ਮੇਰੇ ਜਿਹੜੇ ਬੱਚੇ ਮੈਂ ਛੋਟੇ ਛੋਟੇ ਪਾਲੇ ਹੋਏ ਸੀ ਨਾ ਨਿੱਕੇ ਨਿੱਕੇ ਮਤਲਬ ਕਿ ਉਹ ਸਾਲ ਵੀ ਨਹੀਂ ਜੀਏ ਉਹ ਗਰਮੀ ਨਹੀਂ ਬਰਦਾਸ਼ਤ ਕਰ ਸਕੇ ਮੰਨਦੇ ਕਿ ਖੇਤਾਂ ਚ ਜਾਣਾ ਪਤ ਨਹੀਂ ਚੂਹੇ ਖਾ ਲਏ ਉਹਨਾਂ ਨੇ ਦਵਾਈਆਂ ਆਲੇ ਕਿਵੇਂ ਕੀ ਹੋਇਆ ਉਹਨਾਂ ਨਾਲ ਉਹ ਸਾਰੇ ਮੰਨਦੇ ਕਿ ਖਤਮ ਹੋ ਹੀ ਗਏ ਠੀਕ ਹੈ ਨਾ ਉਸ ਤੋਂ ਬਾਅਦ ਫਿਰ ਕਿਸ਼ਤਾਂ ਤੇ ਜ਼ਮੀਨ ਲਈ ਆਪਾਂ ਸਾਹਮਣੇ ਵਾਲਾ ਜਿਹੜਾ ਤੁਸੀਂ ਪੋਰਸ਼ਨ ਦੇਖ ਰਹੇ ਹੋ ਨਾ ਉਹ ਕਿਸ਼ਤਾਂ ਦੇ ਲਈ ਆਪਾਂ ਦੇਖੋ ਵਕਤ ਉਹ ਵੀ ਤੁਸੀਂ ਦੇਖਿਆ ਜਦੋਂ ਵਿਆਸ ਤੇ ਪੈਸੇ ਚੁੱਕੇ ਹਾਂ ਪਿਆ ਮੈਂ ਆਪਣੇ ਮਕਾਨ ਘਰ ਦਾ ਮਕਾਨ ਗਿਰਵੀ ਰੱਖਿਆ ਹੋਇਆ ਸੀ ਅੱਛਾ ਜਦੋਂ ਲੋਕਡਾਉਨ ਸੀ 2 ਲੱਖ ਰੁਪਏ ਦੀ ਅੱਜ ਉਹ ਵੀ ਟਾਈਮ ਉਹ ਵੀ ਛੋਟਿਆ ਹੋਇਆ ਹੈ ਅੱਜ ਜੇ ਅਗਰ ਬੈਂਕਾਂ ਸੇਨ ਨਾ ਹੁੰਦੇ ਤਾਂ ਮੈਂ ਵੀ ਕਿਸੇ ਅਨਾਥ ਆਸ਼ਰਮ 'ਚ ਬੈਠੀ ਹੁੰਦੀ ਅੱਜ ਮੈਂ ਇਹਨਾਂ ਦੇ ਆਸ਼ਰਮ 'ਚ ਬੈਠੀ ਹਾਂ ਕਿੱਦੀ ਵੱਡੀ ਗੱਲ ਕਹੀ ਤੁਸੀਂ ਕਿ ਮੈਂ ਅੱਜ ਇਹਨਾਂ ਦੇ ਆਸ਼ਰਮ 'ਚ ਬੈਠੀ ਹਾਂ ਨੇ ਤਾਂ ਕਿਤੇ ਨਾਥ ਆਸ਼ਰਮ ਜਾਂ ਅਵਿਦਾ ਆਸ਼ਰਮ 'ਚ ਬੈਠੀ ਮੈਂ ਬੈਠੀ ਹੋਣਾ ਸੀ ਕਸਮ ਐ ਪੋਟਿਸ ਹਸਪੀਟਲ 'ਚ ਸਕورٹی ਗਾਰਡ ਦੀ ਨੌਕਰੀ ਕਰਦੀ ਸੀ ਜਦੋਂ ਮੇਰੇ ਲੁਧਿਆਣਾ ਦੇ ਵਿੱਚ ਲੁਧਿਆਣੀ ਜੀ ਠੀਕ ਐ ਤੇ ਸੱਸ ਮੇਰੀ ਕਹਿੰਦੀ ਸੀ ਪਰ ਕਿਹੜੇ ਕੁੱਤੇ ਕੰਮ ਕਰਦੀ ਚਲੋ ਟਾਈਮ ਵੀ ਮੇਰੇ ਬੈਗ ਦੇ ਵਿੱਚ ਆਪਣੇ ਲਈ ਖਾਣਾ ਘਾਟ ਇਹਨਾਂ ਲਈ ਜ਼ਿਆਦਾ ਹੁੰਦਾ ਸੀ ਬਿਸਕੁਟ ਵਗੈਰਾ ਪਾਣ ਦੇ ਜਾਣਾ ਪਾਣ ਦੇ ਮਤਲਬ ਕਿ ਆਣਾ ਕਿਤੇ ਵੀ ਕਿਸੇ ਨੂੰ ਮਾਰ ਦੇ ਦੇਖਣਾ ਨਾਲ ਲੜ ਪੈਣਾ ਜੇ ਮੈਂ ਬੈਠੀ ਆ ਨਾ ਇੱਥੇ ਇਹਨਾਂ ਨੇ ਬੈਠੇ ਰਹਿਣਾ ਜੇ ਮੈਂ ਕਿਤੇ 2 ਮਿੰਟ ਲਈ ਵੀ ਗਈ ਆ ਨਾ ਇਹਨਾਂ ਨੇ ਬਾਹਰ ਹੀ ਚੱਕ ਕੇ ਜਾਣਾ ਸਾਡੀ ਮਾਂ ਕਦੋਂ ਆਉਗੀ ਔਰ ਮੈਂ ਕਹਿੰਨੀ ਆ ਕਿ ਬਾਬਾ ਤਾਂ ਰੋਣ ਲੱਗ ਜਾਂਦਾ ਜੇ 1 ਮਿੰਟ ਲਈ ਵੀ ਮੈਂ ਜਾਵਾਂਗੀ ਐਸੀ ਮਾਂ ਪਤਾ ਨਹੀਂ ਰੱਬ ਨੇ ਮੈਨੂੰ ਕਿਉਂ ਚੁਣਿਆ ਪਰ ਮੈਨੂੰ ਐਸਾ ਉਹਨਾਂ ਨੇ ਮਤਲਬ ਕਿ ਚੁਣਿਆ ਹੈ ਨਾ ਕਿ ਮੈਂ ਤੁਰੇ ਜਾਂਦੇ ਬੱਚੇ ਨੂੰ ਪਛਾਣ ਲੈਣੀ ਹੈ ਵੀ ਇਹਨੂੰ ਕੀ ਪ੍ਰੋਬਲਮ ਹੈ ਹਾਲਾਂਕਿ ਮੈਂ ਇਨੀ ਪੜ੍ਹੀ ਲਿਖੀ ਨਹੀਂ ਆ ਬੜੇ ਦਿਨ ਦੇਖਿਆ ਮੈਮ ਗਰੀਬੀ ਵੀ ਚੱਲੀ ਐ ਸਭ ਕੁਝ ਚੱਲਿਆ ਮੇਰੇ ਘਰ ਇਹਨਾਂ ਦਾ ਸਾਥ ੜਿਆ ਇਹਨਾਂ ਦਾ ਆਸ਼ੀਰਵਾਦ ੜਿਆ ਤੇ ਅੱਜ ਆਪਾਂ ਤੇ ਅੱਜ ਜਿੰਨ ਪਹੁ ਪਹਿਲਾਂ ਤਾਂ ਹਾਂ ਕਰਤੀ ਫਿਰ ਬਾਅਦ ਚ ਕਲੇਸ਼ ਹੋ ਗਿਆ ਸ਼ੁਰੂ ਹਾਂ ਜਾਂ ਤਾਂ ਕੁੱਤੇ ਰਹਿਣਗੇ ਜਾਂ ਤਾਂ ਮੈਂ ਰੂੰ ਜਿੰਵੇਂ ਉੱਥੋਂ ਵੀ ਨਿਕਲਣਾ ਪਿਆ ਮੇਰੀ ਬਣੀ ਬਣਾਈ ਦੁਨੀਆ ਸਾਰੀ ਉਜੜ ਗਈ ਔਰ ਜ਼ਿਆਦਾਤਰ ਨਸਲ ਵਾਲੇ ਬੱਚੇ ਕਿਤੇ ਨਾ ਕਿਤੇ ਪ੍ਰੋਬਲਮ ਦੇ ਵਿੱਚ ਨੇ ਪ੍ਰੋਬਲਮ ਦੇ ਵਿੱਚ ਕੋਈ ਅਪਾਹਜ ਹੈ ਕੋਈ ਬਜ਼ੁਰਗ ਹੈ ਕਿਸੇ ਨੂੰ ਟਿਊਮਰ ਹੈ ਕਿਸੇ ਨੂੰ ਦੌਰੇ ਪੈਂਦੇ ਆ ਮੰਨ ਲਓ ਕਿ ਕੋਈ ਬਲਾਈਂਡ ਹੈ ਕੋਈ ਬਾਹਰ ਚਲੇ ਕੇ ਛੱਡ ਗਏ ਜੀ ਔ ਘਮਕਮਾ ਕੇ ਆਉਣੇ ਆਪਣੇ ਸ਼ੈਲਟਰ ਚ ਹੀ ਆ ਇੱਕ ਲੁਧਿਆਣਾ ਦੇ ਚ ਕਿ ਪੰਜਾਬ ਚ ਕੋਈ ਸ਼ੈਲਟਰ ਹੋਊਗਾ ਜਿਹੜੀ ਪੂਜਾ ਰੱਖਦੀ ਹੋਊਗੀ ਇਹ ਜਿਹੜੀ ਡੋਗੀ ਅੱਜ ਜਦੋਂ ਨਵਾਂ ਡੱਗੀ ਹੁੰਦਾ ਨਾ ਜਦੋਂ ਉਹ ਰੋਂਦਾ ਆ ਆਪਣੇ ਮਾਲਕ ਨੂੰ ਯਾਦ ਕਰਕੇ ਜਿਵੇਂ ਕਿ ਗਲੀਆਂ 'ਚ ਛੱਡਿਆ ਹੋਇਆ ਫੇਰ ਜ਼ਰੂਰ ਆ ਇੱਕ ਰੋਂਦਾ ਤਾਂ ਸਾਰਾ ਟੱਬਰ ਹੀ ਰੋਣ ਲੱਗ ਜਾਂਦਾ ਫੇਰ ਮੱਲੇ 'ਚੋਂ ਫੋਨ ਕਰਦੇ ਆ ਮੈਨੂੰ ਨੰਬਰ ਮੇਰਾ ਸਭ ਕੋ ਲਿਆ ਔਰ ਮੈਂ ਜੀ ਚੁੱਪ ਕਰਾ ਲਓ ਇਹਨਾਂ ਨੂੰ ਲੋਕਾਂ 'ਚ ਇਨਸਾਨੀਅਤ ਖਤਮ ਹੋ ਚੁੱਕੀ ਹੈ ਹੈ ਨਹੀਂ ਓ ਆਪਣੀ ਲੁੱਕ ਕੀ ਆਪਣੇ ਹੀ ਮਾਪਾਪ ਨੂੰ ਅਨਾਥਾ ਸ਼ਰਮ ਛੱਡੀ ਜਾ ਰਹੇ ਨੇ ਭਰਾ ਭਰਾ ਨੂੰ ਮਾਰ ਦਿੰਦਾ ਜਾਇਦ ਪਿੱਛੇ ਤਾਂ ਵਿਚਾਰੇ ਬੇ ਬੇਜਬਾਨ ਇਹਨਾਂ ਦੇ ਕੌਣ ਸੱਕਾ ਬਣੇਗਾ ਬਣੇਗਾ ਕੋਈ ਕੋਈ ਨਹੀਂ ਬਣ ਸਕਦਾ ਸੱਕਾ ਡੌਗ ਲਵਰ ਕਹਿਣ ਦੀ ਗੱਲਾਂ ਨੇ ਜੀ ਇੱਕ ਰਾਤ ਵੀ ਅਗਰ ਜ਼ਖਮੀ ਡੌਗੀ ਉਹਨਾਂ ਨੂੰ ਘਰ ਚ ਰੱਖਣਾ ਪੈ ਜੇ ਨਾ ਤਾਂ ਏਡੀ ਵੱਡੀ ਪ੍ਰੋਬਲਮ ਹੋ ਜਾਂਦੀ ਹੈ ਇੰਨਾ ਕੁ ਵੀ ਜ਼ਖਮ ਹੋਵੇ ਨਾ ਇੰਨਾ ਕੁ ਵੀ ਤੇ ਸ਼ੈਲਟਰ ਵੀ ਮੰਗਦੇ ਆ ਉਹ ਇੰਨਾ ਕੁ ਜ਼ਖਮ ਤਾਂ ਆਪਾਂ ਘਰ ਵੀ ਠੀਕ ਕਰ ਸਕਦੇ ਬੱਚੇ ਦਾ ਹੂੰ ਲੋਕ ਭੁੱਲ ਜਾਂਦੇ ਲੋਕ ਕੁੱਤੇ ਨਹੀਂ ਕੁੱਤੇ ਨਿੱਨਾ ਹੈਗੇ ਫਿਰ ਵੀ ਵਫਾਦਾਰ ਨਹੀਂ ਹੈਗੇ ਇੰਨਾ ਚਿਰ ਬੇਵਫਾਈ ਕਿੰਨੀ ਹੈ ਇਹ ਇਨਸਾਨ ਨਹੀਂ ਹੈਗੇ ਇੰਨਾ ਚ ਵਫਾਦਾਰੀ ਬਹੁਤ ਹੈ ਹੂੰ ਅੱਛਾ ਲੋਕ ਕਦੀ ਸੱਪ ਵੀ ਨਹੀਂ ਬਣੇ ਹੋਣਗੇ ਫਿਰ ਵੀ ਡੰਗ ਮਾਰਨਾ ਸਿੱਖ ਗਏ ਸਹੀ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਨਾਲ ਮੇਰਾ ਰੱਬ ਜੁੜਿਆ ਹੂੰ ਜਿੰਨੇ ਮੈਨੂੰ ਤਕਲੀਫ ਵੀ ਦਿੱਤੀ ਤਕਲੀਫ ਦੇ ਕੇ ਮੈਨੂੰ ਇਹ ਵੀ ਸਿਖਾਇਆ ਕਿ ਚਿਰਨਲ ਇਨਸਾਨ ਨਹੀਂ ਤੇਰੇ ਆਪਣੇ ਨਹੀਂ ਰਹਿਣਗੇ ਸਿਆਣੇ ਕਹਿੰਦੇ ਨੇ ਸੱਪ ਵਿੱਚੂ ਜ਼ਹਿਰੀਲੇ ਨੇ ਸ਼ੇਰ ਚੀਤੇ ਖੁੰਖਾਰ ਨੇ ਪਹਾੜ ਉੱਚੇ ਨੇ ਸਮੁੰਦਰ ਡੁੰਗੇ ਨੇ ਹਵਾਵਾਂ ਤੇਜ਼ ਠੰਡੀਆਂ ਤੇ ਤੱਤੀਆਂ ਨੇ ਹਰ ਚੀਜ਼ ਆਪਣੀ ਥਾਂ ਤੇ ਸਹੀ ਹੈ ਬਸ ਇੱਕ ਇਨਸਾਨ ਨੂੰ ਛੱਡ ਕੇ ਕੁਦਰਤ ਆਪਣਾ ਰੋਲ ਪਲੇ ਕਰ ਰਹੀ ਹੈ ਕੁਦਰਤ ਬਹੁਤ ਕੁਝ ਦੇ ਰਹੀ ਹੈ ਪਰ ਇਨਸਾਨ ਕੀ ਦੇ ਰਿਹਾ ਹੈ ਇਨਸਾਨ ਜੇ ਕੁਦਰਤ ਤੋਂ ਲੈ ਰਿਹਾ ਤੇ ਬਹੁਤ ਕੁਝ ਗਲਤ ਦੇ ਰਿਹਾ ਹੈ ਬਹੁਤ ਘੱਟ ਇਨਸਾਨ ਹੋਣਗੇ ਜੋ ਆਪਣੇ ਤੋਂ ਇਲਾਵਾ ਦੂਜਿਆਂ ਦੇ ਬਾਰੇ ਸੋਚਦੇ ਹੋਣਗੇ ਤੇ ਇੱਥੇ ਇਸ ਚੈਨਲ ਦੇ ਉਤੇ ਸਰਲੇਖ ਦੇ ਉਤੇ ਅਸੀਂ ਉਸ ਇਨਸਾਨ ਦੀ ਗੱਲ ਕਰਦੇ ਹਾਂ ਜੋ ਆਪਣੇ ਤੋਂ ਇਲਾਵਾ ਹੋਰਾਂ ਦੇ ਬਾਰੇ ਵੀ ਸੋਚਦੇ ਨੇ ਤੁਹਾਨੂੰ ਅੱਜ ਮਿਲਵਾਨ ਜਾਣ ਜਾ ਰਹੀਆਂ ਪੂਜਾਰਾਣੀ ਦੇ ਨਾਲ ਜਿਨ੍ਹਾਂ ਨੂੰ ਡੌਗ ਬਦਰ ਕਿਹਾ ਜਾਂਦਾ ਹੈ ਪੂਰੇ ਪੰਜਾਬ ਦੇ ਵਿੱਚ ਸ਼ਾਇਦ ਡੌਗਸ ਦੇ ਸ਼ੈਲਟਰ ਨਹੀਂ ਹੋਣਗੇ ਉਹਨਾਂ ਨੇ ਪਹਿਲਾ ਸ਼ੈਲਟਰ ਖੋਲਿਆ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਣਾਂਗੇ ਪਹਿਲੇ ਉਹਨਾਂ ਦਾ ਸਵਾਗਤ ਕਰ ਲਈਏ ਮੈਂ ਬਹੁਤ ਬਹੁਤ ਸਵਾਗਤ ਹੈ ਸ੍ਰੀ ਲੇਖਤੋਤੇ ਨਮਸਕਾਰ ਸਾਰਾ ਤੁਹਾਡੇ ਕੋਲ ਅਸੀਂ ਪਹੁੰਚੇ ਹਾਂ ਤੁਹਾਡੇ ਬਾਰੇ ਬਹੁਤ ਸੁਣਿਆ ਅਸੀਂ ਅਸੀਂ ਸਭ ਤੋਂ ਪਹਿਲੇ ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਵੈਸੇ ਤਾਂ ਅਗਰ ਗੂਗਲ ਤੇ ਸਰਚ ਕੀਤਾ ਜਾਵੇ ਤਾਂ ਸ਼ਾਇਦ ਤੁਹਾਡਾ ਨਾਮ ਆ ਜਾਵੇ ਡੌਗ ਮਦਦ ਤੇ ਪਰ ਜੋ ਤੁਸੀਂ ਦੱਸੋਗੇ ਉਹ ਕਹਾਣੀ ਬਿਲਕੁਲ ਸੱਚ ਹੁੰਦੀ ਹੈ ਆਪਣੇ ਬਾਰੇ ਥੋੜਾ ਦੱਸਿਓ ਮੇਰਾ ਨਾਮ ਪੂਜਾ ਰਾਣੀ ਹੈ ਜੀ ਹਮ ਤਾਂ ਮੈਂ ਸਭ ਤੋਂ ਸ਼ੁਰੂ ਤੋਂ ਦੱਸਦੀ ਹਾਂ ਤਾਂ ਮੈਂ 40 ਹਸਪੀਟਲ ਚ ਸਕਿਉਰਟੀ ਗਾਰਡ ਦੀ ਨੌਕਰੀ ਕਰਦੀ ਸੀ ਜਦੋਂ ਮੇਰੇ ਲੁਧਿਆਣੇ ਵਿੱਚ ਲੁਧਿਆਣੀ ਜੀ ਠੀਕ ਹੈ ਤੇ ਡੌਗ ਦਾ ਜਿਹੜਾ ਪਿਆਰ ਹੈ ਮੇਰਾ ਬਚਪਨ ਤੋਂ ਹੀ ਅਸੀਂ ਮੈਂ ਔਰ ਮੇਰਾ ਬ੍ਰਦਰ ਜੋ ਵੀ ਛੋਟਾ ਜਾਂ ਬੱਚਾ ਕਿਤੇ ਦਿਖਦਾ ਸੀ ਤਾਂ ਸੀ ਘਰੇ ਚੱਕ ਲੈਂਦੇ ਸੀਗੇ ਤੇ ਸ਼ੁਰੂ ਤੋਂ ਹੀ ਇਹਨਾਂ ਦਾ ਪਿਆਰ ਪਰ ਜਦੋਂ ਵਿਆਹ ਹੋਇਆ ਸਸਰਾਲ 'ਚ ਵੀ ਮੈਂ ਬਾਹਰ ਡੋਗਿਆਂ ਨੂੰ ਖਾਣਾ ਖੁਣਾ ਪਾਉਂਦੇ ਸੀ ਤੇ ਸੱਸ ਮੇਰੀ ਕਹਿੰਦੀ ਸੀ ਪਰ ਕਿਹੜੇ ਕੁੱਤੇ ਕੰਮ ਕਰਦੀ ਚਲੋ ਚਲੋ ਉੱਥੋਂ ਵੀ ਫਿਰ ਹਸਬੰਡ ਥੋੜੇ ਜੇ ਹੋਰ ਤਰ੍ਹਾਂ ਦੇ ਸੀਗੇ ਤੇ ਨਹੀਂ ਜ਼ਿਆਦਾ ਸਿਰ ਗੱਡੀ ਚੱਲੀ ਫਿਰ ਮੈਂ ਇੱਕ ਸਿੰਗਲ ਮਦਰ ਹੀ ਰਹਿ ਗਈ ਤਾਂ ਉਹ ਰਿਫੋਰਟਿਸ ਦੇ ਵਿੱਚ ਨੌਕਰੀ ਕਰਦੀ ਸੀ ਜੌਬ ਕਰਦੀ ਸੀ ਮਗਰ ਉਸ ਟਾਈਮ ਵੀ ਮੇਰੇ ਬੈਗ ਦੇ ਵਿੱਚ ਆਪਣੇ ਲਈ ਖਾਣਾ ਘਾਟ ਇਹਨਾਂ ਲਈ ਜ਼ਿਆਦਾ ਹੁੰਦਾ ਸੀ ਬਿਸਕੁਟ ਵਗੈਰਾ ਪਾਣ ਦੇ ਜਾਣਾ ਪਾਣ ਦੇ ਮਤਲਬ ਕਿ ਆਣਾ ਕਿਤੇ ਵੀ ਕਿਸੇ ਨੂੰ ਮਾਰ ਦੇ ਦੇਖਣਾ ਨਾਲ ਲੜ ਪੈਣਾ ਹਨਾ ਬਸ ਇਹ ਇੱਕ ਸੁਪਨਾ ਹੁੰਦਾ ਸੀ ਵੀ ਰੱਬ ਮੈਨੂੰ ਇੰਨਾ ਦੇਵੇ ਕਿ ਮੈਂ ਇਹਨਾਂ ਦੀ ਸੇਵਾ ਕਰਾਂ ਇਹ ਇੱਕ ਸੁਪਨਾ ਸੀ ਦੇਖੋ ਤੁਸੀਂ ਕਿਹਾ ਕਿ ਬਚਪਨ ਤੋਂ ਪਿਆਰ ਸੀਗਾ ਡੌਗਸ ਦੇ ਨਾਲ ਪਿਆਰ ਹੋਣਾ ਵੱਖਰੀ ਗੱਲ ਹੈ ਮੈਂ ਦੇਖਿਆ ਕਿ ਦੁਨੀਆ ਦੇ ਅੰਦਰ ਬਹੁਤ ਸਾਰੇ ਕਹਿਣਗੇ ਮੈਂ ਡੌਗ ਲਵਰ ਐ ਮੈਨੂੰ ਕੁੱਤੇ ਬਹੁਤ ਪਸੰਦ ਆਉਂਦੇ ਪਰ ਕੁੱਤਿਆਂ ਨੂੰ ਰੱਖਣਾ ਉਹ ਵੀ ਜ਼ਖਮੀ ਕੁੱਤੇ ਰੱਖਣਾ ਔਰ ਜਿਹੜੇ ਜਿਨ੍ਹਾਂ ਨੂੰ ਛੱਡ ਦਿੰਦੇ ਨੇ ਆਵਾਰਾ ਕੁੱਤੇ ਰੱਖਣਾ ਇਹ ਕੁਝ ਪਿਆਰ ਤੋਂ ਵੀ ਉੱਪਰ ਵਾਲੀ ਗੱਲ ਹੋ ਜਾਂਦੀ ਹੈ ਇਹ ਰੂਹਾਂ ਦਾ ਮੇਲ ਹੈ ਇੱਕ ਮਾਂ ਮੈਂ ਇਹਨਾਂ ਦੀ ਪਿਆਰ ਨਹੀਂ ਕਹਿ ਸਕਦੇ ਮੈਂ ਐਸੀ ਮਾਂ ਪਤਾ ਨਹੀਂ ਰੱਬ ਨੇ ਮੈਨੂੰ ਕਿਉਂ ਚੁਣਿਆ ਪਰ ਮੈਨੂੰ ਐਸਾ ਉਹਨਾਂ ਨੇ ਮਤਲਬ ਕਿ ਚੁੰਨੀਆ ਨਾ ਕਿ ਮੈਂ ਤੁਰੇ ਜਾਂਦੇ ਬੱਚੇ ਨੂੰ ਪਛਾਣ ਲੈਣੀ ਹੈ ਵੀ ਇਹਨੂੰ ਕੀ ਪ੍ਰੋਬਲਮ ਹੈ ਹਾਲਾਂਕਿ ਮੈਂ ਇਨੀ ਪੜੀ ਲਿਖੀ ਨਹੀਂ ਆ ਨਾ ਮੈਨੂੰ ਇੰਨਾ ਕੁਝ ਨੋਲਜ ਆ ਮਗਰ ਲੋਕੀ ਮੈਨੂੰ ਫੋਨ ਕਰਕੇ ਪੁੱਛਦੇ ਆ ਅੱਜ ਦੇ ਟਾਈਮ ਤੇ ਮੈਂ ਮੈਂ ਅਸੀਂ ਇਹਦੇ ਨਾਲ ਕੀ ਕਰੀਏ ਤੁਸੀਂ ਅਸੀਂ ਫੋਟੋ ਭੇਜਿਓ ਕੀ ਪ੍ਰੋਬਲਮ ਆ ਉਹਨ ਮੈਂ ਮਿੰਟ ਤੋਂ ਪਹਿਲਾਂ ਦੱਸ ਦੇਣੀ ਆ ਉਹਨਾਂ ਨੂੰ ਇਹਨੂੰ ਇਹ ਪ੍ਰੋਬਲਮ ਆ ਅੱਛਾ ਹਾਂ ਮੈਂ ਦੱਸ ਦੇਣੀ ਆ ਉਹਨਾਂ ਨੂੰ ਔਰ ਇੰਨੀ ਮੈਨੂੰ ਮੇਰੇ ਰੱਬ ਨੇ ਮੇਰੇ ਪਰਮਾਤਮਾ ਨੇ ਬਖਸ਼ ਬਖਸ਼ੀ ਆ ਕਿ ਮੈਨੂੰ ਇਹਨਾਂ ਤੋਂ ਮਾਸਾ ਕਿੰਨੀ ਆਂਦੀ ਹਾਲਾਂਕਿ ਮੇਰੀ ਲੜਕੀ ਆਈ ਹੋਈ ਆ ਮੈਨੂੰ ਉਹਦੀ ਬੇਟੀ ਦੀ ਲੈਟਿੰਗਸ ਸਾਫ਼ ਕਰਦੇ ਕਿੰਨਾਂ ਆਉਂਦੀ ਆ ਮੈਂ ਤੂੰ ਆਪੇ ਕਰ ਲੈ ਮੈਂ ਨਹੀਂ ਕਰਨੀ ਇਹਨਾਂ ਦੀ ਮੈਂ ਰੋਜ਼ ਸਵੇਰੇ ਉੱਠ ਕੇ ਚੱਕਦੀ ਆ ਸਵੇਰੇ ਉੱਠ ਕੇ ਸਾਫ਼ ਕਰਦੀ ਆ ਸਾਰਾ ਵੇੜਾ ਮੈਨੂੰ ਇਹਨਾਂ ਦੀ ਤੋਂਨੇ ਕਿੰਨਾਂ ਆਉਂਦੀ ਮਗਰ ਆਪਣੀ ਦੋਸਤੀ ਤੋਂ ਚੱਕਣ ਤੋਂ ਮੈਨੂੰ ਕਿੰਨਾਂ ਆਉਂਦੀ ਮੈਂ ਆਪੇ ਸਾਫ਼ ਕਰ ਲੈ ਇਹਦੀ ਨਹੀਂ ਮੇਤੋਂ ਆਉਂਦੀ ਤਾਂ ਇਹ ਪਤਾ ਨਹੀਂ ਰੱਬ ਨੇ ਰੂਹਾਂ ਦਾ ਮੇਲ ਐ ਇਹ ਕਿਸੇ ਕਿਸੇ ਨੂੰ ਬਖਸ਼ਦਾ ਹੈ ਔਰ ਦੁਨੀਆ ਦੇ ਵਿੱਚ ਐਸੇ ਤੁਸੀਂ ਡੋਗ ਲਵਰ ਦੇਖੇ ਹੋਣਗੇ ਸੜਕਾਂ ਦੇ ਉੱਤੇ ਜਿਹੜੇ ਨਾਰੇ ਲਾਉਂਦੇ ਨੇ ਜੀ ਇਹਦੇ ਨਾਲ ਐਦਾਂ ਹੋ ਗਿਆ ਉਦਾਂ ਹੋ ਗਿਆ ਮਗਰ ਉਹਨਾਂ ਦੇ ਘਰ 'ਚ ਤੁਸੀਂ ਇੱਕ ਡੌਗੀ ਨਸਲ ਵਾਲਾ ਦੇਖੋਗੇ ਤੁਸੀਂ ਹੋਰ ਡੌਗੀ ਨਹੀਂ ਦੇਖੋ ਔਰ ਕੈਨ ਚੋ ਕੈਨਗੇ ਵੀ ਅਸੀਂ ਸੇਵਾ ਕਰਦੇ ਮਗਰ ਇੱਕ ਬਿਮਾਰ ਡੌਗੀ ਉਹਨਾਂ ਨੂੰ ਮਿਲ ਜੇ ਨਾ ਰਾਤ ਨੂੰ ਘਰੇ ਰੱਖਣ ਦੀ ਕਰੇ ਨਹੀਂ ਰੱਖਣਗੇ 12 ਵਜੇ ਮਿਲਿਆ ਹੋਵੇ 12 ਵਜੇ ਹੀ ਸ਼ੈਲਟਰ ਲੱਭਣਗੇ ਚਾਹੇ ਪੂਜਾ ਮੈਡਮ ਫੋਨ ਚੱਕੇ ਉੱਠੇ ਰਾਤ ਨੂੰ ਜੋ ਮਰਜ਼ੀ ਕਰੇ ਪਰ ਰਾਤ ਨੂੰ ਸ਼ੈਲਟਰ ਹੀ ਛੱਡਣਾ ਉਹਨਾਂ ਨੇ ਹੂੰ ਵੀ ਅਸੀਂ ਸਾਮ ਨਹੀਂ ਸਕਦੇ ਆਪਣੀ ਵਾਰੀ ਦੱਸੋ ਮੈਮ ਕਿ ਸਿਕਿਉਰਿਟੀ ਗਾਰਡ ਦੀ ਜੌਬ ਕਰਦੇ ਸੀ ਤੁਸੀਂ ਫੋਰਟਿਸ ਹਸਪੀਟਲ ਚ ਕਿੰਨਾ ਟਾਈਮ ਕੀਤੀ ਤੁਸੀਂ ਮੈਂ 3 ਸਾਲ 3 ਸਾਲ ਕੀਤੀ ਤੇ 3 ਸਾਲ ਤੇ 3 ਸਾਲ ਉਸ ਟਾਈਮ ਵੀ ਮੇਰੇ ਘਰੇ ਵੀ ਬੱਚੇ ਸੀਗੇ अच्छा <laughs> डॉग्स रखे ਹੋਏ ਸੀ ਤੁਸੀਂ ਹਾਂ ਉਸ ਟਾਈਮ ਵੀ ਸੀਗੇ ਕਿਉਂਕਿ ਮੈਂ ਮੇਰੀ ਗੁੜੀਆ ਤੇ ਮੇਰਾ ਬੇਟਾ ਰਹਿੰਦੇ ਸੀਗੇ ਸਵੇਰੇ ਅਸੀਂ ਉੱਠਣਾ ਹਨਾ ਤੇ ਮੇਰੀ ਬੇਟੀ ਨੇ ਵੀ ਬਹੁਤ ਸੇਵਾ ਕੀਤੀ ਹੈ ਐਸੀ ਕੋਈ ਗੱਲ ਨਹੀਂ ਹੈ ਉੱਠਣਾ ਤੇ ਮਤਲਬ ਕਿ ਰੋਟੀਆਂ ਬਣਾਣਾ ਥੋੜਾ ਜਿਹਾ ਆਟਾ ਗੁੰਨਾ ਬਰੈਡ ਆ ਲੈਣੀ ਆ ਵਿੱਚ ਦੋ ਚਾਰ ਰੋਟੀਆਂ ਉਸ ਟਾਈਮ ਸਾਡੇ ਕੋਲ ਹੁੰਦਾ ਵੀ ਗਰੀਬੀ ਵੀ ਬਹੁਤ ਸੀ ਮਗਰ ਕਿਲੋ ਦੁੱਧ ਲੈਣਾ 10 ਕਿਲੋ ਦੁੱਧ ਦੇ ਵਿੱਚ ਉਹਨਾਂ ਨੂੰ ਰੋਟੀਆਂ ਬਰੈਡਾਂ ਪਾਣੀ ਪਾ ਕੇ ਚੂੜਦਣੀਆਂ ਉਹਨਾਂ ਚ ਹੀ ਉਹਨਾਂ ਨੇ ਖੁਸ਼ ਹੋ ਕੇ ਖਾ ਲੈਣੀਆਂ ਤੇ ਉਹਦੇ ਚ ਹੀ ਅਸੀਂ ਚਾਹ ਦੇ ਕੱਪ ਨਾ ਕੇ ਆਪਣੇ ਬੱਚੇ ਮੇਰੇ ਬੱਚੇ ਸਕੂਲ ਮੈਂ ਉੱਥੇ ਉਹਨਾਂ ਨੂੰ ਅੰਦਰੋਂ ਗੇਟ ਤੇ ਚਾਬੀ ਔਰ ਬੱਚੇ ਅੰਨੇ ਅੰਦਰ ਹੀ ਰਹਿੰਦੇ ਸੀ ਮੈਂ ਬੱਚੇ ਕਦੀ ਬਾਹਰ ਕੱਢੇ ਨਹੀਂ ਸੀ ਇੰਨਾ ਪਿਆਰ ਸੀ ਸਾਡਾ ਬੱਚਾ ਨਾਲ ਉਸ ਟੈਮ ਦੀ ਮਮ ਗਰੀਬੀ ਦੀ ਗੱਲ ਕੀਤੀ ਹੈ ਵਾਕਈ ਜਦੋਂ ਗਰੀਬੀ ਹੋਵੇ ਨਾ انسان ਆਪਣੇ ਪੇਟ ਭਰਨ ਦੇ ਬਾਰੇ ਸੋਚਦਾ ਹੈ ਆਪਣੇ ਬਾਰੇ ਸੋਚਦਾ ਹੈ ਕਿ ਹਾਂ ਮੈਨੂੰ ਰੋਟੀ ਕਿੱਥੋਂ ਮਿਲੇਗੀ ਕੁੱਤਿਆਂ ਨੂੰ ਮੈਂ ਕਿੱਥੇ ਖਵਾਣਾ ਹੈ ਨਾ ਕਦੀ ਜ਼ਹਿਨ ਦੇ ਵਿੱਚ ਆਇਆ ਭਲੇ ਦੱਸੋ ਕਿ ਗਰੀਬੀ ਆਈ ਕਿਉਂ ਕਿਉਂਕਿ ਤੁਸੀਂ ਜੌਬ ਕਰਦੇ ਸੀਗੇ ਨਾ ਤੁਹਾਡੇ ਕੋਲ ਇੰਨਾ ਸੋਰਸ ਤਾਂ ਹੋਣਾ ਕਿ ਤੁਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਦੇ ਸਕੋ ਜਾਂ ਹੋਰ ਕਿਸ ਤਰ੍ਹਾਂ ਦੀ مصیبتਾਂ ਚੱਲੀਆਂ ਤੁਸੀਂ ਬਹੁਤ ਜ਼ਿਆਦਾ ਮਤਲਬ ਕਿ ਤੁਸੀਂ ਉਸ ਟਾਈਮ ਲਾ ਲਓ ਕਿ ਮੈਂ ਕੱਲੀ ਕਮਾਉਣ ਵਾਲੀ ਸੀ ਨਹੀਂ ਪਰ ਮੇਰੇ بیٹے ਨੇ ਵੀ ਉਸ ਟਾਈਮ ਬੜਾ ਸਾਧ ਜਿੱਤਾ ਮੇਰਾ ਬੇਟਾ ਦਿਨ ਚ ਸਕੂਲ ਜਾਂਦਾ ਸੀ ਨਾਈਟ ਡਿਊਟੀ ਕਰਦਾ ਸੀ ਹਸਪੀਟਲ ਚ ਜੀ ਡੀਏ ਦੀ ਅ ਜੀ ਡੀਏ ਤੁਸੀਂ ਸਮਝਦੇ ਹੋਵੋਗੇ ਕਿ ਪੇਸ਼ੈਂਟ ਦੀ ਦੇਖਭਾਲ ਕਰਦੇ ਨਾਈਟ ਡਿਊਟੀ ਉਸ ਟਾਈਮ ਉਹਨੇ ਬਹੁਤ ਕੀਤੀ ਹੈ ਮੈਂ ਮਾ ਝੂਠ ਨਹੀਂ ਬੋਲਣਾ ਬੇਟੀ ਮੇਰੀ ਨੂੰ ਸੀ ਬਾਰੋਂ ਤਾਲਾ ਲਾ ਕੇ ਜਾਂਦੇ ਸੀ ਇਹ ਕਰੋ ਮੇਰੀ ਵੀ ਸਕੂਲ ਟਿ ਗਾਰਡ ਚ ਨਾਈਟ ਡਿਊਟੀ ਆਂਦੀ ਸੀ ਤੇ ਬਾਰੋਂ ਲੋਕ ਲਾ ਕੇ ਜਾਂਦੇ ਸੀ ਆਪਣੀ ਬੇਟੀ ਨੂੰ ਮੇਰੀ ਬੋਟੀ ਹੋ ਗਈ 5 ਸਾਲ ਦੀ 5 ਔਰ ਡੋਗੀ ਹੁੰਦੇ ਸੀਗੇ ਸਾਨੂੰ ਟੈਨਸ਼ਨ ਨਹੀਂ ਸੀ ਹੁੰਦੀ ਕਿ ਕੋਈ ਨਹੀਂ ਕਿਸੇ ਦੀ ਹਿੰਮਤ ਨਹੀਂ ਬੈਣੀ ਕਰੇ ਜਾਣਦੀ ਹਾਂ ਨਾ ਐਦਾਂ ਹੁੰਦਾ ਸੀਗਾ ਡੋਗੀ ਹੁੰਦੇ ਸੀਗੇ ਬੇਕਿੰਗ ਤਾਲਾ ਲਾਦਣਾ ਮੇਰੀ 7 ਵਜੇ ਸ਼ਿਫਟ ਖਤਮ ਹੁੰਦੀ ਸੀਗੀ ਬੇਟੇ ਦੀ 8 ਵਜੇ ਹੁੰਦੀ ਸੀ ਔਰ ਸਕੂਲ ਚ ਕਹਤ ਅਸੀਂ ਬੇਟਾ ਡਿਊਟੀ ਕਰਦਾ ਥੋੜਾ ਲੇਟ ਆ ਜਾਇਆ ਕਰੇਗਾ ਸਕੂਲ ਲਈ ਪਰ ਅੱਜ ਵੀ ਬੜੇ ਦਿਨ ਦੇਖਿਆ ਮੈਂ ਗਰੀਬੀ ਵੀ ਚੱਲੀ ਐ ਸਭ ਕੁਝ ਢੱਲਿਆ ਮੈਂ ਅਗਰ ਇਹਨਾਂ ਦਾ ਸਾਥ ਰਿਹਾ ਇਹਨਾਂ ਦਾ ਆਸ਼ੀਰਵਾਦ ਰਿਹਾ ਤੇ ਅੱਜ ਆਪਾਂ ਅਤੇ ਵਾਕੀ ਮਜਬੂਰੀਆਂ ਹੁੰਦੀਆਂ ਨੇ ਇਨਸਾਨ ਨੂੰ ਰੋਕਦੀਆਂ ਨੇ ਅੱਗੇ ਵਧਣ ਤੋਂ ਕਈ ਲੋਕ ਤਾਂ ਮਜਬੂਰੀਆਂ ਤੋਂ ਡਰ ਕੇ ਮਤਲਬ ਜ਼ਿੰਦਗੀ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਵਕਤ ਜਿਹੜਾ ਤੁਸੀਂ ਦੇਖਿਆ ਹੈ ਉਸ ਵਕਤ ਨੂੰ ਮਤਲਬ ਘੇਰ ਲਿਆ ਆਪਣੇ ਕੋਲ ਕਿ ਮੈਂ ਤੈਨੂੰ ਤੂੰ ਮੇਰੇ ਕੋਲ ਆ ਗਿਆ ਹੈ ਤਾਂ ਹੁਣ ਮੈਂ ਤੈਨੂੰ ਜਾਣ ਨਹੀਂ ਦੇਣਾ ਮੈਂ ਇਸ ਤੋਂ ਬਾਹਰ ਨਿਕਲ ਕੇ ਦਿਖਾਣਾ ਹੈ ਹੈਨਾ ਵਕਤ ਨੂੰ ਤੁਸੀਂ ਇੱਕ ਤਰ੍ਹਾਂ ਦੇ ਮੁਸ਼ਕਲ ਵਕਤ ਨੂੰ ਫੜ ਲਿਆ ਸੀਗਾ ਹੁਣ ਮੈਂ ਗੱਲ ਕਰਦੀ ਆ ਕਿ ਜਦੋਂ ਤੁਸੀਂ ਕਿਹਾ ਹੈ ਕਿ ਤੁਸੀਂ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਸੀ ਤੇ ਤੁਹਾਡੇ ਕੋਲ 20 ਕੁੱਤੇ ਸੀ ਹਾਂ ਸ਼ੁਰੂਆਤ ਕਿੱਥੋਂ ਹੋਈ ਸੀ 20 ਕੁੱਤੇ ਕਿੱਦਾਂ ਤੁਹਾਡੇ ਕੋਲ ਪਹੁੰਚ ਗਏ ਵੀ ਐਦਾਂ ਮੇਰਾ ਬੇਟਾ ਇਹ ਗਿਆ ਇਹਨੂੰ ਕੋਈ ਬੱਚਾ ਦੇਖ ਗਿਆ ਕਿਤੋਂ ਵੀ ਇਹਨੇ ਲਿਆਂਦਾ ਗੁੜੀਆ ਗਈ ਸਕੂਲੇ ਨੂੰ ਦੇਖਿਆ ਇਹਨੇ ਵੀ ਲਿਆਣਾ ਜੇ ਮੇਰੇ ਵਰਗੇ ਇਹਨੂੰ ਦੇਖਿਆ ਤਾਂ ਮੈਂ ਵੀ ਲੈਣਾ ਅਸੀਂ ਉਸ ਟਾਈਮ ਕਾਲੂ ਗੁਗਰੀ ਐਦਾਂ ਨਾਮ ਰੱਖ ਰੱਖ ਕੇ ਬੱਚੇ ਪਾਲ ਲੈਣੇ ਅਗਰ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ ਡੌਗੀ ਹੈ ਨਾ ਕਿਸੇ ਨੇ ਦੇ ਦੇਣਾ ਆਂਟੀ ਗਵਾਂਡੀ ਆਂਟੀ ਬੱਚਾ ਕੱਲਾ ਫਿਰਦਾ ਜਿੰਨੂੰ ਰੱਖ ਲਓ ਤੁਸੀਂ ਹੈਨਾ ਇਹ ਮੇਰੀ ਮੰਮੀ ਨੇ ਤਾਂ ਰੱਖਣ ਨਹੀਂ ਦੇਣਾ ਐਦਾ ਐਦਾ ਕਰਦੇ ਬੱਚੇ ਪਾਲ ਇੱਕ ਵਾਰੀ ਜਦੋਂ ਮੇਰੇ ਸਕੂਲਟੀ ਗਾਰਡ ਦੇ 3 ਸਾਲ ਪੂਰੇ ਹੋ ਗਏ ਸੀਗੇ ਤਾਂ ਇੱਕ ਰਸਤੇ 'ਚ ਪੈਟਬੋਲ ਫਿਰਦੀ ਸੀ ਗੁੱਲੀ ਜਿਹਨੂੰ ਕਹਿੰਦੇ ਪਾਕਿਸਤਾਨੀ ਬੁੱਲੀ ਜਿਹੜੀ ਐਡੀ ਵੱਡੀ ਹੁੰਦੀ ਆ ਉਹਦੇ ਪਿੱਠ 'ਚ ਕੀੜੇ ਸੀ ਐਡਾ ਵੱਡਾ ਛੇਸੀ ਉਹਦੀ ਔਰ ਉਹ ਉਹ ਫੜੀ ਇੱਕ ਲੜਕੇ ਨੇ ਉਹ ਇਸ ਕੋਰਟੀ ਗਾਰਡ ਦੀ ਸੀ ਕਹਿੰਦਾ ਮੈਡਮ ਕੋਤੀ ਫੜ ਲਈ ਮੈਂ ਤਾਂ ਐਦਾਂ ਵਾ ਕਿ ਉਹਨੂੰ ਪੈਡੇਗਰੀ ਦੇ ਕੇ ਮੈਂ ਰੋਕ ਕੇ ਰੱਖਿਆ ਪਰ ਮੈਂ ਫੜ ਨਹੀਂ ਸਕਦਾ ਹੱਥ ਨਹੀਂ ਪਾਉਂਗਾ ਇਹਨੂੰ ਮੈਂ ਰੋਕ ਲਿਆ ਵਾ ਮੈਂ ਚਲ ਮੈਂ ਆਈ ਆਟੋ ਲੈ ਕੇ ਆਟੋ ਲੈ ਕੇ ਗਈ ਉਹਨੂੰ ਮੈਂ ਕੱਲੀ ਆਟੋ 'ਚ ਲੈ ਆਈ ਕੱਲੀ ਆਟੋ 'ਚ ਲੈ ਆ ਕੇ ਘਰੇ ਲੈ ਆਂਦੀ ਉਹ ਬੰਤੀ ਇਲਾਜ ਕਰਾਇਆ ਤੇ ਨਿਹਾਲ ਵਾਲਿਆਂ ਨੂੰ ਜਾਣਦੇ ਹੋਗੇ ਨਿਹਾਲ ਵਾਲਿਆਂ ਨੂੰ ਉਹਨਾਂ ਨੂੰ ਕਾਲ ਕੀਤੀ ਮੈਂ ਮੈਂ ਪੈਟ ਬੁੱਲ ਲੈ ਆਂਦੀ ਆ ਪਰ ਮੈਂ ਇਹਦਾ ਇਲਾਜ ਨਹੀਂ ਕਰਾ ਸਕਦੀ ਠੀਕ ਏਨੀ ਮੇਟ ਤੋਂ ਹੋਣਾ ਕਿਉਂਕਿ ਉਹ ਵੀ ਡੌਗ ਲਵਰ ਨੇ ਉਹ ਕਹਿੰਦੇ ਪੈਟਵਲ ਤੋ ਕੱਲੀ ਨਹੀਂ ਫੜਲੀ ਮੈਂ ਹਾਂ ਕਹਿੰਦੇ ਤੂੰ ਤਾਂ ਬਹੁਤ ਕੁਝ ਕਰ ਸਕਦੀ ਹੈ ਮੈਂ ਕਰ ਸਕਦੀ ਹਾਂ ਪਰ ਮੈਂ ਕਿਹਾ ਹੁਣ ਇਹਦਾ ਕੁਝ ਕਰੋ ਪਹਿਲਾਂ ਇਹਦਾ ਇਲਾਜ ਕਰੋ ਡਾਕਟਰ ਗਿੰਦਰਾ ਜਾਣਦੇ ਹੋਗੇ ਜਮਾਲਪੁਰ ਚ ਉਹਨਾਂ ਕੋਲੋਂ ਦਾਖਲ ਕਰਾਈ ਠੀਕ ਹੈ ਉਹਦਾ ਇਲਾਜ ਸ਼ੁਰੂ ਹੋਆ ਨਿਆ ਮੈਡਮ ਨੇ ਦਵਾਈ ਦੁ ਉਟੀ ਦੇ ਪੈਸੇ ਦੇਣੇ ਠੀਕ ਹੈ ਤੇ ਉਹਨਾਂ ਨੇ ਕਿਹਾ ਕਹਿੰਦੇ ਪੂਜਾ ਤੂੰ ਜੇ ਕਰ ਸਕਦੀ ਹੈ ਤੇ ਤੂੰ ਇਹ ਉਦੋਂ ਰੈਕਸਿਓ ਕਰਨ ਦਾ ਕੰਮ ਕਰ ਲੈ ਤੂੰ ਮੈਂ ਵੀ ਤੂੰ ਤੂੰ ਕਰੇ ਰਹਿ ਮੈਂ ਤੈਨੂੰ ਜਿਹੜਾ ਡੋਗੀ ਕਿਹਾ ਕਰੂੰਗੀ ਤੂੰ ਚੱਕ ਲਿਆ ਕਰੀ ਮੈਨੂੰ ਵੀ ਮੇਰੀ ਲੜਕੀ ਵੀ ਜਵਾਨ ਹੁੰਦੀ ਸੀ ਮੈਂ ਵੀ ਆਫਰ ਕਬੂਲ ਕਰ ਲਈ ਅੱਛਾ ਮੈਂ ਕਿਹਾ ਠੀਕ ਹੈ ਤੁਸੀਂ ਮੈਨੂੰ ਜਿਹੜੇ ਕਹਿੰਦੀ ਤੂੰ ਤਨਖਾਹ ਓਚੇ ਲੈਣੀ ਹੈ ਮੇਰੇ ਤੋਂ ਲੈ ਲੈ ਮੈਂ ਠੀਕ ਹੈ ਓਕੇ ਹੂੰ ਆਪਾਂ ਆਫਰ ਕਬੂਲ ਕੀਤੀ ਆਪਾਂ ਜਿੱਥੋਂ ਫੋਨ ਇਹ ਕਰਿਆ ਕਰਨ ਵਿਜਾ ਡਾਲੀ ਉੱਥੇ ਡੋਗੀ ਚੱਕ ਲਿਆ ਉਹ ਜੋ ਰੈਸਕਿਊ ਦਾ ਕੰਮ ਸੀ ਉਹ ਚੱਕੰਦਾ ਰੈਸਕਿਊ ਹਾਂ ਹਾਂ ਚੱਕ ਕੇ ਲੈ ਆਣਾ ਲਾਜ ਕਰਾਉਣਾ ਡਾਕਟਰ ਗਿੰਦਰਾ ਜੀ ਆਪਣੇ ਕੋਲ ਰੱਖਣਾ ਠੀਕ ਹੈ ਜਿੱਥੇ ਲੱਗਿਆ ਵੀ ਉਹਨੂੰ ਖਾਣਾ ਮਿਲ ਰਿਹਾ ਉੱਥੇ ਆਸ-ਪਾਸ ਦਾ ਕੋਈ ਦੇ ਰਿਹਾ ਉੱਥੇ ਛੱਡ ਦੇਣਾ ਨਹੀਂ ਦੇ ਰਿਹਾ ਨਹੀਂ ਦੇਖਭਾਲ ਕਰ ਰਿਹਾ ਉਹ ਆਪਣੇ ਕੋਲ ਹੀ ਜਮਾ ਕਰ ਲੈਣਾ ਉਹ ਮੇਰੇ ਕੋਲ ਹੀ ਰਹਿਣਾ ਐਦਾਂ ਕਰਦੇ ਕਰਦੇ ਮੈਂ ਸ਼ੈਲਟਰ ਬਣ ਗਿਆ ਠੀਕ ਫਿਰ ਬੇਟੇ ਦਾ ਵਿਆਹ ਕਰਤਾ ਬਹੂ ਨੂੰ ਦੱਸਿਆ ਸੀ ਵੀ ਡੋਗ ਗਈ ਤੇ ਬਹੂ पहला हाँ mm. mm. तो हाँ करती फिर बाद चो कलेश हो गए शुरू जो तो कुत्ते रहन गए जो तो मैं रहूंगी फिर मैंने उतो भी निकलना पे मेरी बनी बनाई दुनिया सारी उजड़ गई mm. फिर मैं इतने खासी इतने आप होना तो परले ही डीलर बोलो, दो कमरे ले कराए थे mm. ना उ पानी ना उ लाइट mm. ਨ ਕੁਛ 45 ਬੱਚੇ ਉਹ ਕੁਛ ਨਹੀਂ ਜੰਗਲ ਇੱਕ ਬੰਦਾ ਕੰਮ ਕਰਨ ਨੂੰ ਰੱਖਿਆ ਕਰੇ ਰਾਤ ਨੂੰ ਘਰੇ ਆਇਆ ਕਰਾਂ ਦਿਨੇ ਉੱਥੇ ਜਿੱਦਾਂ ਹੀ ਮੋਟਰਾਂ ਦੀ ਲਾਈਟ ਆਇਆ ਕਰੇ ਮੋਟਰਾਂ ਤੋਂ ਬਾਲਟੀਆਂ ਭਰ ਕੇ ਪਾਣੀ ਲੈ ਆ ਕਰੀਏ ਦਿਨ ਉੱਥੇ ਕੁੰਡੀ ਲਾਈ ਮੋਟਰਾਂ ਤੋਂ ਦਿਨੇ ਇੱਥੇ ਰਾਤ ਨੂੰ ਉੱਥੇ ਮਤਲਬ ਕਿ ਉਹ ਟਾਈਮ ਨਹੀਂ ਪੁੱਲ ਸਰਦੀ ਮੈਂ 2 ਸਾਲ ਕੱਡੇ ਮੈਂ ਰੋ ਰੋਣਾ ਵੀ ਆਵੇ ਰੋਇਆ ਵੀ ਨਾ ਕਰਾ ਮਤਲਬ ਕਿ ਉਹ ਜ਼ਿੰਦਗੀ ਦੇ ਪਲ ਮੈਂ ਨਹੀਂ ਭੁੱਲ ਸਕਦੀ ਕਿ ਕਦੀ ਜ਼ਿੰਦਗੀ ਚ ਨਹੀਂ ਭੁੱਲ ਸਕਦੀ ਉਹ ਮੈਂ ਦਿਨ ਵੀ ਉਹ ਦਿਨ ਜਿਹੜੇ ਨਾ ਮੈਂ ਆਪਣੇ ਬੱਚਿਆਂ ਨੂੰ ਮੋਟਰਾਂ ਤੋਂ ਪਾਣੀ ਤੋਂ ਪਰ ਪਰ ਕੇ ਲਿਆਣਾ ਪਾਣੀ ਭਰਨਾ ਔਰ ਮੇਰੇ ਕੋਲ ਟ੍ਰੀਟਮੈਂਟ ਵਾਸਤੇ ਪੈਣੀ ਨਹੀਂ ਹੁੰਦੀ ਸਕੂਟਰੀ ਨਹੀਂ ਹੁੰਦੀ ਕੁਝ ਨਹੀਂ ਸੀ ਹੁੰਦਾ ਐਸਾ ਦਾ ਸ਼ਹਿਰ ਸੀਗੇ ਅਸੀਂ ਕੋਲ ਮਤਲਬ ਕਿ ਮੇਰੇ ਬੱਚੇ ਕਈ ਬੱਚੇ ਮੇਰੇ ਹੱਥਾਂ 'ਚ ਹੀ ਮਰ ਗਏ ਜੰਗਲ ਚ ਆ ਗਈ ਸੀ ਨਾ ਔਰ ਕੋਈ ਸਾਥ ਦੇਣ ਵਾਲਾ ਉਸ ਟਾਈਮ ਨਹੀਂ ਬੇਟੀ ਬੇਟੀ ਵੀ ਆਤੇ ਸੀ ਕਿਉਂਕਿ ਕਰਦੇ ਹਾਲਾਤ ਹੀ ਐਸੇ ਹੋ ਗਏ ਸੀ ਕਿ ਇਹਨੂੰ ਵੀ ਛੋਟੀ ਉਮਰ ਚ ਜਾਣਾ ਪੈ ਗਿਆ ਉਹ ਦਿਨ ਨਹੀਂ ਮੈਨੂੰ ਯਾਦ ਕੀ ਪੁੱਲ ਦੇ ਵਾਕਿਆ ਮੈਂ ਜਿਹੜੇ ਦਿਨਾਂ ਨੂੰ ਅਸੀਂ ਮਹਿਸੂਸ ਕੀਤਾ ਹੋਵੇ ਨਾ ਜਿਨ੍ਹਾਂ ਦਿਨਾਂ ਨੇ ਸਾਨੂੰ ਰੋਲ ਦਿੱਤਾ ਹੋਵੇ ਝੰਜੋੜ ਦਿੱਤਾ ਹੋਵੇ ਉਹ ਵਾਕਿਆ ਉਹ ਨਹੀਂ بول ਸਕਦੀ ਉਹ ਦਿਨ ਕਿਉਂਕਿ ਉਸ ਦਿਨਾਂ ਜਿਵੇਂ ਜਿਹੜੇ ਬੱਚੇ ਮੈਂ ਛੋਟੇ ਛੋਟੇ ਪਾਲੇ ਹੋਏ ਸੀ ਨਾ ਨਿੱਕੇ ਨਿੱਕੇ ਮਤਲਬ ਕਿ ਉਹ ਸਾਲ ਵੀ ਨਹੀਂ ਜਿਏ ਉਹ ਗਰਮੀ ਨਹੀਂ برداشت ਕਰ ਸਕੇ ਮੰਨ ਕੇ ਖੇਤਾਂ 'ਚ ਜਾਣਾ ਪਤਨੀ ਚੂਹੇ ਖਾ ਲਏ ਉਹਨਾਂ ਨੇ ਦਵਾਈਆਂ ਲਏ ਕਿਵੇਂ ਕੀ ਹੋਇਆ ਉਹਨਾਂ ਨਾਲ ਉਹ ਸਾਰੇ ਮੰਨ ਕੇ ਖਤਮ ਹੋ ਹੀ ਗਏ ਉਸ ਟਾਈਮ ਮੈਂ ਬੜੀ ਬੜੀ ਮਤਲਬ ਕਿ ਪਰੇਸ਼ਾਨ ਹੀ ਤੁਸੀਂ ਦੇ ਉਸ ਟਾਈਮ ਦੀ ਪੂਜਾ ਤੇ ਇਸ ਟਾਈਮ ਦੀ ਪੂਜਾ ਚ ਬਹੁਤ ਫਰਕ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਫਿਰ ਕਿਸ਼ਤਾਂ ਤੇ ਜ਼ਮੀਨ ਲਈ ਆਪਾਂ ਸਾਹਮਣੇ ਵਾਲਾ ਜਿਹੜਾ ਤੁਸੀਂ ਪੋਰਸ਼ਨ ਦੇਖ ਰਹੇ ਹੋ ਨਾ ਉਹ ਕਿਸ਼ਤਾਂ ਦੇ ਲਈ ਆਪਾਂ ਉਦੋਂ ਨਹੀਂ ਆ ਮੈਮ ਕਿਸ਼ਤਿੰਦੇ ਸੀ ਕੋਈ ਹੋਰ ਮੈਂਬਰ ਉਦੋਂ ਮੇਰੇ ਨਾਲ ਥੋੜਾ ਥੋੜੇ ਮੈਂਬਰ ਜੁੜਨ ਲੱਗ ਗਏ ਸੀ ਮੇ ਨਾਮ ਥੋੜਾ ਬਹੁਤਾ ਨਾਮ ਬਣ ਗਿਆ ਸੀ ਮਤਲਬ ਕਿ ਡਾਕਟਰ ਖੁਸ਼ਬੂ ਸੀਗੇ ਉਹ ਉਦੋਂ ਦੀ ਮੇਰੇ ਨਾਲ ਡਾਕਟਰ ਖੁਸ਼ਬੂ ਪੈ ਇੱਥੋਂ ਜੁੜ ਗਏ ਸੀਗੇ ਘਰੋਂ ਹੀ ਹੈਨਾ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈਨਾ ਤਾਂ ਉਹਨਾਂ ਨੇ ਹੈਨਾ ਤੇ ਇਹਨੇ ਮੈਂ ਇੱਕ ਬੰਦੇ ਦੀ ਤਨਖਾਹ ਦੇਣ ਲੱਗੇ ਸੀ ਚਲੋ ਉਦੋਂ ਹੋਇਆ ਹੈਨਾ ਕਿਸ਼ਤਾ ਤੇ ਹਿਲੇਆ ਫਿਰ ਡਾਕਟਰ ਮਹਿਕ ਜੁੜ ਗਏ ਸੀਗੇ ਉਹਨਾਂ ਨੇ ਉਹ ਪਾ ਕੇ ਦਿੱਤਾ ਮੈਨੂੰ ਸਾਹਮਣੇ ਵਾਲਾ ਹੈਨਾ ਪਰ ਬੱਚੇ ਜ਼ਿਆਦਾ ਹੋ ਗਏ ਬੱਚੇ ਜ਼ਿਆਦਾ ਹੋ ਗਏ ਤਾਂ ਇੰਟਰਵਿਊ ਹੋਈਆਂ ਉਸ ਟਾਈਮ ਵੀ ਪਰੇਸ਼ਾਨ ਸੀ ਬੱਚੇ ਜ਼ਿਆਦਾ ਹੋ ਗਏ ਕਿੱਦਾਂ ਚੱਲੂਗਾ ਕਿਵੇਂ ਸ਼ੈਲਟਰ ਬੱਚੇ ਜ਼ਿਆਦਾ ਹੋ ਗਏ ਵੀ ਮੇਰੇ ਮੈਂ ਕਿਵੇਂ ਚਲਾਉਂਗੀ ਕਿਵੇਂ ਨਹੀਂ ਇੰਟਰਵਿਊ ਹੋਈਆਂ ਮਤਲਬ ਕਿ ਤੁਸੀਂ ਐ ਸੋਚੋ ਕਿ ਉਸ ਟਾਈਮ ਫਿਰ ਮੇਰੇ ਬੇਟਾ ਦਾ ਤਲਾਕ ਹੋ ਗਿਆ ਅੱਛਾ ਬੇਟਾ ਫਿਰ ਮੇਰੇ ਕੋਲ ਆ ਗਿਆ ਤਲਾਕ ਲੈ ਕੇ ਮਤਲਬ ਕਿ ਥਾਣੇ ਕਚੈਰੀਆਂ ਮੈਨੂੰ ਤਾਂ ਹੀ ਥਾਣੇ ਕਚੈਰੀਆਂ ਤੋਂ ਬਹੁਤ ਨਫ਼ਰਤ ਹੈ ਐਨੀ ਨਫ਼ਰਤ ਹਨ ਮੈਂ ਪਹਿਲੀ ਵਾਰ ਜ਼ਿੰਦਗੀ ਚ ਥਾਣੇ ਚ ਗਈ ਆਪਣੀ ਬਹੂ ਕਰਕੇ ਮੈਨੂੰ ਮਤਲਬ ਕਿ ਐ ਬਹੁਤ ਨਫ਼ਰਤ ਉਹ ਚੀਜ਼ ਤੋਂ ਜੇ ਮੈਨੂੰ ਕੋਈ ਕਹੇ ਇਹ ਨਾ ਵੀ ਡੌਗੀਆਂ ਦੇ ਨਾਲ ਸਾਡੇ ਨਾਲ ਤੁਰ ਥਾਣਿਆਂ 'ਚ ਮੈਂ ਨਹੀਂ ਜਾ ਸਕਦੀ ਹੂੰ ਮੈਨੂੰ ਸੀਨ ਚਿੱਤੇ ਆ ਜਾਂਦੇ ਆ ਮੈਂ ਮੈਂ ਨਹੀਂ ਉਹ ਚੀਜ਼ਾਂ ਨਹੀਂ ਮੈਂ ਕਰ ਸਕਦੀ ਹੂੰ ਨਹੀਂ ਜਾ ਸਕਦੀ ਮੈਂ ਮੈ ਮੇਰੇ ਕੋ ਦੇ ਜੋ ਤੁਸੀਂ ਜੇਕਰ ਤਾਂ ਕੋਈ ਬੱਚੇ ਨੂੰ ਜ਼ਹਿਰ ਦੇ ਰਿਹਾ ਕੁਝ ਦੇ ਰਿਹਾ ਤੁਸੀਂ ਮੈਨੂੰ ਮੇਰੇ ਕੋ ਦੇ ਜੋ ਪਰ ਮੈਂ ਉੱਥੇ ਨਹੀਂ ਜਾ ਸਕਦੀ ਹੂੰ ਮੈਂ ਤੋਂ ਆਪਣੇ ਸ਼ੈਲਟਰ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ ਮੈਂ ਲੜ ਨਹੀਂ ਸਕਦੀ ਕਿਸੇ ਨਾਲ ਮੇਰੇ ਕੋ ਲੜਾਈ ਨਹੀਂ ਹੁੰਦੀ ਇਹ ਕਿੱਥੋਂ ਤੁਰੇ ਸੀ ਕਿੱਥੇ ਤੱਕ ਪਹੁੰਚ ਗਏ ਹਨ ਹਾਂ ਦੋ ਕਮਰੇ ਇੱਥੇ ਆ ਕੇ ਲਏ 45 ਬੱਚੇ 45 ਉਸ ਟਾਈਮ ਦੀ ਸਟੋਰੀ ਤਾਂ ਤੁਸੀਂ ਅਗਰ ਤੁਸੀਂ ਆਉਂਦੇ ਨਾ ਤੁਸੀਂ ਦੇਖਣਾ ਸੀਗਾ ਕਿ ਜੇ ਇਹ ਇਸ ਕੰਧ ਦੀ ਛਾਂ ਹੁੰਦੀ ਸੀ ਇੱਥੇ ਬੈੰਦੇ ਸੀ ਇਸ ਨਾਲ ਹੀ ਮੇਰੇ ਬੱਚੇ ਜੇ ਇਸ ਕੰਧ ਦੀ ਛਾਂ ਹੁੰਦੀ ਸੀ ਤੇ ਇਸ ਇਸ ਕੰਧ ਤੇ ਮੰਜਾ ਢਾ ਕੇ ਬੈੰਦੇ ਸੀ ਸਾਰਾ ਦਿਨ ਜੇ ਇਸ ਕੰਧ ਦੀ ਕੰਧ ਦੀ ਛਾਂ ਹੁੰਦੀ ਸੀ ਤਾਂ ਇੱਥੇ ਬਲੀ ਸਾਈਡ ਮੰਜਾ ਢਾ ਲੈਂਦੇ ਸੀ ਵਿੱਚ ਨਾਲ ਬੱਚੇ-ਬੱਚੇ ਵੀ ਰਾਜ ਆਮਰਗਾ ਘਰ ਛੱਡ ਕੇ ਉਹ ਤੁਹਾਡਾ ਆਪਣਾ ਘਰ ਸੀ ਉਹ ਚਾਈ ਮੇਰਾ 60 ਗਾਜ ਸੀ ਸੀਗਾ ਡਬਲ ਸਟੋਰੀ ਸੀ ਇਹਨਾਂ ਬੱਚਿਆਂ ਦਾ ਵੀ ਵਿੱਚ ਸ਼ੈਲਟਰ ਜੇ ਬਾਗ ਤੀਸਰੀ ਮੰਜ਼ਲ ਤੇ ਕੈਵਨ ਵਾਂਗੂ ਬਣਾਇਆ ਹੋਇਆ ਸੀਗਾ ਸ਼ੈੱਡ ਪਾ ਕੇ ਕੂਲਰ ਕਲਰ ਲੱਗਿਆ ਹੋਇਆ ਸੀਗਾ ਸੋ ਕੁਛ ਕੀਤਾ ਹੋਇਆ ਸੀ ਬਹੁਤ ਔਖਾ ਹੁੰਦਾ ਆਪਣਾ ਘਰ ਛੱਡ ਕੇ ਆਣਾ ਛੱਡ ਤਾਂ ਮੈਂ ਹੁਣ ਤਾਂ ਕੁਝ ਵੀ ਨਹੀਂ ਫਿਰ ਤਲਾਕ ਲੈਣ ਤੋਂ ਬਾਅਦ ਫਿਰ ਵਾਪਸ ਆ ਗਏ ਸੀ ਅੱਛਾ ਆ ਗਏ ਸੀ ਫਿਰ ਹੁਣ ਰਹਿ ਰਹੇ ਨੇ ਮਦਰ ਕੀ ਡੇਟਾ ਹੁਣ ਵੀ ਆਂ ਪਿੱਛੇ ਜੇ ਆਣ ਲੱਗੇ ਸ਼ੈਲਟਰ ਹੁਣ ਫੇਰ ạt ਗਏ ਤਾਈਂ ਤਾਂ ਕਹਿਨੀ ਆ ਹੁਣ ਜਿਹੜੇ ਲੋਕੀ ਆਪਣੇ ਨਸਲ ਵਾਲੇ ਬੱਚੇ ਨੇ ਅਗਰ ਮੈਨੂੰ ਕੋਲ ਕਰਦੇ ਜੀ ਸਾਡਾ ਵੀਜ਼ਾ ਲੱਗ ਗਿਆ ਅਸੀਂ ਬਾਹਰ ਚਲੇ ਜਾਣਾ ਅਸੀਂ ਤੁਹਾਨੂੰ ਬਾਹਰੋਂ ਆ ਕੇ ਖਰਚਾ ਦਵਾਂਗੇ ਫਲਾਣਾ ਕਰਾਂਗੇ ਢਿੰਗ ਨਾ ਕਰਾਂਗੇ ਐਦਾਂ ਕਰਾਂਗੇ ਮੈਂ ਮਨਾ ਕਰ ਦੇਣੀ ਆ ਸਰ ਮੈਨੂੰ ਨਹੀਂ ਸਮਝਿ ਜਾਣੇ ਮੇਰੀ ਉਮਰ 50 ਸਾਲ ਹੋ ਗਈ ਮੇਰਾ ਜੋ ਮਕਸਦ ਆ ਮੇਰਾ ਜਿਹੜੇ ਆਪਣੇ ਆਵਾਰਾ ਬੱਚੇ ਆ ਮੈਂ ਉਹਨਾਂ ਨੂੰ ਸਾਹਮਣਾ ਮੈਂ ਤੁਹਾਡੇ ਨਸਲ ਵਾਲਿਆਂ ਨੂੰ ਤੁਹਾਨੂੰ ਤੁਸੀਂ ਆਪਣੀ ਰਿਸ਼ਤੇਦਾਰੀ ਚ ਦੇਜੋ ਜੇ ਤੁਸੀਂ ਨੌਕਰ ਰੱਖ ਜੋ ਇੱਕ ਜਦੋਂ ਤੁਸੀਂ ਮੈਨੂੰ ਖਰਚਾ ਦੇਣਾ ਤੁਸੀਂ ਇੱਕ ਉਹਨਾਂ ਨੇ ਲੋਕਰ ਰੱਖ ਜੋ ਨਾਲੇ ਤੁਹਾਡੀ ਕੋਠੀ ਦਾ ਖਿਆਲ ਨਾਲੇ ਤੁਹਾਡੇ ਬੱਚੇ ਦਾ ਕੈਮਰਾ ਲਾਜੋ ਆਪਣੇ ਮੋਬਾਈਲ ਚ ਕੈਮਰਾ ਚਲਾਓ ਹੂੰ ਹੁਣ ਤਾਂ ਮੈਨੂੰ ਜਵਾੜ ਵੜੀ ਚਲਾਣੀ ਆ ਗਈ ਪਹਿਲਾਂ ਨਹੀਂ ਆਂਦੀ ਪਹਿਲਾਂ ਬੇਵਕੂਫੀ ਕਿ ਮੈਂ ਲੈ ਲੈਂਦੀ ਸੀ ਚਲ ਮੇਰੇ ਆਵਾਰਾ ਬੱਚੇ ਨੇ ਵਿਖਾਣਾ ਆਊਗਾ ਇਹ ਨਹੀਂ ਪਤਾ ਕਮਲੀਏ ਤੈਨੂੰ ਜਾਂਦੇ ਹੋ ਅਗਲੇ ਨੇ ਬਲੌਕ ਕਰ ਦੇਣਾ ਇਦਾਂ ਹੀ ਹੋਇਆ ਮੇਰ ਨਾਲ ਪਹਿਲਾਂ ਕਿੰਨੇ ਬੱਚੇ ਲੈ ਲੇ ਮੈਂ ਬਾਈ ਹੀ ਕਿ ਚੱਲੇ ਇਹਨਾਂ ਦੇ ਬਹਾਨੇ ਮੇਰੇ ਦੂਸਰੇ ਬੱਚਿਆਂ ਨੂੰ ਵੀ ਖਾਣਾ ਮਿਲੇਗਾ ਬੇਵਕੂਫ ਬਣ ਜਾਂਦੀ ਸੀ ਲੋਕਾਂ ਦੇ ਕੋਲੋਂ ਮੈਂ ਜਾਂਦਾ ਹੀ ਬਾਹਰ ਜਾ ਕੇ ਬਲੋਕ ਪਹਿਲਾਂ ਬਹੁਤ ਮੈਂ ਘੱਟ ਲੈ ਰਹੀ ਹਾਂ ਹੁਣ ਨਹੀਂ ਹੁਣ ਮੈਨੂੰ ਆ ਗਿਆ ਲੋਕਾਂ ਨੂੰ ਸਮਝਾਣਾ ਹੁਣ ਤਾਂ ਮੈਂ ਕਹਿ ਦੇਣੀ ਆ ਜੀ ਤੁਸੀਂ ਨੌਕਰ ਰੱਖ ਲਓ ਕੈਮਰੇ ਲਵਾਓ ਮੈਂ ਵੀ ਲਵਾਏ ਹੋਇਆ ਮੈਂ ਕਿਤੇ ਜਾਣੀ ਆਪਣੀ ਬੇਟੀ ਕੋ ਕਿਤੇ ਜਾਣੀ ਆ ਤਾਂ ਮੈਂ ਕੈਮਰੇ ਚ ਵੇਖਦੀ ਰਹਿਣੀ ਆ ਮੇਰੇ ਬੱਚੇ ਕੀ ਕਰਦੇ ਕੀ ਨਹੀਂ ਤੁਸੀਂ ਵੀ ਐਦਾਂ ਕਰੋ ਹੂੰ ਹੁਣ ਤੁਹਾਨੂੰ ਸਮਝ ਆ ਗਿਆ ਪਰੇਸ਼ਾਨੀਆਂ ਬਹੁਤ ਕਰਤੀਆਂ ਤੁਸੀਂ ਦੋ ਕਮਰੇ ਜਿਹੜੇ ਤੁਸੀਂ ਜ਼ਮੀਨ ਤੇ ਲਏ ਫਿਰ ਬੱਚੇ ਪਾਲੇ ਹੁਣ ਕਾਫੀ ਅੱਛੀ ਬਿਲਡਿੰਗ ਬਣਾਈ ਹੋਈ ਹੈ ਤੁਸੀਂ ਤੇ ਮੈਨੂੰ ਦੱਸੋ ਕਿ ਪਹਿਲਾ ਹੱਥ ਕਿਨੇ ਵਧਾਇਆ ਸੀ ਪਹਿਲਾ ਹੱਥ ਸੀਗਾ ਪਹਿਲਾ ਦੋ ਕਮਰੇ ਤੋਂ ਬਾਅਦ ਤੁਹਾਨੂੰ ਦੱਸਿਆ ਡਾਕਟਰ ਖੁਸ਼ਬੂ ਹੋਗੇ ਸੰਗੀਤਾ ਮੈਮ ਹੋਗੇ ਨੀਹਾ ਮੈਮ ਡਾਕਟਰ ਮਹਿਕ ਬੰਸਲ ਹੈ ਨਾ ਤੇ ਇੱਕ ਕੁੜੀ ਹੈ ਸਨੀ ਬਾੜ ਦੀ ਇਹ ਪਹਿਲਾਂ 5-6 ਬੰਦੇ ਸੀਗੇ ਬੰਦਾ ਫਿਰ ਉਸ ਤੋਂ ਬਾਅਦ ਅਨਮੋਲ ਵੀਰਾ ਆਇਆ ਅਨਮੋਲ ਕੋwidehatਰੇ ਜੀ ਜੀ ਇਹ ਆਇਆ ਹੈਨਾ ਉਸ ਤੋਂ ਬਾਅਦ ਮੇਰੇ ਨਾਲ ਕਾਫੀ ਬੰਦੇ ਜੁੜ ਗਏ ਹੈਨਾ ਅਨਮੋਲ ਵੀ ਦੇ ਆਉਣ ਤੋਂ ਬਾਅਦ ਗਿਲ ਸਾਹਿਬ ਜਿਨ੍ਹਾਂ ਨੂੰ ਤੁਸੀਂ ਫੋਟੋ ਚ ਦੇਖ ਰਹੇ ਹੋ ਰੀਵਨ ਕਟਰੇ ਇਹਨਾਂ ਨੇ ਜਿਹੜੇ ਆਪਾਂ ਪੋਰਸ਼ਨ 'ਚ ਬੈਠੇ ਹਨਾ ਇਹ ਪੋਰਸ਼ਨ ਉਦੋਂ ਇਹਨਾਂ ਨੇ ਇਹਨਾਂ ਨੇ ਇੱਕ ਬੰਦਾ ਵੀ ਜੇ ਬਜ਼ੁਰਗ ਅੰਕਲ ਸੀਗੇ ਤੇ ਫੋਟੋ ਲੱਗੀ ਹੋਣੀ ਉਹਨਾਂ ਦੀ ਉਹ ਅੰਕਲ ਉਹ ਜੀ ਉਹ ਅੰਕਲ ਨਾ او ਪੀ ਜੀ ਹਾਂ ਹਾਂ ਇਹ ਵੀ ਇਹ ਬਜ਼ੁਰਗ ਅੰਕਲ ਆਏ ਹੁਸ਼ਿਆਰਪੁਰ ਤੋਂ ਹੁਣ ਬਿਮਾਰ ਨਹੀਂ ਛੋੜੇ ਇਹਨਾਂ ਦੀ ਬੇਟੀ ਹੈ ਇਹ ਆਏ ਹੁਸ਼ਿਆਰਪੁਰ ਤੋਂ ਮੇਰੇ ਕੋਲ ਤੇ ਇਹਨਾਂ ਨੇ ਸਾਰਾ ਸ਼ੈਲਟਰ ਘੁੰਮਿਆ ਨੀਤੇ ਬੰਦਾ स्मੈਲ ਉਹਦੂ ਛੋਟਾ ਜਿਹਾ ਸ਼ੈਲਟਰ ਡੌਗੀ ਜਿਆਦਾ ਫੀੜ ਭੜਕਾ ਚਾਹ ਵੀ ਪੀਤੀ ਮੇਰੇ ਕਮਰੇ ਚ 30 35 ਡੌਗ ਤਾਂ ਮੇਰੇ ਕਮਰੇ ਚ ਹੀ ਸੀ ਉਸ ਚ ਤੇ ਇਹਨਾਂ ਨੇ ਚਾਹ ਪੀਤੀ ਚਾਹ ਪੀਤੀ ਤੇ ਕਹਿੰਦੇ ਪੁੱਤ ਤੈਨੂੰ ਕੀ ਡਿਮਾਂਡ ਹੈ ਮੇਰੇ ਕਾਹਦੀ ਡਿਮਾਂਡ ਹੈ ਜਿੰਨੇ ਕੁਛ ਦੇਣਾ ਹੈ ਦਾਨ ਕਰ ਜੇਗਾ ਪਹਿਲੀ ਗੱਲ ਤਾਂ ਮੈਨੂੰ ਉਸ ਟਾਈਮ ਲੋਕਾਂ ਤੇ ਵਿਸ਼ਵਾਸ ਹੀ ਨਹੀਂ ਸੀ ਹੁੰਦਾ ਕਿਉਂ ਕਿ ਲੋਕੀ ਫੜੀਆਂ ਬੜੀਆਂ ਮਾਰ ਕੇ ਜਾਂਦੇ ਹੀ ਤੇ ਦਿੰਦੇ ਕੁਛ ਨਹੀਂ ਮੈਂ ਨਹੀਂ ਵਿਸ਼ਵਾਸ ਕਰ ਦਿੱਤੀ ਇਹਨਾਂ ਨੇ ਮੈਨੂੰ ਲੱਖ ਰੁਪਏ ਫੜਾਇਆ ਹੱਥ ਚ ਚਾਹ ਚੋ ਪੀ ਕੇ ਕੇੰਦਰਪੁੱਤ ਕੀ ਕਰੇਗਾ ਮੈਂ ਹੈ ਆ ਜਮੀਨ ਜਿਹਦੇ ਤੇ ਆਪਾਂ ਬੈਠੇ ਆ ਮੈਂ ਕਿਹਾ ਆ ਜਮੀਨ ਲਵਾਂਗੀ ਆ ਝੁੰਪੜੀਆਂ ਝੁੰਪੜੀਆਂ ਸਭ ਹਟਾਉਂ ਕਿਸ਼ਤਾਂ ਤੇ ਲਵਾਂ ਜ਼ਮੀਨ ਇਹ ਹੁਣੇ ਬੁਲਾਨੀਆਂ ਡੀਲਰ ਨੂੰ ਨਾਲ ਦੀ ਨਾਲ ਦੇ ਕੇ ਕਿਸ਼ਤਾਂ ਤੇ ਜ਼ਮੀਨ ਲਵਾਂ ਆਪਣੇ ਬੱਚਿਆਂ ਲਈ ਹੈਨਾ ਤੇ ਇਹਨਾਂ ਨੇ ਫੋਨ ਲਾਇਆ ਗਿਲ ਸਾਹਿਬ ਉਹਨਾਂ ਨੂੰ ਇਹਨਾਂ ਨੂੰ ਤੇ ਕਹਿੰਦੇ ਕੀ ਕਹਿੰਦੀ ਹੈ ਗੁੜ ਕੁੜੀ ਕਹਿੰਦੇ ਐਦਾਂ ਕਹਿੰਦੀ ਹੈ ਕਹਿੰਦੇ ਇਹਨੂੰ ਕਿ ਪੈਸੇ ਨਾ ਦੇਈ ਤੈਨੂੰ ਕੀ ਪਤਾ ਸੀ ਵਧੀਆ ਬਣਾਉਦੇ ਮੈਨੂੰ ਫਿਰ ਵੀ ਵਿਸ਼ਵਾਸ ਨਹੀਂ ਹੈ ਇਹਨਾਂ ਤੇ ਮੈਂ ਐਵੇਂ ਲੋਕੀ ਫੜੀਆਂ ਮਾਰਦੇ ਕੌਣ ਲੈ ਕੇ ਦਿੰਦਾ ਕੌਣ ਪਾ ਕੇ ਦਿੰਦਾ ਇਹ ਮੈਂ ਨਾ ਗੱਲ ਕਰਿਆ ਕਰਾਂ ਮੈਂ ਗੱਲ ਗੋਰੀਆ ਨਾ ਕਰਾਂ ਮੈਂ ਬੋਲਿਆ ਹੀ ਨਾ ਕਰ ਇਹਨਾਂ ਨਾਲ ਮੈਂ ਬੜੀ ਦੁਨੀਆ ਆਈ ਕੌਣ ਕਰਦਾ ਅੱਜਕੱਲ੍ਹ ਗਊਸ਼ਾਲਾ ਬਣਾ ਦਿੰਦੇ ਲੋਕੀ ਇਹਨਾਂ ਲਈ ਬਣਾਉਂਦੇ ਕੁਛ ਕਦੀ ਦੇਖਿਆ ਤੁਸੀਂ ਕਿਤੇ ਮੈਂ ਗੱਲ ਗੋਰੀਆ ਨਾ ਕਰਾਂ ਫਿਰ ਜਦੋਂ ਜ਼ਮੀਨ ਦੀ ਰਜਿਸਟਰੀ ਹੋਈ ਨਾ ਇਹਨਾਂ ਨੇ ਕਰਾਈ ਜਦੋਂ ਪੈਸੇ ਦਿੱਤੇ ਇਹਨਾਂ ਨੇ ਡੀਲਰ ਨੂੰ ਫਿਰ ਜਾ ਕੇ ਮੇਰੇ ਮਨ ਨੂੰ ਸ਼ਾਂਤੀ ਆਈ ਕਿ ਹੈਗੇ ਆ ਦੁਨੀਆ 'ਚ ਚੰਗੇ ਲੋਕ ਵੀ ਹੈਗੇ ਕਿਲ ਫੋਰ ਸੋਸਾਇਟੀ ਹੈ ਯੂਕੇ ਵਾਲੇ ਇਹਨਾਂ ਨੇ ਗਊਸ਼ਾਲਾ ਕਾਫੀ ਬਣਾਈਆਂ ਅਨਾਥ ਆਸ਼ਰਮ ਬਣਾਇਆ ਬਜ਼ੁਰਗਾਂ ਦੇ ਤੇ ਇਹਨਾਂ ਨੇ ਜਦੋਂ ਮੇਰੀ ਵੀਡੀਓ ਦੇਖੀ ਤਾਂ ਉਦੋਂ ਇਹਨਾਂ ਨੇ ਫਿਰ ਸੋਚਿਆ ਵੀ ਇਹ ਭੈਣ ਨੂੰ ਆਪਾਂ ਸ਼ੈਲਟਰ ਬਣਾ ਕੇ ਦੇਣਾ ਦੇਖੋ ਟਾਈਮ ਬਦਲਦੇ ਹੋਏ ਸਮਾਂ ਨਹੀਂ ਲੱਗਦਾ ਸਮਾਂ ਕਿਦਾਂ ਮਤਲਬ ਭੱਜਦਾ ਹੈ ਬਹੁਤ ساری ਮਜਬੂਰੀਆਂ ਤੋਂ ਬਾਅਦ ਜਦੋਂ ਇਹ ਸਮਾਂ ਦੇਖਿਆ ਤਾਂ ਖੁਸ਼ੀ ਬਹੁਤ ਹੁੰਦੀ ਹੈ ਕਿ ਕਿ ਫਿਰ ਨਹੀਂ ਸ਼ੈਲਟਰ ਬਣਾਤਾ ਹੈ ਨਾ ਨੇ ਹੈਨਾ ਫਿਰ ਇਹ ਸਿਸਟਰ ਆਏ ਮੇਰੇ ਕੋਲ ਇਹ ਬਾਹਰ ਹੀ ਰਹਿੰਦੇ ਆਏ ਤੇ ਫਿਰ ਵੀ ਮੇਰਾ ਮੇਰਾ ਕਮਰਾ ਦੇਖਿਆ ਉਸ ਟਾਈਮ ਮੈਨੂੰ ਇਨਫੈਕਸ਼ਨ ਬਹੁਤ ਸੀ ਬਹੁਤ ਜ਼ਿਆਦਾ ਤੇ ਮੇਰੇ ਇੱਥੇ ਦਾਣੇ-ਦਾਣੇ ਸਾਰੇ ਸ਼ਰੀਰ ਤੇ ਸੀ ਬਹੁਤ ਜ਼ਿਆਦਾ ਇਨਫੈਕਸ਼ਨ ਬਹੁਤ ਵੱਧੀ ਪੇਸ਼ੀ ਇਹ ਨਾ ਕਰਕੇ ਕਿ ਕਿੰਨੇ ਦੇ ਕਮਰੇ ਚ ਬਿੱਲੀਆਂ ਡੌਗੀ ਬਹੁਤ ਸੀ ਇਹਨਾਂ ਕੋ ਵੀ ਖੜਿਆ ਨਹੀਂ ਗਿਆ ਮੇਰੇ ਕਮਰੇ ਚ ਆ ਕੇ ਤੇ ਇਹਨਾਂ ਨੇ ਫੋਨ ਲਾਇਆ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਬਣਾਤਾ ਦਿੱਤਾ ਸ਼ੈਲਟਰ ਭੈਣ ਤਾਂ ਉਦਾਂ ਦੀ ਉਦਾਂ ਹੀ ਹੈ ਵੀ ਉਹਦੀ ਜ਼ਿੰਦਗੀ ਜੀ ਉਹੀ ਮਾਰਗੀ ਤੇ ਫਿਰ ਤੁਹਾਡੇ ਸ਼ੈਲਟਰ ਬਣਾਏ ਦਾ ਕੀ ਜਾਣਾ ਫਿਰ ਜਿੱਥੇ ਆਪਾਂ ਹੁਣ ਬੈਠੇ ਆ ਦੋ ਕਮਰੇ ਆ ਸਾਰਾ ਸਮਾਨ ਤੇ ਆ ਐਲ ਸੀ ਡੀ ਵਗੈਰਾ ਸਭ ਇਹਨਾਂ ਨੇ ਲੈ ਕੇ ਦਿੱਤੀਆਂ ਪਾ ਕੇ ਦਿੱਤਾ ਵੀ ਤੂੰ ਤੀਸਰੀ ਮੰਨਦੇ ਤੇ ਰਹਿਣਾ ਪਰ ਤੂੰ ਇਹ ਆ ਵੀ ਕੋਈ ਡੌਗੀ ਨਹੀਂ ਉੱਪਰ ਰੱਖਣਾ ਆਪਣੇ ਕਮਰੇ ਚ نیچے ਰੱਖਣਿਆ ਸੇਵਾ ਕਰਨੀ ਆ ਬਸ ਇਹ ਸ਼ਰਤ ਆ ਤੇਰੀ ਮੇਰੀ ਅੱਛਾ ਪਰ ਮੈਂ ਛੋੜੀ ਜੀ ਪਿਆਰ ਮੈਂ ਮ ਇਕੱਲੀ ਨਹੀਂ ਨਾ ਰਹਿ ਸਕਦੀ ਇਹਨਾਂ ਤੋਂ ਬਿਨਾਂ ਕਿੱਦਾਂ ਰਹਿ ਲਾਂ ਫਿਰ ਵੀ ਮੈਂ ਲੈ ਆਂਦੇ ਛੋੜੇ-ਮੋਤੇ ਉੱਪਰ ਅੱਛਾ ਹੁਣ ਕਿੰਨੇ ਡੌਗਸ ਨੇ ਤੁਹਾਡੇ ਕੋਲ ਹੈਗੇ ਹੋਣਗੇ 500 500 ਤੋਂ ਹੈਗੇ ਹੈਗੇ 500 ਡੌਗਸ ਹੈਗੇ ਇਹਨਾਂ ਨੂੰ ਤੇ ਕੇਅਰ ਕਰਨ ਵਾਸਤੇ ਤਾਂ ਬੰਦੇ ਵੀ ਚਾਹੀਦੇ ਨੇ ਬੰਦੇ ਤੁਹਾਡੇ ਬੰਦੇ ਇੱਕ ਤਾਂ ਲੇਡੀ ਸੀ ਆ ਉੱਪਰ ਵਾਲਿਆਂ ਵਾਸਤੇ ਤਾਂ ਕੁੜੀ ਐ ਤੇ ਮੈਂ ਆ ਹਣ ਠੀਕ ਹੈ ਬਾਕੀ ਤੇ ਥੱਲੇ ਆ ਡਾਕਟਰ ਸੁਲੇਸ਼ ਆਮ ਦਾ ਜਿਹਦੇ ਵਿੱਚ ਜਿਹੜਾ ਮੁੰਡਾ ਹੁੰਦਾ ਨਾ ਇਹ ਵੀ ਟ੍ਰੀਟਮੈਂਟ ਕਰ ਲੈਂਦਾ ਅੱਛਾ ਮਤਲਬ ਡਿਪ ਡੂ ਪਲਾ ਲੈਂਦਾ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਪੇ ਦੇ ਰਹੇ ਹੋ ਹਾਂ ਤਨਖਾਹ ਤੇ ਜਿਵੇਂ ਏ ਦੀ ਏ ਦੀ ਤਨਖਾਹ ਡਾਕਟਰ ਮਹਿਕ ਵੰਸਲ ਦਿੰਦੀ ਹੈ ਆ ਜਿਹੜੇ लवली ਆਇਆ ਸੀਗਾ ਹੈਨਾ ਉਹ ਦੂਜੇ ਮੁੰਡੇ ਦੀ ਉਹ ਡਾਕਟਰ ਖੁਸ਼ਬੂ ਦਿੰਦੀ ਹੈ ਠੀਕ ਹੈ ਨਾ ਤੀਜੇ ਦੀ ਸਨੀ ਦਿੰਦੀ ਹੈ ਜਿਹੜੀ ਸ਼ੁਰੂ ਤੋਂ ਹੀ ਮੇਰੇ ਨਾਲ ਜੁੜੇ ਹੋਏ ਹੈ ਸਨੀ ਦਾ ਤਾਂ ਸ਼ੁਕਰਿਆ ਦਾ ਨਹੀਂ ਕਰ ਸਕਦੀ ਉਹ ਮੈਨੂੰ ਫालतू ਵੀ ਭੇਜ ਦੇ ਦਿੱ ਤਨਖਾਹ ਦੇ ਨਾਲ ਨਾਲ ਹੈਨਾ ਬੇਬੀ ਸ਼ੀਟ ਲੈ ਲਿਓ ਚਾਵਲ ਲੈ ਲਿਓ ਖੁਸ਼ ਲੈ ਲਿਓ ਹੈਨਾ ਤੇ ਇੱਕ ਦੀ ਮੈਂ ਦੇ ਦਿੰਨੀ ਆ ਕੋਦੀ ਜੇ ਇੱਕ ਹੋਰ ਮੁੰਡਾ ਵਾ ਉਹ ਛੁੱਟੀ ਲੈ ਕੇ ਗਿਆ ਉਹ ਅਜੇ ਆਇਆ ਨਹੀਂ ਪਿੰਡ ਗਿਆ ਹੋਇਆ ਤੇ ਉਹਦੀ ਮੈਂ ਦੇ ਦੋ ਬੰਦਿਆਂ ਦੀ ਮੈਂ ਇਕੱਠੀ ਕਰਕੇ ਦੇਣੀ ਹੈ 500 ਕੁੱਤਾ ਰੱਖਣਾ ਫਿਰ ਇਹਨਾਂ ਦੀ ਫੀਡ ਵੀ ਬਣਨੀ ਹੈ ਹਨਾ ਤੇ ਕਿਸ ਤਰ੍ਹਾਂ ਮਤਲਬ ਮੈਨੇਜ ਕਰ ਰਹੇ ਹੋ ਇਸ ਸੀਜ਼ ਨੂੰ ਦੇਖੋ ਮੈਮ ਮੈਨੇਜ ਆਪਣੇ ਆਪ ਕਰਨ ਕਰਾਵਾਣਾ ਪਿਆ ਆ ਆਪਾ ਸੇਵਾਦਾਰਾ ਹਾਕ ਕਿਤੇ ਕਿਤੇ ਹੋ ਜਾਂਦਾ ਕਿਸੇ ਕਿਸੇ ਮਹੀਨੇ ਕੋਈ ਨਹੀਂ ਵੀ ਸੇਵਾ ਦੇ ਪੰਦਾ ਹਨਾ ਉਦੋਂ ਮੈਨੂੰ ਲੈਣੇ ਵੀ ਪੈ ਜਾਂਦੇ ਆ ਇੱਧਰ ਉੱਧਰ ਪਰ ਇਹ ਵੀ ਕਿਸੇ ਕਿਸੇ ਟਾਈਮ ਕਹਿੰਦੇ ਨਹੀਂ ਆ ਰੱਬ ਦਿੰਦਾ ਤੇ ਚਪੜ ਪਾੜ ਕੇ ਦਿੰਦਾ ਜੇ ਨਹੀਂ ਦਿੰਦਾ ਜੇ ਨਹੀਂ ਦਿੰਦਾ ਕਿਸੇ ਦਿਨ ਦਿੰਦਾ ਜਿਹੜੇ ਫੜੇ ਹੁੰਦੇ ਆ ਫਿਰ ਆਪਾਂ ਉਹ ਲਾ ਦਈਦੇ ਆ ਫਿਰ ਆਪਾਂ ਫੜਨ ਜੋਗੇ ਹੋ ਜੀਦਾ ਮਤਲਬ ਕੀ ਆਈ ਚਲਾਈਆ ਵੀ ਬੱਚੇ ਮੇਰੇ ਭੁੱਖੇ ਨਹੀਂ ਸੁੰਦੇ ਨਾ ਮੇਰੇ ਕੰਮ ਕਰਨ ਵਾਲੇ ਭੁੱਖੇ ਸੁੰਦੇ ਨਾ ਮੈਂ ਸੁੰਦੀ ਨਾ ਮੇਰੇ ਬੱਚੇ ਸੁੰਦੇ ਰਾਜ ਕੇ ਖਾਂਦੇ ਆ ਟਰੀਟਮੈਂਟ ਕਰਨ ਵਾਸਤੇ ਇੱਕ ਡਾਕਟਰ ਚਰਨਜੀਤ ਆ ਯੂਕੇ ਤੋਂ ਯੂਕੇ ਤੋਂ ਆ ਉਹਨਾਂ ਨੂੰ ਮੈਂ ਜਦੋਂ ਮਰਜ਼ੀ ਫੋਨ ਕਰਦਾ ਕਿ ਸਰ ਆ ਇੰਨੀ ਮੈਡੀਸਿਨ ਚਾਹੀਦੀ ਹੋ ਚਾਹੇ ਉਹ 50000 ਦੀ ਚਾਹੇ 20000 ਦੀ ਜਿੰਨੀ ਮਰਜ਼ੀ ਆ ਉਹਨਾਂ ਨੇ ਉਹ ਮੈਡੀਸਿਨ ਮੈਨੂੰ ਦੇ ਦੇਣੀ ਆ ਲੈ ਅੱਛਾ ਮੈਡੀਸਿਨ ਜਦੋਂ ਦੀ ਉਹ ਮੈਨੂੰ ਮੈਡੀਸਿਨ ਤਾਂ ਮੈਨੂੰ ਟੈਨਸ਼ਨ ਹੈ ਹੀ ਹੋਈ ਨਹੀਂ ਫਿਰ ਅੱਛਾ ਇੱਕ ਦਲੀਪ ਸਰ ਆ ਉਹਨਾਂ ਨੇ ਮੈਨੂੰ ਆਏ ਆਏ 15 ਜਰੀਕ ਨੂੰ ਆਏ ਪਹਿਲੀ ਨੂੰ ਪੰਜ ਬੋਰੀਆਂ ਫੀਡ ਦੀਆਂ ਉਹਨਾਂ ਨੇ ਦੇਣੀਆਂ ਨੇ 15 ਨੂੰ ਪੰਜ ਦੇਣੀਆਂ ਹੈਨਾ ਬਾਕੀ ਇਹ ਕੀ ਕਾ ਜੀਵਨ ਜੀਨਾ ਜੀਨਾ ਮੈਂਮ ਜਿਹੜੇ ਉਹ ਵੀ ਪਾਰਲਰ ਦਾ ਕੰਮ ਕਰਦੇ ਨੇ ਹੈਨਾ ਨਾ ਖੁੰਦਾ ਉਹਨਾਂ ਨੇ ਆਏ ਮਹੀਨੇ ਮੈਨੂੰ 5 10 ਭੇਜਣੀਆਂ ਬੋਰੀਆਂ ਫੀਡ ਦੀਆਂ ਅਗਰ ਜੀ ਮੈਂ ਉਹਨਾਂ ਨੂੰ ਜ਼ਿਆਦਾ ਕਹਿ ਦਾਂ ਨਾ ਫਰਨੈਲ ਚਾਹੀਦੀ ਹੈ ਜਾਂ ਹੋਰ ਚੀਜ਼ ਚਾਹੀਦੀ ਹੈ ਵਾਈਪਰ ਹੈ ਨਹੀਂ ਕੁਛ ਉਹਨਾਂ ਨੇ ਤੇ ਮੈਂ ਜਿੱਥੇ ਸ਼ਰਧਾ ਹੈ ਨਾ ਜਿੱਥੇ ਸੇਵਾ ਆ ਉਹ ਕੰਮ ਰੁਕਦੇ ਨਹੀਂ ਹੁੰਦੇ ਔਰ ਜਿੱਥੇ ਨੀਅਤ ਸਾਫ਼ ਆ ਮਾਲਕ ਆਪ ਖਲੋਂਦਾ ਹੂੰ ਦੇਖੋ ਵਕਤ ਉਹ ਵੀ ਤੁਸੀਂ ਦੇਖਿਆ ਜਦੋਂ ਵਿਆਜ ਤੇ ਪੈਸੇ ਚੱਕੇ ਹਾਂ ਪਿਆ ਮੈਂ ਆਪਣੇ ਮਕਾਨ ਘਰ ਦਾ ਮਕਾਨ ਗਿਰਵੀ ਰੱਖਿਆ ਹੋਇਆ ਸੀ ਅੱਛਾ ਜਦੋਂ ਲੋਕਡਾਉਨ ਸੀ 2 ਲੱਖ ਰੁਪਏ ਤੇ ਆ ਜੋ ਵੀ ਟਾਈਮ ਹੋ ਵੀ ਛੋਟਿਆ ਹੋਇਆ ਉਦੋਂ ਮੈਂ ਸੁਨੰਦਤਾ ਸ਼ਰਮਾ ਜੀ ਦੇ ਉੱਥੇ ਗਈ ਸੀ ਮੈਨੂੰ ਇੱਕ ਆਸ ਲੱਗੀ ਸੀ ਸ਼ਾਇਦ ਮੈਨੂੰ ਉੱਥੋਂ ਪੈਸੇ ਮਿਲਣਗੇ ਵੀ ਜਿਵੇਂ ਮੇਰੀ ਇੰਟਰਵਿਊ ਉੱਥੇ ਹੋਈ ਸੀਗੀ ਕਿ ਮੈਨੂੰ ਲੱਗਿਆ ਕਿ ਸ਼ਾਇਦ ਉੱਥੋਂ ਮੇਰੀ ਮਦਦ ਹੋਗੀ ਮਦਦ ਵਾਸਤੇ ਬੁਲਾਇਆ ਹੋ ਹਨਾ ਸ਼ਾਇਦ ਉੱਥੋਂ ਇੰਟਰਵਿਊ ਦੇਖਣਗੇ ਲੋਕੀ ਮੇਰੀ ਸ਼ਾਇਦ ਮਦਦ ਹੋਊਗੀ ਮੇਰਾ 2 ਲੱਖ ਜਿਹੜਾ ਕਰਜ਼ਾ ਉਤਰ ਜਾਊਗਾ ਉੱਥੋਂ ਮਗਰ ਨਹੀਂ ਉੱਥੇ ਸਿਰਫ ਇੱਕ ਇਨਾਮ ਹੀ ਦੇਣਾ ਸੀ ਕਿ ਕੀ ਸੀਗਾ ਉਹ ਹਨਰ ਪੰਜਾਬ ਦੇ ਸਿਰਫ ਹੁਨਰ ਹੀ ਦੇਖਿਆ ਗਿਆ ਉੱਥੇ ਮੁਸੀਬਤਾਂ ਨਹੀਂ ਦੇਖੀਆਂ ਗਈਆਂ ਹਾਂ ਵੀ ਬੱਚੇ ਉੱਥੇ ਕਿਵੇਂ ਕੋਣ ਮੁਸੀਬਤਾਂ 'ਚ ਕੋਣ ਰੋ ਰੇ ਤੁਹਾਡੇ ਇੰਟਰਵਿਊ 'ਚ ਰੋ ਰਿਹਾ ਤੁਸੀਂ ਉਹਦੀ ਮੁਸੀਬਤਾਂ ਦੇਖ ਕੇ ਕੋਈ ਮਤਲਬ ਕਿ ਅੱਗੇ ਨਹੀਂ ਕੋਈ ਆਇਆ ਹਾਂ ਵੀ ਕਿਸੇ ਨੇ 10 ਰੁਪਏ ਨਹੀਂ ਕੱਡੇ ਉੱਥੋਂ ਇਸ ਹੁਨਰੀ ਦੇਖਿਆ ਵੀ ਇਹ ਸਾਡੇ ਹੁਨਰ ਪੰਜਾਬ ਦੇ ਨੇ ਵੀ ਹੁਨਰ ਦੇਖਿਆ ਵੀ ਇਹਨਾਂ ਨੇ ਆ ਕੰਮ ਚੰਗਾ ਕੰਮ ਕਰ ਰਿਆ ਚੰਗਾ ਕੰਮ ਕਰਨ ਵਾਸਤੇ ਉਹਦੇ ਚ ਇੰਟਰਵਿਊ ਵਿੱਚ ਬੋਲਿਆ ਗਿਆ ਹੈ ਕਿ 2 ਲੱਖ ਚ ਮੇਰੇ ਘਰ ਦੀ ਰਜਿਸਟਰੀ ਪਈ ਮਗਰ ਕਿਸੇ ਦੇ ਉਹ ਇੰਟਰਵਿਊ ਦੇ ਵਿੱਚ ਕੋਈ ਨਹੀਂ ਬੋਲਿਆ ਕਿ ਵੀ ਅਸੀਂ ਉਹ 2 ਲੱਖ ਦਿੰਦੇ ਆ ਜਾਂ ਤੈਨੂੰ ਐਨੇ ਦਿੰਦੇ ਆ ਜੋ ਆਪਣੇ ਘਰ ਦੀ ਰਜਿਸਟਰੀ ਜਰਾ ਸੁਢਾਲਾ ਨਹੀਂ ਉਹ ਹੁਨਰ ਹੀ ਦੇਖਿਆ ਗਿਆ ਸਰ ਉਹ ਹੁਨਰ ਪੰਜਾਬ ਦਾ ਸੀ ਨਾ ਬਸ ਉਹਦੇ ਚ ਹੁਨਰ ਪਛਾਨਿਆ ਗਿਆ ਕਿ ਆ ਚੀਜ਼ਾਂ ਚੋਂ ਨੰਗ ਕੇ ਵੀ ਇੱਕ ਲੇਡੀਜ਼ ਚ ਇੱਕ ਲੇਡੀਜ਼ ਹੋ ਕੇ ਵੀ ਆ ਕੰਮ ਕਰ ਰਹੀ ਹੈ ਹਮ ਬਸ ਉਹ ਚੀਜ਼ ਵੇਖੀ ਗਈ ਹੈ ਵੀ ਉਹ ਲੇਡੀਜ਼ ਨੇ ਆ ਮੁਸ਼ਕਿਲਾਂ ਦੇਖੀਆਂ ਆ ਕਰਿਆ ਬਸ ਉਹ ਚੀਜ਼ ਦੇਖੀ ਗਈ ਹੈ ਮਤਲਬ ਕਿ ਹੈਲਪ ਉਹਨੂੰ ਦੇਖ ਕੇ ਸ਼ਾਇਦ ਕੋਈ ਆਇਆ ਹੋਵੇ ਮੇਰੇ ਕੋਲ ਉਹ ਨਹੀਂ ਮੈਨੂੰ ਪਤਾ ਪਰ ਇਹ ਹੈ ਕਿ ਉੱਥੋਂ ਮਤਲਬ ਕਿ ਜਿਹੜੀ ਆਸ ਮੈਂ ਲੈ ਕੇ ਗਈ ਸੀ ਵੀ ਸ਼ਾਇਦ ਕੋਈ ਚੈੱਕ ਮਿਲੇਗਾ ਜੋ ਕੁਝ ਮਿਲੇਗਾ ਮਤਲਬ ਕਿ ਉਹ ਚੀਜ਼ ਨਹੀਂ ਦੇਖੋ ਜ਼ਿੰਦਗੀ ਜਦ ਤੱਕ ਹਨਾ ਮੁਸ਼ਕਲਾਂ ਚਲਦੀਆਂ ਰਹਿੰਦੀਆਂ ਨੇ ਹਮਮ ਮੁਸ਼ਕਲਾਂ ਤੋਂ ਪਾਰ ਪਾਣਾ ਫਿਰ ਉਸ ਤੋਂ ਬਾਅਦ ਫਿਰ ਮੁਸ਼ਕਲਾਂ 'ਚ ਫਿਰ ਜਾਣਾ ਇਹ ਜ਼ਿੰਦਗੀ ਦਾ ਨਿਯਮ ਹੈ ਕਿ ਤੁਸੀਂ ਕਦੀ ਵਿਹਲੇ ਨਹੀਂ ਬੈਠੋਗੇ ਰੱਬ ਕੋਈ ਨਾ ਕੋਈ ਪਰਖਸ਼ਾ ਤੁਹਾਡੇ ਲਈ ਪੇਜਦਾਰ ਰਹੀ ਹੈ ਪਰਖਸ਼ਾ ਚੱਲ ਹੀ ਰਹੀ ਹੈ ਇਸ ਟਾਈਮ ਮਤਲਬ ਕਿ ਚੱਲ ਰਹੀ ਹੈ ਦੇਖਦੇ ਹਾਂ ਕਿੰਨੀ ਕਿਧਰ ਚਲਾ ਰਹੇ ਹੈ ਚਲਾਏ ਰਿਹਾ ਹੈ ਕਿ ਇਸ टाइम ਫਿਰ ਥੋੜੀ ਜਿਹੀ ਪ੍ਰੀਖਿਆ ਚੱਲ ਰਹੀ ਹੈ ਬੇਟੇ ਦੇ ਨਾਲ ਕਿ ਬੇਟਾ ਹਜੇ ਵੀ ਪਰਿਆ ਸਾਈਡ ਤੇ ਹੈ ਦੇਖੋ ਵੈਸੇ ਆਏਗਾ ਤਾਂ ਸਹੀ ਹੈ ਤੋ ਮੈਨੂੰ ਵੀ ਪਤਾ ਸ਼ੈਲਟਰ ਤਾਂ ਚਲਾਏਗਾ ਬੇਟੀ ਵੀ ਆਈ ਹੋਈ ਹੈ ਬੇਟੀ ਨੂੰ ਤਾਂ ਬੇਟੀ ਤਾਂ ਬਹੁਤ ਸਮਝਦਾਰ ਹੈ ਉਹ ਤਾਂ ਹੈ ਹੀ ਡੌਗ ਲਵਰ ਹੀ ਉਹਨੇ ਤਾਂ ਕੁਆਰਿਆ ਹੁੰਦੇ ਮੇਰਾ ਇੰਨਾ ਸਾਥ ਦਿੱਤਾ ਹੈ ਨਾ ਹੁਣ ਤਾਂ ਉਹਦੀ ਮੈਰिज ਹੋਈ ਹੋਈ ਹੈ ਨਾ ਬਸ ਐਨਾ ਹੈ ਮਤਲਬ ਕਿ ਉਹਨੂੰ 2 ਮਹੀਨੇ ਹੋ ਗਏ ਮੇਰੇ ਭਲਾਈ ਨੂੰ 2 ਮਹੀਨੇ ਹੋ ਗਏ ਉਹਨੂੰ ਚਲਾ ਹੀ ਰਹੀ ਹੈ ਅਗਰ ਮੈਨੂੰ ਮੈਂ ਨਹੀਂ ਪੜੀ ਲਿਖੀ ਨਹੀਂ ਹੈ ਅਗਰ ਕੋਈ ਕੰਮ ਐਸਾ ਹੁੰਦਾ ਵੀ ਜਿਹੜਾ ਉਹ ਪੜੇ ਲਿਖਿਆ ਵਾਲਾ ਹੁੰਦਾ ਤੋ ਕਰ ਲੈਂਦੀ ਐ ਨਾ ਠੀਕ ਹੈ ਬੇਟਾ ਕਰ ਲੈਂਦਾ ਸੀ ਇੰਨਾ ਕਿ ਕਿਤੇ ਨਾ ਕਿਤੇ ਰੰਸ ਦਿਮਾਗ ਦੇ ਅੰਦਰ ਤੁਹਾਡੇ ਹੈ ਕਿ ਮੈਂ ਅਗਰ ਨਾ ਹੋਵਾਂ ਤਾਂ ਸ਼ਟਰ ਕੌਣ ਚਲਾਏਗਾ ਸ਼ਾਇਦ ਕਿਤੇ ਨਾ ਕਿਤੇ ਇਹ ਵੀ ਸੋਚ ਤੁਹਾਡੇ ਜ਼ਿਹਨ ਚ ਜੋ ਤੁਹਾਨੂੰ ਭਾਵੁਕ ਕਰ ਦਿੰਦੀ ਹੈ ਮੈਨੂੰ ਲੱਗਦਾ ਮੈਨੂੰ ਹੈ ਕਿ ਮੈਂ ਮੈਂ ਥੋੜਾ ਜਿਹਾ ਡਰ ਵੀ ਗਈ ਐ ਕਿ ਮੈਨੂੰ ਕੁਝ ਹੋ ਗਿਆ ਤੇ ਮੇਰੇ ਬੱਚੇ ਕੀ ਕਰਨਗੇ ਮੇਰੇ ਬੱਚਾ ਨੂੰ ਪਿੱਛੋ ਜਿੱਦਾਂ ਮੈਂ ਚਲਾ ਰਹੀ ਹਾਂ ਇਦਾਂ ਕੋਈ ਚਲਾ ਪਾਊਗਾ ਕਿ ਨਹੀਂ ਇਹ ਮੈਂ ਸੋਚਦੀ ਆ ਮੈਂ ਸ਼ਾਇਦ ਰਾਤਾਂ ਨੂੰ ਡਰ ਕੇ ਉੱਠ ਵੀ ਜਾਂਦੀ ਆ ਮੇਰੀ ਮੇਰੀ ਦਵਾਈ ਫੇਰ ਡਿਪਰੈਸ਼ਨ ਦੀ ਚੱਲ ਪਈ ਹੈ ਪਹਿਲਾਂ ਮੈਂ ਖਾਣੀ ਬੰਦ ਕਰ ਦਿੱਤੀ ਸੀਗੀ ਮਤਲਬ ਕਿ ਹੁਣ ਫਿਰ ਦੁਬਾਰਾ ਚਾਲੂ ਹੋ ਗਈ ਹੈ ਕਿ ਮੈਨੂੰ ਹੁਣ ਫਿਰ ਡਰ ਲੱਗਣ ਲੱਗ ਗਿਆ ਕਿ ਮੇਰੇ ਬੱਚਾ ਦਾ ਕੀ ਬਣੇਗਾ ਬਾਅਦ ਚੋ ਦੇਖੋ ਮੈਂ ਦੇਖਿਆ ਸਮਾਜ ਦੇ ਵਿੱਚ ਨਾ ਆਪਣਾ ਰੁਤਬਾ ਸਮਝਦੇ ਨੇ ਲੋਕੀ ਡੌਗਸ ਨੂੰ ਰੱਖਣਾ ਉਹ ਵੀ ਨਸਲ ਦੇ ਕੁੱਤੇ ਰੱਖਣਾ ਹੈ ਨਾ ਉਹਨਾਂ ਨੂੰ ਲੱਗਦਾ ਕਿ ਦਿਨਾਂ ਕਿਤੇ ਤੁਹਾਡਾ ਡਿਪਰੈਸ਼ਨ ਕਿਤੇ ਨਾ ਕਿਤੇ ਤੁਹਾਡੇ ਮੂਡ ਸਵਿੰਗਸ ਨੂੰ ਠੀਕ ਕਰਦਾ ਹੈ ਕੁੱਤਿਆਂ ਦਾ ਪਿਆਰ ਨਾ ਨਾ ਤੁਸੀਂ ਇੱਕ ਪੈਟ ਰੱਖ ਲੈਂਦੇ ਹੋ ਇੱਥੇ ਤੁਹਾਡੇ ਕੋਲ ਢੇਰੋਂ ਬੱਚੇ ਨੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ ਹਾਲਾਂਕਿ ਤੁਸੀਂ ਇਹਨਾਂ ਨੂੰ ਸਾਹਮਦੇ ਹੋਏ ਡਿਪਰੈਸ਼ਨ ਦੇ ਵਿੱਚ ਹੋ ਕਿ ਮੇਰਾ ਇਹਨਾਂ ਦਾ ਕੀ ਹੋਏਗਾ ਮੇਰੇ ਪੁੱਤਰ ਦਾ ਅੰਬਸ ਇਹਨਾਂ ਦੇ ਕਰਕੇ ਆ ਮੈਂ ਡਿਪਰੈਸ਼ਨ 'ਚ ਮੈਂ ਹੋਰ ਕਿਸੇ ਦੇ ਕਰਕੇ ਨਹੀਂ ਮੈਨੂੰ ਇਹਨਾਂ ਦੀ ਟੈਨਸ਼ਨ ਹੀ ਆ ਮਤਲਬ ਕਿ ਇਹ ਹੈ ਕਿ ਜਿਵੇਂ ਮੈਂ ਪਿਆਰ ਕਰਦੀਆਂ ਨਾ ਕਰਦਾ ਮੇਰਾ ਬੇਟਾ ਉਦਾਂ ਹੀ ਪਿਆਰ ਆ ਮੇਰਾ ਬੇਟਾ ਇਹਨਾਂ ਲਈ ਜਾਨ ਦਿੰਦਾ ਹੈ ਉਹ ਤਾਂ ਮਤਲਬ ਕਿ ਤੁਸੀਂ ਮੰਨੋਗੇ ਨਹੀਂ ਉਹ ਵਾਂਚਾ ਸੰਦਾ ਵੀ ਨਾ ਸ਼ੈਲਟਰ ਚ ਚੋਰੀ ਚਪੇ ਮਿਲਣ ਵਾਸਤੇ ਵੀ ਆਂਦਾ ਹੈ ਐਸੀ ਗੱਲ ਨਹੀਂ ਆਂਦਾ ਤਾਂ ਸੌਰੀ ਡੋਗੀ ਉਹਦੀ ਮਕਰਮਗਰ ਹੁੰਦੀ ਹੈ ਤੁਸੀਂ ਮੰਨਣਾ ਨਹੀਂ ਕਿ ਸਾਰੇ ਉੱਪਰ ਚੜਦੇ ਆ ਪਿਆਰ ਕਰਦੇ ਉਹਨੂੰ ਤਾਂ ਪਰ ਇੱਕ ਗੱਲੋਂ ਡਰ ਲੱਗਦਾ ਹੈ ਕਿ ਇੱਕ ਇੱਕ ਬੰਦਾ ਐਸਾ ਹੁੰਦਾ ਨਾ ਕਿਵੇਂ ਦੱਸਾਂ ਤੁਹਾਨੂੰ ਮੈਂ ਕਿ ਪਤਾ ਨਹੀਂ ਆਂ ਦੇਗਾ ਕਿ ਨਹੀਂ ਆਂ ਦੇਗਾ ਸੰਭਲ ਦੇਗਾ ਕਿ ਨਹੀਂ ਸੰਭਲ ਦੇਗੀ ਇੱਕ ਦਿਮਾਗ ਦੇ ਵਿੱਚ ਚੱਲ ਰਿਹਾ ਹੈ ਥੋੜ੍ਹ ਜੇ ਨਹੀਂ ਹੁੰਦੇ ਹਾਂ ਸਾਡੇ ਦਿਮਾਗ ਦੇ ਨਾ ਬਸ ਇੱਕੋ ਹੀ ਕਮੀ ਹੈ ਕਿ ਉਹ ਹਮੇਸ਼ਾ ওই ਥਾਟ ਕਿੱਚ ਕੇ ਲੈ ਕੇ ਆਂਦਾ ਜਿਹੜਾ ਸਾਡੇ ਦਿਲ ਨੂੰ ਤੰਗ ਕਰ ਦਿੰਦਾ ਤੰਗ ਸਾਨੂੰ ਓਵਰ ਥਿੰਕਿੰਗ ਦੀ ਅਸ ਦੁਨੀਆ ਚ ਲੈ ਜਾਂਦਾ ਜਿੱਥੇ ਅਸੀਂ ਸੋਚਦੇ ਰਹਨੇ ਆ ਪਰ ਘੰਟੀਆਂ ਸੋਚਣ ਦੇ ਵਿੱਚ ਬਿਤਾ ਦਿੰਨੇ ਆ ਹਾਂ ਬਸ ਮੇਰੇ ਤੋਂ ਹੋਰ ਕੋਈ ਮੈਨੂੰ ਦੇਖੋ ਮੈਨੂੰ ਮੈਂ ਮੈਂ ਰੱਬ ਦੇ ਅੱਗੇ ਖੜ੍ਹ ਜਾਣਾ ਮੈਂ ਕਹਿ ਦਵਾਂ ਪਰਮਾਤਮਾ ਨੂੰ ਵੀ ਮੈਂ ਹਾਰ ਜੱਲੀਆਂ ਆ ਚੀਜ਼ ਚਾਹੀਦੀ ਐ ਮੈਨੂੰ ਇਹਨਾਂ ਬੱਚਾ ਲਈ ਆ ਕਿਸ਼ਤ ਤੁਸੀਂ ਮੈਂ ਸਾਹਮਣੇ ਦਾ ਸਾਹਮਣਾ ਪਲਾਟ ਲਿੱਤਾ ਮੈਂ ਉਹ ਜਿਹੜੇ ਤੁਸੀਂ ਸਾਹਮਣੇ ਦੇਖਦੇ ਹੋਗੇ ਅਜੇ ਤੁਹਾਨੂੰ ਪਤਾ ਕੱਚਾ ਪੱਕਾ ਜੈ ਆ ਬੱਚੇ ਵੱਧ ਗਏ ਸੀਗੇ ਤਾਂ ਮੈਂ ਖੜ ਜਾ ਸਾਹਮਣੇ ਉਹਦੇ ਮੈਨੂੰ ਉਹਦੀ ਕਿਸ਼ਤ ਦੇਣੀ ਆ ਤੁਸੀਂ ਕਰੋ ਕੋਈ ਹੱਲ ਮੇਰੇ ਥੋੜਨਾ ਤੁਸੀਂ ਹੀ ਲਾਇਆ ਮੈਨੂੰ ਇਸ ਲਾਈਨ 'ਚ ਮੈਂ ਥੁੜਨੇ ਲੱਗੀ ਆ ਤਾਂ ਉਹ ਪਤਾ ਨਹੀਂ ਆਪੇ ਕਰ ਦਿੰਦੇ ਕਿ ਤੂੰ ਕਿਤੇ ਕੋਈ ਬੰਦਾ ਆ ਹੀ ਜਾਂਦਾ ਹੈ ਹੈਨਾ ਤਾਂ ਬਸ ਆ ਚੀਜ਼ ਕਹਨੀ ਐ ਮੈਂ ਮੇਰੇ ਮਗਰੋਂ ਵੀ ਤਾਂ ਮੇਰੇ ਵਰਗਾ ਬੰਦਾ ਦੋ ਸਹੀ ਗਾ ਆ ਤਾਂ ਮੇਰੀ ਲੜਾਈ ਚੱਲਦੀ ਰੋਜ਼ ਉਹਨਾਂ ਨਾਲ ਹੂੰ ਕਰਨਗੇ ਆਪੇ ਹੀ ਦੇਖੀ ਜਾਏਗੀ 500 ਡੌਗ ਦੇ ਵਿੱਚ ਸਾਰੇ ਸਟਰੀਟ ਨੇ ਹਾਂ ਇਹ ਵਿਚਾਰ ਨਸਲਾਲੇ ਵੀ ਨੇ ਤੁਸੀਂ ਬਾਹਰ ਮੇਰੇ ਮੇਰੇ ਕੋਲ ਦੇ ਦੇਖੋਗੇ ਨਾ ਜਰਮਨ ਸ਼ੈਫੜਾ ਛੱਡੀ ਹੋਈ ਆ ਹਨਾ ਇੱਕ نیچے ਬਜ਼ੁਰਗ ਆ ਜਰਮਨ ਸ਼ੈਫੜਾ ਤਾਂ ਗਿਲ ਇਧਰ ਆਲੰਗੀਰ ਸਾਈਡ ਤੋਂ ਮਿਲਿਆ ਦੇਖੋ ਬਜ਼ੁਰਗ ਹੋ ਗਿਆ ਖਾਰਿਸ਼ ਪੈ ਗਈ ਉਹਨੂੰ ਉੱਥੇ ਛੱਡਤਾ ਇੱਕ ਗੱਦੀ ਆ ਉਹਨੂੰ ਵੀ ਉੱਥੇ ਹੀ ਛੱਡਤਾ ਬਜ਼ੁਰਗ ਅੱਖਾਂ ਤੋਂ ਜਿੱਥਾ ਘਾਟਾਂ ਨੂੰ ਮਤਲਬ ਕਿ ਤੁਸੀਂ ਤੁਸੀਂ ਮੰਨੋਗੇ ਨਹੀਂ ਅੱਧੇ ਡੋਗੀ ਤਾਂ ਬਿਗਲ ਆ ਉਹ ਤਾਂ 1.5 ਸਾਲ ਦੀ ਆ ਉਹਨੂੰ ਛੱਡਿਆ ਕਿਉਂ ਆ ਉਹਦੇ ਬੱਚੇ ਕਿ ਰਾਏ ਹੋਣਗੇ ਨਾ ਬੱਚੇ ਜਦੋਂ ਆਪਰੇਸ਼ਨ ਨਾਲ ਕੱਢੇ ਹੋਣਗੇ ਉਹਦੇ ਵਿੱਚ ਕੁਝ ਨੁਕਸ ਪੈ ਗਿਆ ਅੱਛਾ ਉਹ ਡਾਕਟਰ ਤੋਂ ਹੀ ਪਿਆ ਹੋਣਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਡਾਕਟਰ ਨੇ ਦੱਸਤਾ ਹੋਣਾ ਵੀ ਯਾਰ ਇਹਦੇ ਹੁਣ ਬੱਚੇ ਨਹੀਂ ਹੋਣੇ ਤਾਂ ਉਹਨਾਂ ਨੇ ਉਹਨੂੰ ਉਦੋਂ ਹੀ ਛੱਡਤਾ ਉਹ ਕੁਦਰਤੀ ਉਹਨੂੰ ਨਾ ਹੀ ਟਾਈ ਤਾਂ ਮੈਂ ਕਿਹਾ ਚਲੋ ਇਹਦਾ ਆਪਰੇਸ਼ਨ ਕਰਾ ਦਿੰਦੇ ਆ ਫਿਰ ਕਿਸੇ ਨੂੰ ਅਡਾਪਟ ਕਰਾ ਦਾਂਗੇ ਇਹ ਡੇਢ ਸਾਲ ਦੀ ਲੈ ਲੈਣਗੇ ਆਪਰੇਸ਼ਨ ਕਰਾਣ ਭੇਜਿਆ ਤਾਂ ਡਾਕਟਰ ਕਹਿੰਦਾ ਜੇ ਨਾ ਆਂਦੀ ਤੇ ਇਹਦੇ ਅੰਦਰ ਤਾਂ ਗਾ ਐਡਾ ਲੰਬਾ ਸੀ ਜੜਾ ਅੰਦਰ ਡਾਕਟਰ ਨੇ ਛਾੜਤਾ ਸੀ ਬੱਚੇ ਕਰਉਣ ਲੱਗਿਆ ਤਾਂ ਕਹਿੰਦਾ ਨਾ ਲਿਆਉਂਦੇ ਤੇ ਨੇ ਥੋੜੇ ਦਿਨਾਂ ਤੇ ਕਰ ਇਨਫੈਕਸ਼ਨ ਫੈਲ ਜਣੇ ਸੀ ਨਹੀਂ ਮਰ ਜਾਣਾ ਇਹ ਉਹ ਬਲਕਿ ਤੁਸੀਂ ਹਰੇਕ ਇਹ ਰੇਗ ਬੱਚੇ ਦਾ ਅਲੱਗ-ਅਲੱਗ ਕਿੱਸਾ ਹੈ ਇਹਦਾ ਨਾਮ ਸਿਟੀ ਕਹਿੰਦੀ ਹੈ ਨਾ ਇਹਨੂੰ ਮੈਂ ਇਹਦਾ ਨਾਮ ਬੇਲ ਹੈ ਇਦਿ ਮਾਲਕ ਛੱਡ ਗਏ ਜੀ ਸਾਡੇ ਫਰਸ਼ ਤੇ ਤਿਲਸ ਤੇਸ ਕੇ ਅਪਾਹੀ ਜੋਗੀ ਸਾਡੇ ਕੋ ਸਮੀ ਨਹੀਂ ਜਾਂਦੀ 2 ਸਾਲ ਹੋ ਗਏ ਨੂੰ ਇਹ ਨਹੀਂ ਕਿ ਤੁਹਾਡੇ ਸ਼ੋ ਖਰਾਬ ਹੁੰਦੀ ਉਹਨਾਂ ਅਪਾਹੀ ਜੋਗੀ ਸਭ ਬੱਚੇ ਦੀ ਅਲਗ ਅਲਗ ਕਹਾਣੀਆਂ ਜਿਹੜਾ ਨਸਲ ਵਾਲਾ ਹੈ ਔਰ ਜ਼ਿਆਦਾਤਰ ਨਸਲ ਵਾਲੇ ਬੱਚੇ ਕਿਤੇ ਨਾ ਕਿਤੇ ਪ੍ਰੋਬਲਮ ਦੇ ਵਿੱਚ ਨੇ ਪ੍ਰੋਬਲਮ ਦੇ ਵਿੱਚ ਕੋਈ ਅਪਾਹੀਜ ਹੈ ਕੁਝ ਬਜ਼ੁਰਗ ਹੈ ਕਿਸੇ ਨੂੰ ਟਿਊਮਰ ਹੈ ਕਿਸੇ ਨੂੰ ਦੌਰੇ ਪੈਂਦੇ ਆ ਮੰਨ ਲਓ ਕਿ ਕੋਈ ਬਲਾਈਂਡ ਹੈ ਕੋਈ ਬਾਹਰ ਚਲੇ ਕੇ ਛੱਡ ਗਏ ਜੀ ਆ ਘੁਮ ਘੁਮ ਕੇ ਆਉਣੇ ਆਪਣੇ ਸ਼ੈਲਟਰ ਚ ਹੀ ਆ ਇੱਕ ਲੁਧਿਆਣਾ ਦੇ ਚ ਪੰਜਾਬ ਚ ਕੋਈ ਸ਼ੈਲਟਰ ਹੋਊਗਾ ਜਿਹੜੀ ਪੂਜਾ ਰੱਖਦੀ ਹੋਊਗੀ ਇਹ ਜਿਹੜੇ ਡੌਗੀ ਬਾਕੀ ਤਾਂ ਜਿਹੜੇ ਟ੍ਰੀਟਮੈਂਟ ਕਰਦੇ ਟ੍ਰੀਟਮੈਂਟ ਕਰਕੇ ਉੱਥੇ ਛੱਡ ਦਿੰਦੇ ਆ ਜਿਹੜੇ ਸਟਰੀਟ ਡੌਗਸ ਤੁਹਾਡੇ ਕੋਲ ਆਏ ਹੋਏ ਨੇ ਏ ਕਿੱਦਾਂ ਤੁਹਾਡੇ ਕੋਲ ਪਹੁੰਚਦੇ ਕਿਉਂਕਿ ਮੈਂ ਦੇਖਿਆ ਕਿ ਮੋਸਟਲੀ ਸਰਵਾਈਵ ਕਰ ਜਾਂਦੇ ਨੇ ਡੌਗਸ ਜਿਹੜੇ ਸਟਰੀਟ ਦੇ ਅੰਦਰ ਮੱਲੇ ਵਾਲੇ ਕੁਝ ਪਾ ਦਿੰਦੇ ਨੇ ਖਾਣ ਪੀਣ ਨੂੰ ਜਾਂ ਬੱਚਿਆਂ ਨੂੰ ਕੁਝ ਪਾ ਦਿੰਦੇ ਨੇ ਨਹੀਂ ਨਹੀਂ ਇੱਕ ਇਹ ਜਿਵੇਂ ਮੈਂ ਮਮ ਆਪਣੇ ਬੇਟੇ ਦੀ ਕਹਾਣੀ ਜਦੋਂ ਮੇਰੇ ਕੋਲ ਸੀਗਾ ਮੇਰਾ ਬੇਟਾ ਚੱਕਣ ਗਿਆ ਡੌਗੀ ਕਿਥੋਂ ਹੈਨਾ ਹਾਈਵੇ ਤੋਂ ਚੱਕਿਆ ਡੌਗੀ ਉਹਨੇ ਹੈਨਾ ਮਤਲਬ ਕਿ ਜਖਮੀ ਚੱਕ ਲਿਆਇਆ ਮੈਂ ਬੱਚੇ ਠੀਕ ਹੋ ਗਿਆ ਛੱਡ ਆਇਆ ਮਮਾ ਹਾਈਵੇ ਤੋਂ ਚੱਕ ਲਿਆ ਹਾਈਵੇ ਤੇ ਕਿਹੜਾ ਇਹਨੂੰ ਰੋਟੀ ਦਿੰਦਾ ਹੋਊਗਾ ਰਹਿਣ ਦੋ ਰਏ ਲੈ ਗਿਆ ਕੁਝ ਬੱਚੇ ਬਿਨਾਂ ਮਾਂ ਤਾਂ ਕੋਈ ਛੱਡ ਗਿਆ ਮਾਂ ਮਰ ਗਈ ਜੀ ਇਹਨਾਂ ਦੀ ਹੁਣ ਰੱਬ ਜਾਣੇ ਮਰੀ ਕਿ ਨਹੀਂ ਮਰੀ ਉਹ ਚੱਕ ਲਿਆਏ ਬੱਚੇ ਹੁਣ ਜੇ ਮੈਂ ਉਹਨਾਂ ਨੂੰ ਕਹਿੰਨੀ ਆ ਵਾਪਸ ਲੈ ਜਾ ਤੁਸੀਂ ਝੂਠ ਬੋਲਦੇ ਹੋ ਉਹਨਾਂ ਨੇ ਰਸਤੇ 'ਚ ਛੱਡ ਜਾਣੇ ਆ ਮੈਨੂੰ ਲੈਣੇ ਪੈਂਦੇ ਆ ਉਹ ਬੱਚੇ ਪਾਲ ਗਏ ਉਹ ਥੱਲੇ ਹੀ ਆ ਮੇਰੇ ਪਾਲੇ ਹੋਏ ਉਹਨਾਂ 'ਚ ਇੱਕ ਅੱਧਾ ਸ਼ਾਇਦ ਕੋਈ ਮਰ ਜਾਏ ਤੇ ਚਲੋ ਪੰਜ ਆਏ ਤੇ ਤਿੰਨ ਤਾਂ بچਣ ਗਏ ਤੇ ਦੋ ਮਾਰੇ ਗਏ ਫਿਰ ਜਾਣਗੇ ਕਿੱਥੇ ਇਹਨਾਂ ਨੂੰ ਖੁੱਲਲੇ ਵੀ ਤੁਸੀਂ ਛੱਡ ਦੋ ਨਾ ਇੱਕ ਦਿਨ ਗੇਟ ਖੁੱਲਾ ਰਹਿ ਗਿਆ ਇਹ ਲੜਕੀ ਕੋਲੋਂ ਨਵੇਂ ਕੋਲੋਂ ਮੈਂ ਸਾਰੇ ਬਾਹਰ ਫਿਰਨੇ ਜਿਵੇਂ ਕੀੜੀਆਂ ਤੁਰੀਆਂ ਫਿਰਦੀਆਂ ਨੇ ਮੈਂ ਕਹਿੰਦੀ ਕੋਈ ਵੀ ਕਿਤੇ ਨਹੀਂ ਗਿਆ ਹਜੇ ਵੀ ਪੰਜ ਛੇ ਬਾਹਰ ਹੈ ਲੋਕੀ ਕਹਿੰਦੇ ਅੰਦਰ ਕਰ ਲੋ ਇਹਨਾਂ ਨੂੰ ਪੰਜ ਛੇ ਬਾਹਰ ਹੈ ਸਿਰਫ ਪੰਜ ਛੇ ਹੀ ਹੋਣਗੇ ਬਾਕੀ ਤਾਂ ਆਪੇ ਅੰਦਰ ਆ ਗਏ ਅੱਛਾ ਕਿਤੇ ਨਹੀਂ ਗਏ ਕੋਈ ਵੀ ਬੱਚਾ ਕਿਤੇ ਨਹੀਂ ਗਿਆ ਸਾਰੇ ਅੰਦਰ ਆ ਗਏ ਇੰਨਾ ਮੋਹ ਪਿਆਰ ਦਾ ਇੰਨਾ ਮੋਹ ਪਿਆਰ ਦੀ ਕੁਲਰਾ ਥੱਲੇ ਪੇਰੇ ਰੋਟੀ ਟਾਂਸੇ ਸੇ ਰੇਸ਼ਮ ਮਿਲਦੀ ਐ ਇਹਨੇ ਕਿੱਥੇ ਜਾਣਾ ਹਾਲਾਂਕਿ ਮੈਨੂੰ ਛੋੜੇ ਦਿਨ ਪਹਿਲਾਂ ਕੋਈ ਚਾਵਲ ਦੇਣ ਆਇਆ ਤੇ ਉਹ ਮੈਨੂੰ ਕਹਿੰਦੇ ਵੀ ਇਹਨਾਂ ਡੌਗੀਆਂ ਨੂੰ ਤੁਸੀਂ ਗੱਡੀਆਂ 'ਚ ਪਾ ਕੇ ਪਿੰਡਾਂ 'ਚ ਛੱਡੋ ਅੱਛਾ ਦੇਖੋ ਡੌਗਸ ਪਾਲਣਾ ਤਾਂ ਚਲੋ ਇਹ ਤੁਹਾਨੂੰ ਇੱਕ ਸ਼ਕਤੀ ਦਿੱਤੀ ਹੈ ਰੱਬ ਨੇ ਨਾ ਜਦੋਂ ਇਹ ਡੌਗਸ ਸ਼ੋਰ ਕਰਦੇ ਨੇ ਤੇ ਆਸ-ਪਾਸ ਵਾਲੇ ਕੁਝ ਕਹਿੰਦੇ ਨੇ ਇਦਾਂ ਦੀ ਵੀ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਨੇ ਹੁਣ ਤਾਂ ਵੈਸੇ ਤਾਂ ਮੇਰੇ ਦੇਖੋ ਡੱਗੀ ਰੋਲਾ ਪਾਉਂਦੇ ਨਹੀਂ ਰੱਜੇ ਹੋਣ ਤਾਂ ਪਾਉਂਦੇ ਨਹੀਂ ਹਣਾ ਬਿਲਕੁਲ ਨਹੀਂ ਪਾਉਂਦੇ ਹਾਂ ਇੱਕ ਅੱਧਾ ਜਦੋਂ ਨਵਾਂ ਡੱਗੀ ਹੁੰਦਾ ਨਾ ਜਦੋਂ ਉਹ ਰੋਂਦਾ ਆ ਆਪਣੇ ਮਾਲਕ ਨੂੰ ਯਾਦ ਕਰਕੇ ਜਿਵੇਂ ਕਿ ਗਲੀਆਂ 'ਚ ਛੱਡਿਆ ਹੋਇਆ ਫੇਰ ਜ਼ਰੂਰ ਆ ਇੱਕ ਰੋਂਦਾ ਤਾਂ ਸਾਰਾ ਟੱਬਰ ਹੀ ਰੋਣ ਲੱਗ ਜਾਂਦਾ ਫੇਰ ਮੱਲੇ 'ਚੋਂ ਫੋਨ ਕਰਦੇ ਆ ਮੈਨੂੰ ਨੰਬਰ ਮੇਰਾ ਸਭ ਕੋ ਲਿਆ ਆ ਮੈਮ ਜੀ ਚੁੱਪ ਕਰਾ ਲਓ ਇਹਨਾਂ ਨੂੰ ਹੁਣ ਤਾਂ ਕੂਲਰ ਕਾਲਰ ਚੱਲਦੇ ਆ ਨਾ ਸਭ ਦੇ ਐਨੀ ਬਾਜ ਅੰਦਰ ਨਹੀਂ ਜਾਂਦੀ ਲੋਕਾਂ ਦੀ ਹਣਾ ਅੰਦਰ ਕੂਲਰ ਚੱਲਦੇ ਆ ਸਰਦੀਆਂ 'ਚ ਜ਼ਿਆਦਾ ਔਖਾ ਹੁੰਦਾ ਕਾਚ ਸਰਦੀਆਂ ਚ ਕੂਲਰ 깔 ਨਹੀਂ ਨਾ ਚਲਦੇ ਪੱਖੇ ਨਹੀਂ ਚਲਦੇ ਤੇ ਆਵਾਜ਼ ਇਹਨਾਂ ਦੀ ਸਿੱਧੀ ਉਹਨਾਂ ਨੂੰ ਜਾਂਦੀ ਹੈ। ਉਦੋਂ ਫੇਰ ਓਖਾ ਹੁੰਦਾ। ਜਦੋਂ ਇਹ ਬੋਲਦੇ ਆ। ਘਰ ਵੀ ਜ਼ਿਆਦਾ ਪੈ ਗਈ ਨਾ। ਪਰ ਆਪਾਂ ਲਿਖਾਇਆ ਹੋਇਆ ਹੈ ਰਜਿਸਟ੍ਰ ਵਿੱਚ ਵੀ ਆਪਾਂ ਸ਼ੈਲਟਰ ਖੋਲਨਾ ਸਾਨੂੰ ਡੀਲਰ ਨੂੰ ਪਤਾ ਸੀਗਾ ਕਿਸੇ ਨੂੰ ਇਹਨਾਂ ਦੇ ਘਰ ਸਭ ਤੋਂ ਬਾਅਦ ਚੋ ਪਿਆ ਆਪਣਾ ਪਹਿਲਾ ਸ਼ੈਲਟਰ ਸੀ ਕੱਲਿਆਂ ਦਾ। ਅੱਛਾ ਇੱਥੇ। ਹਾਂ ਇੱਥੇ। ਸਭ ਨੂੰ ਪਤਾ ਕਿ ਸ਼ੈਲਟਰ ਪਿਆ ਹੈਗਾ ਵਾ ਤੇ ਇਹ ਘਰ ਬਾਅਦ ਚੋਂ ਪਿਆ ਸਾਰਾ ਲਿਆ ਵੀ ਤੁਸੀਂ ਕਈ ਕਾਫੀ ਦੂਰ ਬਾਹਰ ਆ ਕੇ ਹੈ ਤਾਂ ਕਿਸ ਨੂੰ ਦਿੱਕਤ ਨਾ ਹੋਵੇ ਦਿੱਕਤ ਨਾ ਹੋਵੇ ਹੁਣ ਇੱਥੇ ਵੀ ਘਰ ਪੈ ਗਏ ਤੇ ਸਾਡਾ ਕੋਈ ਕਸੂਰ ਨਹੀਂ ਉਹਨਾਂ ਦਾ ਕਸੂਰ ਨਾ ਪਾਉਂਦੇ ਹੈਨਾ ਵੀ ਇਹ ਹੈ ਦੇਖੋ ਇੱਕ ਗੱਲ ਹੈ ਕਿ ਅੱਛਾ ਜਿਹੜੇ ਆਹ ਲੋਕੀਂ ਗਊਆਂ ਆਪਣੀਆਂ ਛੱਡ ਦਿੰਦੇ ਆ ਪਾਲ ਕੇ ਹੈਨਾ ਪਾਲ ਕੇ ਛੱਡੀਆਂ ਹੋਈਆਂ ਨਾ ਤੇ ਇਹਨਾਂ ਵਾਸਤੇ ਗਊਸ਼ਾਲਾ ਹੈਗੀਆਂ ਉਹ ਦੁੱਧ ਨਹੀਂ ਦਿੰਦੀਆਂ ਕੁਛ ਨਹੀਂ ਦਿੰਦੀਆਂ ਹੱਡੀਆਂ ਨਿਕਲੀਆਂ ਜ਼ਖਮਾਂ ਉਹਨਾਂ ਦੇ ਹੈਨਾ ਇਹਨਾਂ ਲਈ ਗਊਸ਼ ਇਹ ਜਿਹੜੇ ਲੋਕੀ ਡੌਗੀ ਆਪਣੇ ਪਾਲ ਕੇ ਛੱਡ ਦਿੰਦੇ ਇਹਨਾਂ ਲਈ ਕੋਚ ਕੋਈ ਸ਼ੈਲਟਰ ਹੈਗਾ ਦੇਖਿਆ ਤੁਸੀਂ ਕਿੱਥੇ ਕਿਤੇ ਦੇਖਿਆ ਤੁਸੀਂ ਕਿਤੇ ਕਿਤੇ ਵੀ ਨਹੀਂ ਦੇਖਿਆ ਸਿਰਫ ਉਹੀ ਚੱਕਣਗੇ ਜਿਹੜੇ ਜ਼ਖਮੀ ਡੌਗੀ ਆ ਚੱਕ ਕੇ ਸਰਕਾਰੀ ਵਾਲੇ ਵੀ ਉਹੀ ਚੱਕਣਗੇ ਜਿਹ ਦੂਸਰੇ ਚੱਕ ਕੇ ਜ਼ਖਮ ਠੀਕ ਕਿਤੇ ਉੱਥੇ ਛੱਡਤਾ ਜਿੱਥੋਂ ਚੱਕਿਆ ਚਾਹੇ ਉੱਥੇ ਉਹਨੂੰ ਰੋਟੀ ਮਿਲਦੀ ਹੈ ਚਾਹੇ ਨਹੀਂ ਮਿਲਦੀ ਚਾਹੇ ਹਾਈਵੇ ਤੋਂ ਚੱਕਿਆ ਜਾਂ ਜਿੱਥੋਂ ਮਰਜੀ ਚੱਕਿਆ ਉਹਨਾਂ ਨੇ ਛੱਡ ਦੇਣਾ ਉੱਥੇ ਜਾ ਕੇ ਚਾਹੇ ਉੱਥੇ ਆਸ-ਪਾਸ ਦੇ ਉਹਨਾਂ ਡੰਡੇ ਲੈ ਕੇ ਕਿਉਂ ਨਾ ਮਾਰਦੇ ਹਣ ਚਾਹੇ ਡੰਡਿਆਂ ਨਾਲ ਕਿਉਂ ਨਾ ਗੁੱਟਿਆ ਹੋਵੇ ਮੈਂਕਰ ਉਹਨਾਂ ਨੇ ਛੱਡ ਦੇਣਾ ਸਿਰਫ ਉਹਨੂੰ ਉੱਥੇ ਇਹ ਸਰਕਾਰ ਨੂੰ ਚਾਹੀਦਾ ਇਹਨਾਂ ਨਾਲ ਲਈ ਵੀ ਸ਼ੈਲਟਰ ਐਦਾਂ ਦੇ ਖੋਲਣਾ ਹੂੰ ਜਿੱਥੇ ਜਿੱਥੇ ਇਹਨਾਂ ਨੂੰ ਜ਼ਹਿਰ ਦਿੱਤੀ ਜਾ ਰਹੀ ਹੈ ਜਿੱਥੇ ਇਹਨਾਂ ਨੂੰ ਰੋਟੀ ਨਹੀਂ ਮਿਲਦੀ ਹਾਈਵੇ ਤੇ ਤੁਸੀਂ ਦੇਖੋ ਸੜਕਾਂ ਤੇ ਜਿਹੜੇ ਸੜਕਾਂ ਦੇ ਉੱਤੇ ਹਾਈਵੇ ਦੇ ਉੱਤੇ ਡੋਗੀ ਫਿਰਦੇ ਉਹਨਾਂ ਨੂੰ ਕੋਈ ਖਾਣਾ ਦੇ ਰਿਹਾ ਕੋਈ ਹੈ ਉੱਥੇ ਆ ਜੰਗਲਾਂ ਭਜਾਨੇ ਨਕੁੱਦਰ ਵੱਲ ਉੱਥੇ ਜੰਗਲਾਂ ਚ ਡੋੱਗੀ ਫਿਰਦੇ ਉੱਥੇ ਕਿੱਥੋਂ ਖਾਣਾ ਆ ਗਿਆ ਇਹਨਾਂ ਨੇ ਸਗੋਂ ਲਜਾਲ ਜਾ ਕੇ ਸੜਕਾ ਸਾਫ਼ ਕਰਕੇ ਛੱਡੇ ਹੋਇਆ ਉੱਥੇ ਅਸੀਂ ਕਿਸ ਕਿਸੇ ਕਿਸਰੇ ਸੇ ਟੈਮਸ ਚਲੇ ਜਾਣੇ ਨਾ ਖਾਣਾ-ਪਾਨ ਤਾਂ ਉੱਥੇ ਉਦੋਂ ਹੀ ਛੱਡੇ ਹੋਇਆ ਲੋਕਾਂ ਨੇ ਇੱਥੋਂ ਲਜਾ ਕੇ ਉੱਥੋਂ ਕਿੱਥੋਂ ਡੋੱਗੀ ਆ ਗਏ ਕਿੱਥੋਂ ਖਾਣਾ ਖਾਂਦੇ ਹੋਣਗੇ ਉਹ ਸਹੀ ਗੱਲ ਹੈ ਕਈਆਂ ਦੇ ਫੋਨ ਆਂਦੇ ਮੈਮ ਸਾਡੀ 15 ਅਗਸਤ ਸੀ ਚਲੋ ਮੈਨੂੰ ਕਿਤੇ ਬੁਲਾਇਆ ਗਿਆ ਮੈਂ ਮੈਂ ਇੰਨਾ ਬੋਲਣਾ ਉੱਥੇ ਪਸੰਦ ਨਹੀਂ ਕਰਦੀ ਮੈਂ ਇੰਨਾ ਜ਼ਰੂਰ ਗਿਆ ਮੈਂ 15 ਅਗਸਤ ਵਾਲੇ ਦਿਨ ਕਿ ਤੁਸੀਂ ਆਪਣੇ ਜਿਹੜੀਆਂ ਹਾਈ ਫਾਈ ਸੁਸਾਇਟੀਆਂ ਨੇ ਹੂੰ ਉੱਥੋਂ ਇਹ ਡੌਗੀ ਚਕਵਾ ਕੇ ਜੰਗਲਾਂ 'ਚ ਸਿਟਾ ਦਿੰਦੇ ਆ ਕਿ ਸਾਡੀ ਸੁਸਾਇਟੀ 'ਚ ਗੰਦ ਪੈਂਦਾ ਕਦੀ ਇਹਨਾਂ ਨੇ ਇਹ ਸੋਚਿਆ ਕਿ ਉੱਥੇ ਜੰਗਲਾਂ 'ਚ ਸਿਟਾ ਲਿਓ ਖਾਣਾ ਕਿੱਥੋਂ ਖਾਣਗੇ ਹੂੰ ਵਿਚਾਰੇ ਇਹਨਾਂ ਨੂੰ ਜੀਣ ਦਾ ਹੱਕ ਨਹੀਂ ਅਗਰ ਤੁਸੀਂ ਤਾਂ ਕੁਝ ਪਾ ਨਹੀਂ ਸਕਦੇ ਜੀ ਉਹ ਗਲੀ 'ਚ ਇੱਕ ਡੌਗ ਲਵਰ ਹੈ ਖਾਣਾ ਪਾ ਰਿਹਾ ਹੈ ਤੁਸੀਂ ਪਾ ਨਾ ਕਾਹਦਾ ਦੇਸ਼ ਆਜ਼ਾਦ ਹੈ ਹੂੰ ਕੁਝ ਵੀ ਨਹੀਂ ਔਰ ਡੌਗੀਆਂ ਵਾਸਤੇ ਕੋਈ ਨੀ ਹੈ ਸ਼ੈਲਟਰ ਨਹੀਂ ਹੈ ਹਸਤੇ ਕੇ ਵੀ ਡੌਗੀਆਂ ਨਾਲ ਵੀ ਜ਼ੁਲਮ ਹੋ ਰਹੇ ਨੇ ਚੱਕੀ ਜਾਂਦੇ ਇਹੀ ਸਰਕਾਰੀ ਇਹੀ ਚੱਕ ਕੇ ਐਂਬੂਲੈਂਸ ਬਦਨ ਕਿੱਥੇ ਸੁੱਟ ਕੇ ਆ ਜਾ ਰਹੀ ਬੱਚਿਆਂ ਨੂੰ ਮੈਨੂੰ ਰੋਜ਼ ਫੋਨ ਆਉਂਦੇ ਮੈਂ ਤੁਹਾਡੇ ਸ਼ੈਲਟਰ ਤੇ ਨਹੀਂ ਛੁੱਟੇ ਬਦਨ ਸਾਡੇ ਗਲੀ 'ਚ ਬੱਚੇ ਕਿੱਥੇ ਚਲੇਗੇ ਹੂੰ ਬੱਚਿਆਂ ਦਾ ਮਤਲਬ ਕਿ ਡੌਗੀ ਕਿੱਥੇ ਚਲੇਗੇ ਕੀ ਉਹਨ ਦੇ ਕੋਈ ਕੇਸ ਜਿਹੜਾ ਤੁਹਾਡੇ ਕੋਲ ਤਾਜ਼ਾ ਆਇਆ ਹੋਇਆ ਹੈ ਕਿ ਰੋਡਵਿਲਰ ਦੇ ਬੱਚੇ ਨੂੰ ਬਾਹਰ ਮਿਲੇ ਹੈ ਨਾ ਰੋਡਵਿਲਰ ਦੇ ਬੱਚੇ ਖੇਤਾਂ ਚ ਛੱਡ ਗਏ ਉਹ ਵੀ ਉਹਨਾਂ ਨੂੰ ਪਾਰਗੋ ਹੋਈ ਪਈ ਵਿਚਾਰਿਆਂ ਨੂੰ ਤੇ ਉਹ ਤਿੰਨੋਂ ਫੀਮੇਲ ਹੈ ਉਹ ਪਾਰਗੋ ਹੈ ਵੀ ਤੁਸੀਂ ਸੁੱਟ ਨਹੀਂ ਇਲਾਜ ਕਰਾ ਸਕਦੇ ਤੁਸੀਂ ਉਦੋਂ ਹੀ ਅਡੋਪਟ ਠੀਕ ਕਰਾ ਦਿਓ ਕਿਸੇ ਨੂੰ ਔਰ ਤੁਸੀਂ ਸੁੱਟ ਕੇ ਚਲੇਗੇ ਵਿਚਾਰੀਆਂ ਨੂੰ ਔਰ ਪਾਰਗੋ ਇੰਨੇ ਵਿਚਾਰੇ ਬੁਰਾ ਹਾਲ ਆ ਉਹਨਾਂ ਦਾ ਤੇ ਕਈ ਤਾਂ ਬਚਦੇ ਵੀ ਨਹੀਂ ਹੋਣਗੇ ਕਈ ਬਚਦੇ ਵੀ ਨਹੀਂ ਐ ਔਰ ਇਹ ਨਸਲ ਵਾਲੇ ਬੱਚੇ ਤਾਂ ਵੈਸੇ ਵੀ ਬਹੁਤ ਕੋਮਲ ਜਿਹੇ ਹੁੰਦੇ ਐ ਲੋਕਾਂ 'ਚ ਇਨਸਾਨੀਅਤ ਖਤਮ ਹੋ ਚੁੱਕੀ ਐ ਹੈ ਨਹੀਂ ਉਹ ਆਪਣੇ ਲੋਕੀ ਆਪਣੇ ਹੀ ਮਾਪੇ ਨੂੰ ਅਨਾਥਾ ਸ਼ਰਮ ਛੱਡੀ ਜਾ ਰਹੇ ਨੇ ਭਰਾ ਭਰਾ ਨੂੰ ਮਾਰ ਦਿੰਦਾ ਜਾਇਦਤ ਪਿੱਛੇ ਤਾਂ ਸਾਰੇ ਬੇ ਬੇਜਵਾਨ ਇਹਨਾਂ ਦੇ ਕੌਣ ਸੱਕਾ ਬਨੇਗਾ ਬਨੇਗਾ ਕੋਈ ਕੋਈ ਨਹੀਂ ਬਣ ਸਕਦਾ ਸੱਕਾ ਇਹਨਾਂ ਨੂੰ ਡੌਗ ਲਵਰ ਕਹਿਣ ਦੀ ਗੱਲਾਂ ਨੇ ਜੀ ਇੱਕ ਰਾਤ ਵੀ ਅਗਰ ਜ਼ਖਮੀ ਡੌਗੀ ਉਹਨਾਂ ਨੂੰ ਘਰ 'ਚ ਰੱਖਣਾ ਪੈ ਜੇ ਨਾ ਤਾਂ ਏਡੀ ਵੱਡੀ ਪ੍ਰੋਬਲਮ ਹੋ ਜਾਂਦੀ ਹੈ ਇੰਨਾ ਕੁ ਵੀ ਜ਼ਖਮ ਹੋਵੇ ਨਾ ਇੰਨਾ ਕੁ ਵੀ ਤੇ ਸ਼ੈਲਟਰ ਲ ਮੰਗਦੇ ਆ ਉਹ ਇੰਨਾ ਕੁ ਜ਼ਖਮ ਤਾਂ ਆਪਾਂ ਘਰ ਵੀ ਠੀਕ ਕਰ ਸਕਦੇ ਬੱਚੇ ਦਾ ਹੂੰ ਉਹਦੇ ਲਈ ਵੀ ਸ਼ੈਲਟਰ ਚਾਹੀਦਾ ਉਹਨਾਂ ਨੂੰ ਕਿ ਇਲਾਜ ਕਰਵਾ ਕੇ ਵਾਪਸ ਆ ਜੇ ਹਾਂ ਘਰ ਦੇ ਵਿੱਚ ਗਨ ਨਹੀਂ ਜੇ ਅਗਰ ਜਿਹੜੇ ਲੋਕੀ ਅਵਾਰਾ ਬੱਚੇ ਅਡੌਪਟ ਕਰਾ ਰਹੇ ਨਾ ਅੱਜਕੱਲ ਇੰਡੀਅਨ ਡੌਗ ਅਡੌਪਟ ਕਰੋ ਇੰਡੀਅਨ ਉਹ ਪਤਾ ਚਾਰ-ਚਾਰਜ ਰੱਖਣਗੇ 4-6 ਮਹੀਨੇ ਫਿਰ ਕਹਿਣਗੇ ਜੀ ਫਿਰ ਸ਼ੈਲਟਰ ਵਾਲੇ ਨੂੰ ਫੋਨ ਕਰਨਗੇ ਮੈਮ ਇਹ ਦੇਖੋ ਬੜਾ ਭੋਂਕਦਾ ਹੋ ਆ ਰਹਾ ਹੈ ਨਾ ਤਾਂ ਕਰਕੇ ਮੇਰੇ ਪਾਪਾ ਨੂੰ ਹਾਰਟ ਪ੍ਰੋਬਲਮ ਹੈ ਮੈਨੂੰ ਇਹ ਪ੍ਰੋਬਲਮ ਹੈ ਅਸੀਂ ਸਾਰਾ ਦਿਨ ਕੰਮ ਤੇ ਰਹਿਨੇ ਆ ਤੇ ਮੈਂ ਕਿਹਾ ਕਿ ਮੈਂ ਮੈਂ ਸਾਰਾ ਦਿਨ ਇਹਨੂੰ ਮੈਂ ਕਿਹਾ ਗੋਦੀ ਚ ਪਾ ਕੇ ਥੋੜਾ ਨਾ ਰੱਖ ਦੀਏ ਮੇਰੇ ਕੋਲ ਵੀ ਮੈਂ ਪਤਾ ਨਹੀਂ ਕਿੰਨੀ ਦੇਰ ਚ ਥੱਲੇ ਜਾਉਂਗੀ ਤਾਂ ਗੇੜਾ ਮਾਰੂੰਗੀ ਬੱਚੇ ਮੈਂ ਕਿਹੜਾ ਲੈ ਕੋ ਰਹਿਣੀ ਆ ਨਹੀਂ ਮੈਮ ਡੌਗੂ ਮੈਂ ਖੁਸ਼ ਰਹੇਗਾ ਆਪ ਰੱਖ ਲੋ ਹਮਨੇ ਤਾਂ ਗਲਤੀ ਕਰ ਲਈ ਇੰਡੀਅਨ ਡੌਗ ਲੈ ਕੇ ਇਹੋ ਜਿਹੇ ਫੋਨ ਆਂਦੇ ਨਹੀਂ ਮੈਮ ਲੋਕੀ ਮਨ ਨੂੰ ਲੱਗਦਾ ਕਿ ਦਿਲੋਂ ਨਹੀਂ ਸੋਚਦੇ ਦਿਮਾਗ ਦਾ ਵੀ ਦਿਲ ਹੋ ਗਿਆ ਕਿ ਤੇਰਾ ਕਿਤੇ ਹਾਂ ਆ ਬਾਬਾ ਜਿਹੜਾ ਇਹ ਸਤਲੁਜ ਦੇ ਛੁੱਟਿਆ ਆਇਆ ਸੀਗਾ ਇਹ ਉੱਥੋਂ ਜਿਹੜੇ ਛੱਟ ਪੂਜਾ ਕਰਨਗੇ ਵੀ ਇਹ ਵਿਚਾਰੇ ਉਹ ਚੱਕ ਕੇ ਲੈ ਐ ਸੀ ਨੂੰ ਐਡਾ ਡੇ ਜਖਮ ਸੀ ਇਹਦੇ ਸਾਰੇ ਸਰੀਰ ਤੇ ਜਿ ਬਹੁਤ سارے ਡੌਗਸ ਨੇ ਜਿਨ੍ਹਾਂ ਦੇ ਜ਼ਖਮੇ ਮੈਂ ਆਉਂਦੇ ਹੋਏ ਦੇਖ ਰਹੀ ਸੀ ਕਿ ਇਹ ਵੀ ਨਹੀਂ ਕਿ ਸਾਰੇ ਸਾਰੇ ਸਹੀ ਸਲਾਮਤ ਹੈ ਕਈ ਤਾਂ ਜ਼ਖਮੀ ਚੱਕ ਮੈਂ ਉਹ ਆਏ ਹੋਏ ਉਹਨਾਂ ਨੂੰ ਤਾਂ ਖੁੱਲੇ ਛੱਡੇ ਕਿ ਬੰਨਾਂਗੇ ਤਾਂ ਕੀ ਫਾਇਦਾ ਖੁੱਲੇ ਟੀਕੇ ਲਾਇਦੇ ਸਪਰੇਅ ਕਰ ਦਿੱਦੀ ਖੁੱਲਿਆਂ ਦੇ ਬਨ ਗਏ ਨਾ ਬੱਚਾ ਕੈਚ ਜੇ ਚ ਫਿਰ ਹੋਰ ਜ਼ਿਆਦਾ ਬਿਮਾਰ ਹੋ ਜਾਂਦਾ ਐ ਤੱਕ ਖੁੱਲਾ ਠੀਕ ਹੈ ਹਵਾ ਲੱਗਦੀ ਰਹਿੰਦੀ ਐ ਇੱਕ ਜਗ੍ਹਾ ਕੈਚ ਰੱਖ ਦੋ ਬੱਚੇ ਨੂੰ ਤਾਂ ਵਧੀਆ ਰਹਿੰਦਾ ਹੁਣ ਵੀ ਇੱਕ ਡੋਗੀ ਤੁਹਾਡੇ ਸਾਹਮਣੇ ਆਇਆ ਹੋਣਾ ਉਹਦੇ ਵੀ ਗੱਲੇ ਤੇ ਪਤਾ ਨਹੀਂ ਪਿੱਛੇ ਬੈਗ ਚ ਕੀੜੇ ਐ ਉਹ ਉਧਰੋਂ ਆਇਆ ਮੁੱਲਾਪੁਰ ਤੋਂ ਅੱਛਾ ਮੁੱਲਾਪੁਰ ਤੋਂ ਆਇਆ ਨਿਉ ਹੈਡੀ ਦੂਰ ਲੋਕੀ ਲਾਜ਼ ਨਹੀਂ ਕਰਵੰਦੇ ਵਾ ਸ਼ੈਲਟਰ ਸ਼ੈਲਟਰ ਉਹ ਗਲੀ ਦਾ ਗਲੀ ਦਾ ਵਾ ਪਤਲੀਆ ਆਪਣਾ ਪਾਲਿਆ ਹੋਇਆ ਮੈਨੂੰ ਕਹਿੰਦੀ ਗਲੀ ਦੇ ਕੇ ਹੁਣ ਸਾਡੇ ਤੋਂ ਹੱਥ ਨਹੀਂ ਲਵਾ ਰਿਹਾ ਹਾਲਾਂਕਿ ਇੱਕ ਜਗ੍ਹਾ ਡਿੱਗਿਆ ਪਿਆ ਉਹ ਹੱਥ ਨਹੀਂ ਲਵਾ ਰਿਹਾ ਮੈਂ ਉਹਨਾਂ ਨੂੰ ਬੜਾ ਸਮਝਾਇਆ ਮੈਂ ਆਪਣੇ ਅੰਦਰ ਰੱਖ ਲੋ ਉੱਥੇ ਟ੍ਰੀਟਮੈਂਟ ਕਰਾ ਲੋ ਕਹਿੰਦੀ ਨਹੀਂ ਡਾਕਟਰੀ ਨਹੀਂ ਆਂਦਾ ਸਾਡੇ ਕੋਲ ਉਹ ਚੁੱਪ ਕਰ ਗਈ ਮੈਂ ਆਪਣੇ ਪੈਣ ਦੇ ਜਾ ਲੋਕਾਂ ਦਾ ਦਿਲ ਨਹੀਂ ਹੈ ਨਹੀਂ ਦਿਲ ਵੀ ਨਹੀਂ ਹੈ ਤੇ ਪੈਸਾ ਵੀ ਨਹੀਂ ਦੇਣ ਦੇ ਉਹਦੇ ਚ ਉਹ ਬਸ ਉਹੀ ਗੱਲ ਹੈ ਕਿ ਦਿਲ ਨਹੀਂ ਹੈ ਪੈਸਾ ਖਰਚਣ ਵਾਲਾ ਦਿਲ ਨਹੀਂ ਦਿਲ ਨਹੀਂ ਬੜਾ ਪਰੇਸ਼ਾਨੀ ਹੁੰਦੀ ਹੈ ਜਦੋਂ ਇਦਾਂ ਦੇ ਕੇਸ ਦੇਖਦੇ ਆ ਹਾਲਾਂਕਿ ਇਹ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਮੈਨੂੰ ਲੱਗਦਾ ਹੈ ਕਿ ਜਦੋਂ ਕੋਈ ਡਾਕ ਕਿਸੇ ਨੂੰ ਤੁਸੀਂ ਇੱਕ ਦਿਨ ਵੀ ਰੋਟੀ ਖਵਾ ਦੋ ਨਾ ਤਮਾਮ ਜ਼ਿੰਦਗੀ ਦੀ ਭੁਲਦਾ ਹੋਣਾ ਉਸ ਹੱਥ ਨੂੰ ਉਸ स्मੈਲ ਨੂੰ ਉਸ ਖੁਸ਼ਬੂ ਨੂੰ ਕਿ ਜਿਸੇ ਇਨਸਾਨ ਨੇ ਉਸ ਦਾ ਕੀਤਾ ਹੋਵੇ ਪਰ ਲੋਕ ਬੜੀ ਛੇਤੀ ਭੁੱਲ ਜਾਂਦੇ ਨੇ ਅੱਛਾ ਲੋਕ ਭੁੱਲ ਜਾਂਦੇ ਲੋਕ ਕੁੱਤੇ ਨਹੀਂ ਕੁੱਤੇ ਨਹੀਂ ਨਾ ਹੈਗੇ ਫਿਰ ਵੀ ਵਫਾਦਾਰ ਨਹੀਂ ਹੈਗੇ ਇਹਨਾਂ ਚ ਬੇਵਫਾਈ ਕਿੰਨੀ ਹੈ ਇਹ ਇਨਸਾਨ ਨਹੀਂ ਹੈਗੇ ਇਹਨਾਂ ਚ ਵਫਾਦਾਰੀ ਬਹੁਤ ਹੈ ਅੱਛਾ ਲੋਕ ਕਦੀ ਸੱਪ ਵੀ ਨਹੀਂ ਬਣੇ ਹੋਣਗੇ ਫਿਰ ਵੀ ਡੰਗ ਮਾਰਨਾ ਸਿੱਖ ਗਏ ਸਹੀ ਹੈ ਹੈਨਾ ਕਿੰਨਾ ਕਿੰਨਾ ਵਧੀਆ ਡੰਗ ਮਾਰਦੇ ਪਿੱਠ ਪਿੱਛੇ ਹੈਨਾ ਇਹ ਕਈ ਲੋਕ ਕੀ ਜਿਨ੍ਹਾਂ ਨੇ ਸ਼ੈਲਟਰ ਖੋਲੇ ਆ ਜਾਂ ਜਿਨ੍ਹਾਂ ਨੇ ਡੌਗ ਲਵਰ ਆ ਇਹ ਪਿੱਠ ਪਿੱਛੇ ਬਹੁਤ ਗੱਲਾਂ ਕਰਦੇ ਆ ਹਮ ਅਤਾਂ ਅਟ ਨੂੰ ਵੀ ਸ਼ਾਇਦ ਕਿਸੇ ਨੇ ਕਿਹਾ ਪਰ ਇੱਕ ਜਿੰਨੀ ਤੱਕਰ ਇਨਸਾਨ ਇਨਸਾਨ ਨਾਲ ਨਹੀਂ ਜੁੜਦਾ ਨਾ ਤੇ ਚੀਜ਼ਾਂ ਨਹੀਂ ਚਲਦੀਆਂ ਔਰ ਜੇ ਇਨਸਾਨ ਨਾਲ ਰੱਬ ਨਹੀਂ ਜੁੜਦਾ ਨਾ ਇਹ ਚੀਜ਼ਾਂ ਨਹੀਂ ਚਲਦੀਆਂ ਸੱਚੀ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਨਾਲ ਮੇਰਾ ਰੱਬ ਜੁੜਿਆ ਹਮ ਜਿਨ੍ਹਾਂ ਨੇ ਮੈਨੂੰ ਤਕਲੀਫ ਵੀ ਦਿੱਤੀ ਤਕਲੀਫ ਦੇ ਕੇ ਮੈਨੂੰ ਇਹ ਵੀ ਸਿਖਾਇਆ ਕਿ ਚਿਰਨਲ ਇਨਸਾਨ ਨਹੀਂ ਤੇਰੇ ਆਪਣੇ ਨਹੀਂ ਰਹਿਣਗੇ ਅੱਜ ਜੇ ਅਗਰ ਬਾਈਂਚਾਸ ਇਹ ਨਾ ਹੁੰਦੇ ਤਾਂ ਮੈਂ ਵੀ ਕਿਸੇ ਅਨਾਥਾ ਆਸ਼ਰਮ 'ਚ ਬੈਠੀ ਹੁੰਦੀ ਇਹਨਾਂ ਦੇ ਬਦੌਲਤ ਮੈਂ ਆਸ਼ਰਮ ਖੋਲ ਕੇ ਬੈਠੀ ਹਾਂ ਤਾਂ ਮੈਨੂੰ ਵੀ ਜਾਣਾ ਹੀ ਪੈਂਦਾ ਕਿਤੇ ਮੈਂ ਨਹੀਂ ਕਿਸੇ ਦੇ ਘਰ ਰਹਿ ਸਕਦੀ ਸੱਚੀ ਮੈਂ ਬੋਝ ਬਣ ਕੇ ਕਿਸੇ ਦੇ ਘਰ ਨਹੀਂ ਰਹਿ ਸਕਦੀ ਅੱਜ ਮੈਂ ਇਹਨਾਂ ਦੇ ਆਸ਼ਰਮ 'ਚ ਬੈਠੀ ਹਾਂ ਕਿੱਦੀ ਵੱਡੀ ਗੱਲ ਕਹੀ ਤੁਸੀਂ ਕਿ ਮੈਂ ਅੱਜ ਇਹਨਾਂ ਦੇ ਆਸ਼ਰਮ 'ਚ ਬੈਠੀ ਆਂ ਨੇ ਤਾਂ ਕਿਤੇ ਨਾਥ ਆਸ਼ਰਮ ਇਹ ਅਵृता ਆਸ਼ਰਮ 'ਚ ਬੈਠੀ ਮੈਂ ਬੈਠੀ ਹੋਣਾ ਸੀ ਕਸਮ ਹੈ ਮੈਂ ਝੂਠ ਨਹੀਂ ਬੋਲਦੀ ਮੈਂ ਰੱਬ ਰੱਬ ਦੇ ਜਾਨ ਦੇਣੀ ਆ ਮੈਂ ਕਸਮ ਨਾ ਬੈਠੀ ਹੁੰਦੀ ਮੈਂ ਆਪਣੇ ਰਿਸ਼ਤੇਦਾਰ ਦੇ ਘਰੇ ਕਦੀ ਨਾ ਬੈਠੀ ਹੁੰਦੀ ਅੱਜ ਇਸ ਹੱਬ ਨਾਲ ਮੇਰੇ ਘਰ ਦੇ ਹਾਲਾਤ ਸੀ ਕਦੀ ਵੀ ਨਹੀਂ ਮੈਂ ਇਹਨਾਂ ਦੇ ਇਹਨਾਂ ਦਾ ਆਸ਼ਰਮ ਹੈ ਇਹਨਾਂ ਦਾ ਘਰ ਹੈ ਅੱਜ ਵੀ ਮੈਂ ਕਹਿ ਰਹੀ ਆਂ ਅਗਰ ਕੋਈ ਇਦਾਂ ਦੀ ਸੇਵਾ ਕਰੇਗਾ ਤੇ ਆਸ਼ਰਮ ਲਏਗਾ ਅਗਰ ਨਹੀਂ ਕੋਈ ਕਰੇਗਾ ਤਾਂ ਇਹਨਾਂ ਦੀ ਲਿਖ ਕੇ ਜਾਊਂਗੀ ਜੇ ਕੋਈ ਕਰੂਗਾ ਨਾ ਉਹ ਰਹੂਗਾ ਇੱਥੇ ਬੰਦਾ ਜੇ ਨਹੀਂ ਕੋਈ ਕਰੂਗਾ ਤਾਂ ਕੋਈ ਵੀ ਨਹੀਂ ਰਸ ਆਊਗਾ ਇਹਨਾਂ ਦੇ ਨਾਮ ਹੀ ਕਰਕੇ ਜਾਊਂ ਸਾਰਾ ਕੁਝ ਅੱਜ ਮੇਰੀ ਇਹ ਹੈ ਚੀਜ਼ ਜੇ ਇਹ ਹੋਣਗੇ ਨਾ ਸ਼ੈਲਟਰ ਦੇ ਵਿੱਚ ਮੇਰੇ ਮਗਰੋਂ ਮਰਨ ਦੇ ਤਾਂ ਸਾਰੇ ਇੱਥੇ ਰਹਿ ਸਕਦਾ ਕੋਈ ਇਨਸਾਨ ਸੇਵਾ ਕਰੇਗਾ ਜੇ ਇਹ ਨਾ ਹੋਣਗੇ ਤੇ ਇਹ ਇਹ ਜ਼ਮੀਨ ਕਿਸੇ ਦੀ ਵੀ ਨਹੀਂ ਐਪਰੋਪਰਟੀ ਕਿਸੇ ਦੀ ਵੀ ਨਹੀਂ ਜੇ ਮੇਰੇ ਬੱਚਾ ਨਹੀਂ ਨੇ ਜੇ ਮੇਰਾ ਬੱਚਾ ਇੱਕ ਵੀ ਇੱਥੇ ਨਾ ਹੋਊਗਾ ਤਾਂ ਕੋਈ ਵੀ ਨਹੀਂ ਰਹੇਗਾ ਔਰੇ ਪਿੱਛੇ ਇਹ ਮੇਰੇ ਬੱਚੇ ਹੋਣਗੇ ਨਾ ਔਰੇ ਸੇਵਾ ਜਾਰੀ ਰਹੋਗੇ ਤਾਂ ਇੱਥੇ ਰਹੋਗੇ ਨਹੀਂ ਤਾਂ ਖੰਡਰ ਪਿਆ ਰਹੇ ਤੇ ਮੇਰੇ ਮਗਰੋਂ ਤਾਂ ਪਿਆ ਰਹੇ ਲੈਣ ਦਾ ਹੱਕ ਕਿਸੇ ਦਾ ਵੀ ਨਹੀਂ ਔਰੇ ਇਹ ਸੇਵਾ ਜਾਰੀ ਰਹੇਗੀ ਮੇਰੇ ਮਗਰੋਂ ਵੀ ਤਾਂ ਚੱਲਦਾ ਰਹੇਗਾ ਇਹ ਨਹੀਂ ਤਾਂ ਖੰਡਰ ਠੀਕ ਹੈ ਜੇ ਕੋਈ ਕਹੇ ਵੀ ਅਸੀਂ ਘਰ ਬਣਾ ਕੇ ਰਹਿ ਲਾਂਗੇ ਡੋਗੀ ਨਹੀਂ ਇੱਥੇ ਹੋਊਗਾ ਕੋਈ ਮੇਰਾ ਬੱਚਾ ਨਹੀਂ ਹੋਊਗਾ ਉੱਥੇ ਸੇਵਾ ਨਹੀਂ ਚੱਲੂਗੀ ਤਾਂ ਕੋਈ ਵੀ ਨਹੀਂ ਇੱਥੇ ਰਹੂਗਾ ਇਹਨਾਂ ਦੀ ਬਦੌਲਤ ਹੀ ਸਭ ਇਹਨਾਂ ਦੀ ਮੈਂ ਇਹਨਾਂ ਦੀ ਬਦੌਲਤ ਬੈਠੀ ਆ ਮੈਂ ਅੱਜ ਕਿੰਨੇ ਤੁਹਾਨੂੰ ਮੈਂ ਅੱਜ ਕਹਿ ਰਹੀ ਆ ਮੈਂ ਇਹਨਾਂ ਦੇ ਆਸ਼ਰਮ 'ਚ ਬੈਠੀ ਆ ਮੈਨੂੰ ਇਹਨਾਂ ਇਹਨਾਂ ਨੇ ਖਾਣ ਨੂੰ ਦਿੱਤਾ ਜੇ ਤੁਸੀਂ ਕਹੋਗੇ ਆ ਅੱਜ ਮੈਂ ਇਹਨਾਂ ਨੂੰ ਛੱਡ ਕੇ ਮੈਂ ਆਪਣੇ ਬੱਚਾਂ ਦੇ ਸਿਰ ਤੇ ਬਹਿ ਜਾ ਮੈਨੂੰ ਇੱਕ ਰੋਟੀ ਨਾ ਮਿਲੇ ਹੂੰ ਮੈਂ ਮੈਮ ਜੋ ਸਾਫ਼ ਗੱਲ ਹੈ ਸਹੀ ਏ ਇਹ ਮੈਨੂੰ ਵੀ ਰੋਟੀ ਦੇ ਰਹੇ ਆ ਜੋ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਰੋਟੀ ਦੇ ਰਹੇ ਕਈ ਲੋਕਾਂ ਨੂੰ ਰੋਜ਼ਗਾਰ ਮਿਲਿਆ ਰੋਜ਼ਗਾਰ ਮਿਲ ਰਿਹਾ ਹੈ ਔਰ ਕਰ ਰਹੇ ਆ ਭਈ ਮੈਂ ਮੈਂ ਤਾਂ ਇਹਨਾਂ ਦੇ ਸਿੱਟੇ ਆ ਜੇ ਇਹ ਨਹੀਂ ਤੇ ਮੈਂ ਨਹੀਂ ਦੇਖੋ ਕਈ ਵਾਰ ਕੋਈ ਡਾਕ ਨਾ ਬੜਾ ਸੀਰੀਅਸ ਵੀ ਹੋ ਜਾਂਦਾ ਤਾਂ ਉਹਨੂੰ ਹਸਪੀਟਲਾਈਜ਼ ਕਰਵਾਉਂਦੇ ਆ ਕੋਈ ਡਾਕਟਰ ਨਹੀਂ 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 ਜੋ ਜ਼ਿਆਦਾ ਸੀਰੀਅਸ ਹੈ ਡਾਕਟਰ ਗਿੰਦਰਾ ਹੈ ਨਾ ਔਰ ਜਦੋਂ ਮੇਰੇ ਬੱਚੇ ਨਿੱਕੇ ਨਿੱਕੇ ਹੁੰਦੇ ਸੀਗੇ ਤਦੋਂ ਮੈਂ ਦੱਸਿਆ ਜਦੋਂ ਮੇਰੇ ਘਰੇ ਹੁੰਦੇ ਸੀ ਜਦੋਂ ਮੈਂ ਗਰੀਬੀ ਜ਼ਿਆਦਾ ਸੀਗੀ ਜਦ ਮੈਂ ਤੁਹਾਨੂੰ ਦੱਸਦੀਆਂ ਮੇਰੇ ਬੱਚੇ ਸਾਈਕਲ ਸੀਗਾ ਮੇਰੇ بیٹے ਕੋਲ ਮੇਰੀ ਬੇਟੀ ਪਿੱਛੇ ਸਾਈਕਲ ਤੇ ਬੈਠ ਕੇ ਡੋਗੀ ਨੂੰ ਬਿਠਾ ਕੇ ਨਾ ਲੈ ਜਾਂਦੇ ਸੀ ਡਾਕਟਰ ਗਿੰਦਰਾ ਦੇ ਅੱਛਾ ਉਦੋਂ ਦੇ ਜੁੜੇ ਹੋਏ ਆ ਇਹ ਡਾਕਟਰ ਗਿੰਦਰਾ ਮੇਰੇ ਨਾਲ ਅਸੀਂ ਉਹਨਾਂ ਦੇ ਦਾਖਲ ਕਰਾ ਦਿੱਤਾ ਸੀ ਫ੍ਰੀ ਹਲਾਸ ਹਾਂ ਉਹ ਕਰ ਦਿੰਦੇ ਟ੍ਰੀਟਮੈਂਟ ਦੇਣ ਨੇ ਪੈਸੇ ਨਹੀਂ ਲੈਂਦੇ ਸਾਡੇ ਕੋਲ ਮੈਡੀਸਨ ਦੇ ਲੰਦੇ ਟਰੀਟਮੈਂਟ ਦੇ ਨਹੀਂ ਲੈਂਦੇ ਚੰਗੇ ਇਨਸਾਨ ਚੰਗੇ ਦਿਲ ਵਾਲੇ ਇਨਸਾਨ ਸਾਡੇ ਨਾਲ ਜੁੜੇ ਹੋਏ ਆ ਤਾਂ ਹੀ ਆਸ਼ਰਮ ਇਹਨੂੰ ਲੱਗਦਾ ਜਾਂਦਾ ਪਿਆ ਹਾਂ ਜੀ ਚੱਲਦਾ ਪਿਆ ਸਾਰੇ ਮੇਰੇ ਨਾਲ ਬਹੁਤ ਵਧੀਆ ਲੋਕੀ ਜੁੜੇ ਹੋਏ ਆ ਬਹੁਤ ਮਤਲਬ ਕਿ ਵਧੀਆ ਵਾ ਇਹ ਇਹ ਹੈ ਕਿ ਮੈਨੂੰ ਆਸਤਰ ਕਿਸੇ ਨੂੰ ਫੋਨ ਕਰਕੇ ਨਹੀਂ ਕਹਿਣਾ ਪਿਆ ਵੀ ਮੈਨੂੰ ਆ ਚਾਹੀਦਾ ਮੈਂ ਆਪਣੇ ਵਟਸਐਪ ਦੇ ਸਟੇਟਸ ਤੇ ਇੱਕ ਮੈਸੇਜ ਪਾਉਣਾ ਹੈ ਮੈਂਬਰ ਮੈਂ ਆ ਕਿਸ਼ਤ ਦੇਣੀ ਆ ਮੈਂ ਦੁੱਧ ਵਾਲੇ ਦੇ ਪੈਸੇ ਦੇਣੇ ਆ ਮੇਰੇ ਜਨਰੇਟਰ ਦੀ ਸਰਵਿਸ ਹੋਣਾ ਲੀਆ ਮੇਰੇ ਆ ਕੰਮ ਆ ਜਾ ਅਜ ਤਾਂ ਹੋ ਗਿਆ ਮੇਰੇ ਬੱਚਿਆਂ ਲਈ ਬੈੱਡ ਹੈ ਨਹੀਂ ਕੰਬਲ ਹੈ ਨਹੀਂ ਆ ਸਰਦੀਆਂ ਆਉਣ ਆਲੀਆਂ ਮੈਂ ਕੁਛ ਟਿਸਿਸ ਪਾਣਾ ਮੇਰੇ ਬੱਚਿਆਂ ਲਈ ਕੰਬਲ ਚਾਹੀਦੇ ਆ ਗੱਦੇ ਚਾਹੀਦੇ ਆ ਹਾਂ ਮੇਰਾ ਰੱਬ ਨਾਲ ਆ ਮੇਰਾ ਦਾਤਾ ਮੈਨੂੰ ਆਪੇ ਮਿਲ ਜਾਂਦੇ ਬਾਕੀ ਤੁਹਾਡੇ ਵਰਗੇ ਇੰਟਰਵਿਊ ਵਾਲੇ ਆ ਜਾਂਦੇ ਲੋਕੀ ਹੋਰ ਜੁੜੀ ਜਾਂਦੇ ਜੇ ਲੋਕੀ ਮੈਨੂੰ ਛੱਡ ਕੇ ਵੀ ਜਾਂਦੇ ਆ ਤੁਹਾਡੇ ਵਰਗੇ ਆ ਜਾਂਦੇ ਇੰਟਰਵਿਊ ਲੈਣੇ ਰੱਬ ਦੇ ਰੂਪ ਉਹ ਹੋਰ ਨਾਲ ਜੋੜ ਦਿੰਦੇ ਆ ਦੇਖੋ ਨਾ ਨਾਲ ਦੇ ਨਾਲ ਜਿੱਦਾਂ ਕਹਿੰਦੇ ਕਿ ਇਨਸਾਨ ਜੁੜਦੇ ਨਾਲ ਦੇ ਨਾਲ ਫਿਰ ਬਹੁਤ ਸਾਰੇ ਡੌਗਸ ਵੀ ਡੌਗਸ ਵੀ ਹਾਂ ਜਿਵੇਂ ਤੁਸੀਂ ਇੰਟਰਵਿਊ ਦਿੱਤੇ ਲੈ ਕੇ ਗਏ ਹਨ ਹੋਰ ਲੋਕਾਂ ਨੇ ਦੇਖੀ ਫਿਰ ਉਹ ਵੀ ਫੋਨ ਕਰਦੇ ਮੈਮ ਛੱਡ ਜੀ ਛੱਡ ਜੋ ਉਹ ਕਈ ਸ਼ੈਲਟਰ ਵਾਲੇ ਤਾਂ ਫੋਨ ਨੰਬਰ ਤਾਂ ਉਹਨਾਂ ਨੇ ਦਿੱਤੇ ਹੁੰਦੇ ਆ ਔਰ ਕਈ ਲੋਕੀ ਰੋ ਰੋ ਕੇ ਕਹਿੰਦੇ ਹੁੰਦੇ ਮੈਮ ਸਾਡਾ ਫੋਨ ਉਹ ਚੱਕਦੇ ਹੀ ਨਹੀਂ ਔਰ ਤੁਸੀਂ ਪਹਿਲੀ ਰਿੰਗ ਤੇ ਹੀ ਫੋਨ ਚੱਕ ਲੈਣਾ ਕਿਉਂਕਿ ਮੇਰੇ ਕੋ ਫੋਨ ਉਹਨਾਂ ਦਾ ਪਿਆਰ ਹੁੰਦਾ ਜੋ ਮੇਰਾ ਨੰਬਰ ਉਹੀ ਸ਼ੈਲਟਰ ਦਾ ਇੱਕੋ ਹੀ ਨੰਬਰ ਆ ਚੱਲਦਾ ਮੇਰੇ 24 ਘੰਟੇ ਮੇਰੇ ਕੋਲ ਹੀ ਪਿਆ ਰਹੂਗਾ ਮੈਂ ਕਦੀ ਬੰਦ ਨਹੀਂ ਕੀਤਾ ਪਰ ਹੁਣ ਰਾਤ ਨੂੰ 9 ਵਜੇ ਤੋਂ ਬਾਅਦ ਬੰਦ ਕਰ ਦੇਣੀ ਹੈ ਕਰ ਦੇਣੀ ਕਿਉਂਕਿ ਜੋ ਲੋਕੀ ਜਾਤਾ ਤੰਗ ਕਰਦੇ ਹੈ ਨਾ ਅੱਛਾ ਜਦੋਂ ਕੋਈ ਆਪਣਾ ਡੌਗ ਘਰ ਦਾ ਪਾਲਤੂ ਡੌਗ ਤੁਹਾਡੇ ਕੋਲ ਛੱਡਣਾ ਚਾਹੁੰਦਾ ਤੇ ਇਹ ਪਹਿਲੇ ਤਾਂ ਲੈ ਲੈਂਦੇ ਸੀ ਹੁਣ ਦਿੱਕਤ ਆਂਦੀ ਹੈ ਇੱਕ ਤਾਂ ਦੇਖੋ ਪਹਿਲਾਂ ਲੈ ਲੈਂਦੀ ਸੀ ਪਹਿਲਾਂ ਇਹ ਹੁੰਦਾ ਸੀ ਵੀ ਲੋਕੀ ਮੇਂ ਨੰਨੇ ਨਹੀਂ ਜੁੜੇ ਹੁੰਦੇ ਸੀ ਉਹ ਕਹਿੰਦੇ ਸੀ ਵੀ ਖਰਚਾ ਪਾਣੀ ਦਵਾਂਗੇ ਤੁਹਾਡੇ ਜਿਹੜੇ ਆ ਤਵਾਰਾ ਡੋਗੀ ਆ ਹਨਾ ਇੰਡੀਅਨ ਡੋਗਾ ਉਹਨਾਂ ਦਾ ਵੀ ਅਸੀਂ ਖਰਚਾ ਚੱਕਾਂਗੇ ਬਈ ਜਾ ਕੇ ਬਾਹਰ ਉਹਨਾਂ ਨੇ ਤਾਂ ਫੋਨ ਚੱਕਣਾ ਹੀ ਬੰਦ ਕਰ ਦਿੰਦੇ ਕੋਣ ਕਿਹੜਾ ਡੋਗੀ ਉਹਨਾਂ ਦਾ ਆਪਣੇ ਡੋਗੀ ਨੂੰ ਭੁੱਲ ਜਾਂਦੇ ਲੋਕੀ ਉਹ ਆਪਣੇ ਮਾਪੇ ਭੁੱਲ ਜਾਂਦੇ ਡੋਗੀ ਤਾਂ ਦੂਰ ਦੀ ਗੱਲ ਛੱਡੋ ਠੀਕ ਹੈ ਨਾ ਉਦੋਂ ਮੈਂ ਲੈ ਲੈਂਦੀ ਸੀ ਮੈਨੂੰ ਇਹ ਹੁੰਦਾ ਸੀ ਮੇਰੇ ਬੱਚਿਆਂ ਦਾ ਖਰਚਾ ਨਿਕਲੇਗਾ ਉਦੋਂ ਤਾਂ ਮੈਨੂੰ ਵੀ ਲੋੜ ਸੀਗੀ ਵੀ ਹਾਂ ਮੈਂ ਮੇਰੇ ਨਾਲ ਜੁੜ ਨਹੀਂ ਲੋਕੀ ਤਾਂ ਹੁਣ ਨਹੀਂ ਲੈਂਦੀ ਹੁਣ ਨਹੀਂ ਲੈਣੇ ਬੰਦ ਕਰਦੇ ਹੁਣ ਕਿਉਂਕਿ ਇੱਕ ਗੱਲ ਹੋਰ ਵੀ ਹੈ ਨਾ ਜਿਵੇਂ ਪਾਲੇ ਹੋਏ ਡੌਗੀ ਦੇ ਕੇ ਜਾਂਦੇ ਆ ਨਾ ਮੈਂ ਪਹਿਲਾਂ ਖਾਣਾ ਛੱਡਦੇ ਆ ਸਭ ਤੋਂ ਪਹਿਲਾਂ ਖਾਣਾ ਛੱਡ ਦੇ ਖਾਣਾ ਨਹੀਂ ਖਾਣਗੇ ਫਿਰ ਬਿਮਾਰ ਹੁੰਦੇ ਆ ਫਿਰ ਡ੍ਰਿਪ ਲਗਾਉਨੇ ਆ ਕਿ ਤੱਕ ਐਸੇ ਹੁੰਦੇ ਜਿਹੜੇ ਡ੍ਰਿਪ ਲਗਾਉਂਦੇ ਨਹੀਂ ਪੈਂਦੇ ਆ ਬੜੀ ਮੁਸ਼ਕਿਲ ਸਾਨੂੰ ਬੇਹੋਸ਼ ਕਰ ਕਰਕੇ ਡ੍ਰਿਪ ਲਉਣੀ ਪੈਂਦੀ ਬੜੇ ਔਖੇ ਹੈਂਡਲ ਕਰਦੇ ਆ ਉਹਨਾਂ ਚੋਂ ਅਗਰ ਜੇ ਬਚ ਜਾਏ ਨਾ ਫਿਰ ਉਹ ਸਾਡਾ ਫਿਰ ਡਰੱਜ ਕੇ ਪਿਆਰ ਕਰਦਾ ਫਿਰ ਸਾਡੇ ਕੋਲ ਰਹਿ ਪੈਂਦਾ ਨੋ ਨਹੀਂ ਬੱਚਾ ਰੱਬ ਨੂੰ ਪਿਆਰ ਫਿਰ ਕਿਉਂ ਆਪਾਂ ਰਿਕਸ਼ ਲੈ ਕੇ ਪਾਪ ਖੱਟੀਏ ਹੁਣ ਮੈਂ ਸਿੱਧਾ ਜਵਾਬ ਦੇ ਦੇਣੀ ਅਗਲਿਆਂ ਨੂੰ ਇੱਕੋ ਹੀ ਗੱਲ ਕਹਿ ਦੇਣੀ ਤੁਸੀਂ ਕੈਮਰੇ ਲਵਾਓ ਜੀ ਨੌਕਰ ਰੱਖੋ ਜੀ ਆਪਣੇ ਬੱਚੇ ਦਾ ਆਪੇ ਖਿਆਲ ਕਰੋ ਇੱਥੇ ਮੇਰੇ ਤੋਂ ਵੀ ਤਾਂ ਵੀਡੀਓ ਮੰਗਾਉਂਗੀ ਸਾਡਾ ਬੱਚਾ ਕਿਵੇਂ ਆ ਉਹ ਮੇਰੀ ਵੀ ਉਮਰ ਹੁਣ 50 ਸਾਲ ਹੁੰਦੀ ਜਾਂਦੀ ਹੈ ਹੁਣ ਇਹ ਲੋਕਾਂ ਚ ਗਲੀਆਂ ਚ ਛੱਡੇ ਹੋਏ ਤਾਂ ਫਿਰ ਲੈ ਲੈਣੀਆਂ ਚੱਕ ਲੈਣੀਆਂ ਵੀ ਲੋਕ ਕਹਿੰਦੇ ਅੱਛੇ ਛੱਡਤਾ ਜੀ ਕਿਸੇ ਦਾ ਪੈਟ ਆ ਗਿਆ ਪਾਲਿਆ ਹੋਇਆ ਫਟਾ ਪਾਇਆ ਹੋਇਆ ਨਸਲਾਂ ਉਹ ਤਾਂ ਚਲੋ ਸਾਨੂੰ ਚੁੱਕਣਾ ਹੀ ਪੈ ਜਾਂਦਾ ਹੁਣ ਲੋਕੀ ਜਦੋਂ ਫੋਨ ਕਰਦੇ ਨਾ ਹੁਣ ਉਹ ਨਹੀਂ ਮਿਲਦੀ ਅੱਛਾ ਲੋਕਾਂ ਨੇ ਕਦੀ ਇਹ ਨਹੀਂ ਕਿਹਾ ਕਿ ਐਡਾਪਟ ਵੀ ਕਰ ਲਈ ਛੱਡਣ ਵਾਸਤੇ ਤਾਂ ਕਾਫੀ ਜ਼ਿਆਦਾ ਆਂਦੇ ਨੇ ਐਡਾਪਸ਼ਨ ਵਾਸਤੇ ਨਹੀਂ ਕੋਈ ਆਂਦੇ ਛੋਟੇ ਬੱਚੇ ਮੰਗਦੇ ਅੱਛਾ ਛੋਟੇ ਹੀ ਚਾਹੀਦੇ ਛੋਟੇ ਚਾਹੀਦੇ ਵੱਡੇ ਜਿਆਦੀ ਉਮਰ ਦੇ ਨਹੀਂ ਲੈ ਕੇ ਜਾਂਦੇ ਮੈਂ ਕਹਿੰਨੀ ਨਾ ਸਾਲ ਦੋ ਸਾਲ ਕਰ ਲੋ ਸੇਵਾ ਮੈਂ ਵੀ ਤਾਂ ਕਰ ਹੀ ਰਹੀ ਆ ਨਹੀਂ ਉਹ ਨਹੀਂ ਲੈਣੇ ਛੋਟੇ ਚਾਹੀਦੇ ਸਾਲ ਦਾ ਹੋਵੇ 6 ਮਹੀਨੇ ਦਾ ਹੋਵੇ ਇਹ ਚਾਹੀਦਾ ਫ੍ਰੀ ਹੈ ਫ੍ਰੀ ਪਹਿਨ ਚਾਹੀਦੇ ਨਸਲ ਵਾਲਾ ਨਸਲ ਵਾਲਾ ਨਸਲ ਵਾਲਾ ਚਾਹੀਦਾ ਫ੍ਰੀ ਨਹੀਂ ਕੋਈ ਵੀ ਲੈਣਾ ਐਸੀ ਜਦੋਂ ਸੁਣਦੇ ਨਾ ਤਾਂ ਬੜਾ ਅਜੀਬ ਲੱਗਦਾ ਕਿ ਆ ਤਾਂ ਤੁਸੀਂ ਫਿਰ ਸੇਵਾ ਕਰਨੀ ਹੈ ਬਾਹਰ ਹੀ ਕਰ ਲਓ ਹੈਨਾ ਫਿਰ ਜੇ ਸੇਵਾ ਤਾਂ ਮੈਂ ਕਹਿੰਦੀ ਦੁਕਾਨਾਂ ਤੇ ਜਾਓ ਜੀ ਫਿਰ ਪੂਜਾ ਦੇ ਸ਼ੈਲਟਰ ਨਾ ਆਓ ਦੁਕਾਨਾਂ ਤੇ ਜਾਓ ਖਰਚੋ ਤੁਸੀਂ ਪੈਸੇ ਮੈਂ ਮੈਂ ਦੁਕਾਨਾਂ ਤੋਂ ਵੀ ਬੱਚੇ ਝੜਾਏ ਹੋਏ अच्छा शेल्टर ਚੋ ਮੇਰੀ ਸ਼ਿਟ ਨੂੰ ਚੜਾਈ ਹੋਈ ਆ ਬ্লাইਂਡਾ ਬੱਚੇ ਕਰਾ ਕਰਾ ਕੇ ਦੁਕਾਨ ਮਤਲਬ ਕਿ ਕਿਸੇ ਨੇ ਘਰ ਚ ਰੱਖੀ ਹੋਈ ਸੀ ਬੱਚੇ ਕਰਾ ਕਰਾ ਕੇ ਉਹਦਾ ਬੁਰਾ ਹਾਲ ਕੀਤਾ ਵੈਸੇ ਅੱਖਾਂ ਚੋਂ ਇੰਨੀ ਸੀ ਉਹ ਵੀ ਮੈਂ ਛਡਾਈਏ ਪਰ ਮੈਂ ਉੱਧਰ ਰੱਖੀ ਹੋਈ ਆ ਉਹ ਥੋੜੀ ਬਲਾਈਂਡ ਹੈ ਕਦੀ ਕਿਤੇ ਚ ਵੱਜਦੀ ਹੈ ਕਦੀ ਕਿਤੇ ਚ ਵੱਜਦੀ ਹੈ ਉਹ ਮੈਂ ਆਪਣੇ ਕਮਰੇ ਚ ਹੀ ਰੱਖਦੀ ਆ ਉਹਨੂੰ ਜਿਆਦਾ ਬਾਹਰ ਨਹੀਂ ਕੱਢਦੀ ਅੱਛਾ ਜਿਹੜੇ ਕਈ ਕੁੱਤੇ ਆਨੇ ਤੁਹਾਡੇ ਕੋਲ ਹੈ ਤਾਂ ਵੀ ਹੈ ਕਿ ਪੈਂਦੇ ਵੀ ਹੋਣ ਵੱਢਦੇ ਵੀ ਹੋਣ ਆ ਮੈਂ ਤਾਂ ਗੱਲ ਕਰਦੀਆਂ 6 6-7 ਮਹੀਨੇ ਪਹਿਲਾਂ ਇੱਕ ਡੌਗੀ ਆਇਆ ਉਹ ਗਲੀਆਂ ਚ ਕਿੰਨਿਆਂ ਨੂੰ ਵੱਢ ਚੁੱਕਿਆ ਹੈਨਾ ਤੇ ਉਹ ਮੇਰੇ ਕੋਲ ਆਇਆ ਹੈਨਾ ਉਹਨੂੰ ਮੈਂ 2 ਮਹੀਨੇ ਤਾਂ ਇੱਕ ਬੜੇ ਹਾਲ ਚ ਸ਼ਰਾਰਤੀ ਬੱਚਿਆਂ ਦਾ ਛੱਡਿਆ ਬੀਜੇ ਕਿਸੇ ਨੂੰ ਪਾਊਗਾ ਤੇ ਇਹ ਆਪੇ ਸਾਮ ਲੈਣਗੇ ਮਗਰ ਉਹਨੇ ਦੋ ਬੱਚੇ ਮੇਰੇ ਨਾ ਪੈ ਕੇ ਅਟੈਕ ਨਾਲ ਹੀ ਮਰ ਗਏ ਫਿਰ ਉਹਨੂੰ ਮੈਂ ਇਕੱਲੇ ਕਮਰੇ ਚ ਘਰਤਾ ਇੱਕ ਇਕੱਲੇ ਕਮਰੇ ਚ ਤੂੰ ਇਕੱਲੇ ਕਮਰੇ ਚ ਹੀ ਰਹਿ ਤਾਂ ਉਹਨੂੰ ਮੈਂ ਤੁਸੀਂ ਇਹ ਮੰਨੋ ਕਿ 6 ਮਹੀਨੇ ਬਾਅਦ ਬਾਹਰ ਗਲੀ ਚ ਆ ਗਲੀ ਚ ਛਾੜਦਾ ਕਿ ਕਿ ਜਲੇ ਤੇ ਫਿਰ ਜਲ ਹੁਣ ਤੂੰ ਰਹਿਣ ਦੇ ਤੂੰ ਅੰਦਰ ਨਾ ਰਹਿ ਤੂੰ ਅੰਦਰ ਬੱਚਿਆਂ ਨੂੰ ਮਾਰਦਾ ਮੇਰੇ ਡੋਗੀਆਂ ਨੂੰ ਕੁੱਟਦਾ ਤੇ 6 ਮਹੀਨੇ ਬਾਅਦ ਵੀ ਦੇਖੋ ਰਹਿ ਕੇ ਉਹਨੇ ਦੋ ਜਾਣੇ ਗੁਜਰਾ ਨੇ ਮੁੰਡੇ ਨੂੰ ਵੜ ਲਿਆ ਤੇ ਇੱਕ ਮੇਰੇ ਕੰਮ ਕਰਨ ਮੁੰਡਾ ਆਂਦਾ ਸੀ ਉਹਨੂੰ ਵੜ ਲਿਆ ਦੋਨਾਂ ਨੂੰ ਵੱਡਿਆ ਇੰਨੀ ਬੁਰੇ ਤਰੀਕੇ ਨਾਲ ਚਲੋ ਗੁਜਰਾ ਨੇ ਤਾਂ ਮੈਨੂੰ ਕੀ ਵਿਚਾਰੇ ਬੋਲ ਬੋਲ ਕੇ ਚਲੇ ਗਏ ਉਹ ਦੂਜਾ ਮੁੰਡਾ ਹੀ ਹਟ ਗਿਆ ਆਇਆ ਹੀ ਨਹੀਂ ਉਹਨੂੰ ਫੇਰ ਫੜ ਕੇ ਮੈਨੂੰ ਕਮਰੇ 'ਚ ਕਰਨਾ ਪਿਆ ਕੁਝ ਬੱਚੇ ਤਾਂ ਐਸੇ ਹੁੰਦੇ ਐ ਹੈਂਡਲ ਹੀ ਨਹੀਂ ਹੁੰਦੇ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਹੁਣ ਨਾ ਤਾਂ ਉਹਦਾ ਮਾਲਕ ਫੋਨ ਕਰਦਾ ਨਾ ਕਦੀ ਉਹਨੇ ਪੁੱਛਿਆ ਔਰ ਨਾ ਹੀ ਕਦੀ ਉਹਨੇ ਕਿਹਾ ਵੀ ਇਹਦਾ ਖਰਚਾ ਭੇਜਦਾ ਜਿੰਨੇ ਚੁਕਾਇਆ ਗਲੀ ਚੋਂ ਆਪਣੀ ਗਲੀ ਸੇਫ ਹੋ ਗਈ ਹੂੰ ਪੂਜਾ ਕਿੱਦਾਂ ਰੱਖਦੀ ਐ ਕਿੱਦਾਂ ਨਹੀਂ ਰੱਖਦੀ ਕਦੀ ਨਹੀਂ ਫੋਨ ਆਇਆ ਵਾਕਿਆ ਬੜਾ ਔਖਾ ਐ ਕਿਉਂਕਿ ਜਦੋਂ ਡੌਗ ਪੈਂਦਾ ਹੋਵੇ ਕਿਸੇ ਨੂੰ ਫਿਰ ਇੱਕ ਤਰ੍ਹਾਂ ਸਾਨੂੰ ਨਹੀਂ ਕੁਝ ਕਹਿੰਦਾ ਸਾਨੂੰ ਕੁਝ ਵੀ ਨਹੀਂ ਕਹਿੰਦਾ ਸਾਡੇ ਨਾਲ ਤਾਂ ਲਾੜ ਕਰਦਾ ਹਾਲ ਚ ਛੱਡਦੇ ਆ ਤਾਂ ਹਾਲ ਦੇ ਡੌਗੀਆਂ ਨੂੰ ਫੜ ਲੰਦਾ ਕਿਸ ਨਾ ਕਿਸ ਨੂੰ ਐਸੀ ਬੁਰੀ ਤਰ੍ਹਾਂ ਮਾਰੇਗਾ ਨਾ ਉੱਥੇ ਵੀ ਨਹੀਂ ਰੱਖ ਸਕਦੇ ਬਾਹਰ ਗਲੀ 'ਚ ਛੱਡਦਾ ਬਾਹਰ ਗਲੀ 'ਚ ਬੱਚਿਆਂ ਨੂੰ ਪੈਂਦਾ ਬੜੇ ਬੁਰੀ ਤਰੀਕੇ ਨਾਲ ਫਿਰ ਹਾਰ ਕੇ ਫਿਰ ਇਕੱਲਾ ਹੀ ਕਮਰੇ 'ਚ ਕੀਤਾ ਕਾਫੀ ਚੁਣੌਤੀਆਂ ਆndੀਆਂ ਨੇ ਬਹੁਤ ਜ਼ਿਆਦਾ ਬਹੁਤ ਸਾਰਾ ਅੱਛਾ ਆਉਣ ਵਾਲੇ ਟਾਈਮ ਦੇ ਵਿੱਚ ਕੀ ਸੋਚਦੇ ਹੋ ਕਿਸ ਤਰ੍ਹਾਂ ਇਹਨਾਂ ਚੁਣੌਤੀਆਂ ਤੋਂ ਤੁਸੀਂ ਬਚੋਗੇ ਜਾਂ ਤੁਸੀਂ ਕਹੋਗੇ ਕਿ ਕਿੱਦਾਂ ਕਿ ਕੁਝ ਮਦਦ ਚਾਹੀਦੀ ਹੈ ਤਾਂ ਤੁਸੀਂ ਕਹਿ ਸਕਦੇ ਹੋ ਸਾਡੇ ਦਰਸ਼ਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਹੋਵੇ ਤੁਸੀਂ ਸਾਂਝੀ ਕਰ ਸਕਦੇ ਹੋ ਬਸ ਮੈਂ ਇਹੀ ਚਾਹਦੀ ਆ ਕਿ ਦੇਖੋ ਹੁਣ ਤੁਸੀਂ ਮੇਰੀ ਇੰਟਰਵਿਊ ਲੈ ਕੇ ਚੱਲਨੇ ਹੋ ਇੰਟਰਵਿਊ ਦੇਖਣਗੇ ਬੱਚੇ ਤਾਂ ਆਉਣਗੇ ਹੀ ਆਣਗੇ ਠੀਕ ਹੈ ਨਾ ਬੱਚੇ ਜ਼ਰੂਰ ਆਣਗੇ ਮਗਰ ਹੈਲਪ ਵੀ ਤੁਸੀਂ ਕਰੋ ਠੀਕ ਹੈ ਨਾ ਤੁਸੀਂ ਚਾਹੋ ਤਾਂ ਮੇਰੇ ਤੋਂ ਨੰਬਰ ਦੁੱਧ ਵਾਲੇ ਦਾ ਲੈ ਕੇ ਸਿੱਧੇ ਦੁੱਧ ਵਾਲੇ ਨੂੰ ਪੈਸੇ ਭਾ ਸਕਦੇ ਹੋ ਦਲੀਆ ਚਾਵਲ ਫੀਡ ਬੱਚਿਆਂ ਲਈ ਦੇ ਕੇ ਜਾ ਸਕਦਾ ਔਰ ਤੁਹਾਡੇ ਕੋਈ ਜਨਮ ਦਿਨ ਹੈ ਜਾਂ ਕੋਈ ਵਿਆਹ ਦੀ ਸਾਲਗਿਰ ਹੈ ਤੁਹਾਡੇ ਬੱਚਿਆਂ ਦਾ ਬਰਥਡੇ ਹੈ ਅਗਰ ਜੋ ਕੋਈ ਆਪਣੇ ਪੈਟ ਨੂੰ ਜ਼ਿਆਦਾ ਪਿਆਰ ਕਰਦਾ ਉਹਦਾ ਵੀ ਬਰਥਡੇ ਮਨਾਉਂਦੇ ਆ ਤੁਸੀਂ ਇੱਥੇ ਆ ਕੇ ਮਨਾ ਸਕਦੇ ਹੋ ਠੀਕ ਠੀਕ ਹੈ ਨਾ ਇੱਥੇ ਆ ਕੇ ਆਪਣੇ ਹੱਥਾਂ ਨਾਲ ਖਾਣਾ ਪਾ ਕੇ ਜਾ ਸਕਦੇ ਹੋ ਔਰ ਦੂਜਾ ਹੈ ਕਿ ਤੁਸੀਂ ਸਾਡੇ YouTube ਤੇ ਦੇਖ ਸਕਦੇ ਹੋ ਕਿ ਲੋਕੀ ਉਰੇ ਪਾ ਕੇ ਜਾਂਦੇ ਆ ਆਪਣੇ ਜਨਮ ਦਿਨ ਤੇ ਡੌਗ ਐਂਡ ਕੈਟ ਕੇ ਸਰਚ ਮਾਰੋਗੇ ਆਪਣੇ ਜਨਮ ਦਿਨ ਤੇ ਕਿਤੇ ਵੀ ਆ ਕੇ ਖਾਣਾ ਪਾ ਕੇ ਜਾਂਦੇ ਆ ਕਿ ਕੋਈ ਵੀ ਵਰਸੀ ਵੀ ਹੁੰਦੀ ਹੈ ਨਾ ਘਰ 'ਚ ਕਿਸੇ ਬਜ਼ੁਰਗ ਦੀ ਤਾਂ ਅੱਜ ਕੱਲ ਲੋਕੀ ਜ਼ਿਆਦਾਤਰ ਚਾਹੁੰਦੇ ਕਿ ਬੇਜ਼ਵਾਨਾਂ ਨੂੰ ਪਾ ਕੇ ਜਾਈਏ ਨਾ ਤੁਸੀਂ ਬੇਜ਼ਵਾਨਾਂ ਨੂੰ ਪਾ ਕੇ ਆਪਣੇ ਹੱਥ ਨਾਲ ਵੀ ਪਾ ਕੇ ਜਾ ਸਕਦੇ ਹੋ ਕੁਝ ਵੀ ਔਰ ਤੁਸੀਂ ਦਾਨ ਕਰਨਾ ਉਹ ਵੀ ਤੁਸੀਂ ਆਪਣੇ ਹੱਥਾਂ ਨਾਲ ਕਰ ਸਕਦੇ ਹੋ ਆ ਕੇ ਵਾਕਈ ਬਹੁਤ ਬਹੁਤ ਵਧੀਆ ਸੇਵਾ ਤੁਸੀਂ ਕਰ ਰਹੇ ਹੋ ਹੈਨਾ ਬੇਜ਼ੁਬਾਨਾਂ ਦੀ ਸੇਵਾ ਕਿਤੇ ਜਾ ਕੇ ਰੱਬ ਸੁਣਦਾ ਕਿਤਨਾ ਕਿਤੇ ਹੁਣ ਕਿਤਨਾ ਕਿਤੇ ਜੋ ਬਹੁਤ ਸਾਰੀ ਟੈਨਸ਼ਨ ਆ ਤੁਹਾਡੇ ਜ਼ਹਿਨ ਚ ਸੀਗੀਆਂ ਸ਼ਾਇਦ ਇਹਨਾਂ ਨੂੰ ਦੇਖ ਕੇ ਦੂਰ ਹੋ ਜਾਂਦੀ ਆ ਹੋਣੀ ਆ ਜਦੋਂ ਤੁਹਾਨੂੰ ਲਾੜ ਲੜਾਉਂਦੇ ਹੋਣਗੇ ਪਿਆਰ ਕਰਦੇ ਹੋਣਗੇ ਆ ਦੇਖੋ ਤੁਹਾਡੇ ਨਾਲ ਇੰਟਰਵਿਊ ਦੇ ਵਿੱਚ ਬੈਠੇ ਹੋਏ ਆ ਬੋਲੇ ਵੀ ਨਹੀਂ ਹੈ ਇਹਨਾਂ ਦਾ ਸ਼ੋਰ ਵੀ ਨਹੀਂ ਮਚਾਏ ਨੇ ਤਾਂ ਡੌਗਸ ਮੋਸਟ ਇਹ ਜਿੱਥੇ ਇਹ ਤਿੰਨੋਂ ਦਾ ਐਦਾਂ ਦੇ ਨੇ ਤਿੰਨੋਂ ਕੀ ਸਾਰੇ ਜਿਹੜੇ ਮੇਰੇ ਕੋਲ ਉੱਪਰ ਨੇ ਜਿਵੇਂ ਬੈਠੀ ਆ ਨਾ ਇੱਥੇ ਇਹਨਾਂ ਨੇ ਬੈਠੇ ਰਹਿਣਾ ਜੇ ਮੈਂ ਕਿਤੇ 2 ਮਿੰਟ ਲਈ ਵੀ ਗਈ ਆ ਨਾ ਇਹਨਾਂ ਨੇ ਬਾਹਰ ਹੀ ਚੱਕ ਕੇ ਜਾਣਾ ਸਾਡੀ ਮਾਂ ਕਦੋਂ ਆਉਗੀ ਔਰ ਮੈਂ ਕਹਿੰਦੀ ਆ ਕਿ ਬਾਬਾ ਤਾਂ ਰੋਣ ਲੱਗ ਜਾਂਦਾ ਜੇ 1 ਮਿੰਟ ਲਈ ਵੀ ਮੈਂ ਜਾਵਾਂ ਕਿ ਪਤਾ ਨਹੀਂ ਮੈਂ ਉਹੀ ਸੋਚਦੀ ਰਹਿੰਦੀ ਮੈਂ ਕੈਮਰੇ ਲਵਾਏ ਹੋਏ ਆ ਇੱਥੇ ਤਾਂ ਚੋਰੀ ਨਾ ਕੈਮਰਾ ਲਵਾਇਆ ਹੋਇਆ ਆਪਣੇ ਕਮਰੇ ਦਾ ਕਿ ਮੈਨੂੰ ਵਿਸ਼ਵਾਸ ਨਹੀਂ ਕਿਸੇ ਦੀ ਮੇਰੇ ਬੱਚੇ ਨੂੰ ਬਾਹਰ ਤੇ ਨਹੀਂ ਕੱਢ ਦਿੰਦੀ ਏਸੀ ਲੱਗਾ ਨਾ ਨਾਲ ਵਾਲੇ ਕਮਰੇ 'ਚ ਤੇ ਏਸੀ 'ਚ ਬੈਠਦੇ ਅੰਗੇ ਮੈਨੂੰ ਵੀ ਮੈਂ ਇਹ ਚੀਜ਼ਾਂ ਦੇਖਦੀ ਰਹਿੰਦੀ ਆ ਔਰ ਮੈਂ ਚੋਰੀ ਲਾਇਆ ਉੱਥੇ ਮੇਰੇ ਬੱਚੇ ਨੂੰ ਬਹੁਤ ਨਹੀਂ ਗਰਮੀ ਚ ਕੱਢ ਦਿੰਦੀ ਇਹਨੇ ਕਿ ਤਿੰਨ ਚਾਰ ਕੀ ਉੱਧਰ ਪੰਜ ਛੇ ਉੱਧਰ ਵੀ ਬੈਠੇ ਲੇਗੇ ਮੈਂ ਇਹ ਜਾਨਣਾ ਨੇ ਇਹ ਕਿ ਕੀ ਇਹਨਾਂ ਨੇ ਪਹਿਲਾਂ ਬੜੇ ਦੁੱਖ ਦੇਖੇ ਮਾਲਕਾਂ ਤੋਂ ਜੁਦਾ ਹੋ ਕੇ ਤੇ ਉਹ ਦੂਸਰੇ ਵਾਲੇ ਤਾਂ ਜਸਟ ਕਰ ਲੈਂਦੇ ਕਿ ਇਹ ਲੋ ਦੁੱਖ ਦੇਖੇ ਹੋਏ ਨਾ ਨਹੀਂ ਜਸਟ ਨਹੀਂ ਕਰ ਬੰਦੇ ਕਿ 500 ਡੌਗਸ ਨੂੰ ਤੁਸੀਂ ਸੰਭਲ ਰਹੇ ਹੋ 500 ਬਹੁਤ ਵੱਡੀ ਤੁਸੀਂ ਕਹਿ ਸਕਦੇ ਹੋ ਇੱਕ ਆંકੜਾ ਹੈ ਨਾ ਉਹਨਾਂ ਨੂੰ ਖਾਣਾ ਪੀਣਾ ਸਭ ਕੁਝ ਤੁਸੀਂ ਕਰ ਰਹੇ ਹੋ ਔਰ ਕਿਤੇ ਨਾ ਕਿਤੇ ਦੁਆਵਾਂ ਮ ਜ਼ਰੂਰ ਲੱਗਦੀਆਂ ਨੇ ਮੈਂ ਕਹਿੰਨੀ ਆ ਕਿ ਤੁਸੀਂ ਵੀ ਇਦਾਂ ਹੀ ਖੁਸ਼ ਰਹੋ ਤੇ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ ਔਰ ਲੋਕ ਤੁਹਾਡੇ ਨਾਲ ਜੁੜਨ ਜਿੰਨੀ ਹੋ ਸਕੇ ਹੈਲਪਰ ਅਸੀਂ ਆਹੀ ਗੁਜ਼ਾਰਿਸ਼ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਚੈਨਲ ਸਿਰਲੇਖ ਦੇ ਉੱਤੇ ਆਪਣਾ ਕੀਮਤੀ ਸਮਾਂ ਦਿੱਤਾ ਸਤਿ ਸ੍ਰੀ ਅਕਾਲ ਪੂਜਾ ਰਾਣੀ ਜੋ ਡੌਗ ਸ਼ੈਲਟਰ ਚਲਾ ਰਹੇ ਨੇ ਇਹਨਾਂ ਨੂੰ ਮਦਰ ਮਦਰ ਆਫ ਡੌਗ ਵੀ ਕਿਹਾ ਜਾਂਦਾ ਹੈ ਹੈਨਾ ਤੇ ਇਹ ਜੋ ਕੁੱਤਿਆਂ ਦੀ ਸੇਵਾ ਕਰ ਰਹੇ ਨੇ ਇਹ ਸ਼ਲਾਘਾਯੋਗ ਹੈ ਮੈਂ ਚਾਹਨੀ ਹੈ ਕਿ ਬਹੁਤ ਸਾਰੇ ਲੋਕ ਇਹਨਾਂ ਦੇ ਨਾਲ ਜੁੜਨ ਤੇ ਜੋ ਇਹਨਾਂ ਨੂੰ ਮਦਦ ਦੀ ਜ਼ਰੂਰਤ ਹੈ ਉਹ ਜ਼ਰੂਰ ਕਰਨ ਅੱਜ ਦੇ ਬਾਰੇ ਬਸ ਇੰਨੇ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ ਹੋਰ ਕਿਸੇ ਸਖਸੀਅਤ ਨੂੰ ਤੁਹਾਡੇ ਰੂਬਰੂ ਜ਼ਰੂਰ ਪਹੁੰਚਾਵਾਂਗੇ ਫਿਰ ਹਾਲ ਵੀ ਨੂੰ ਇਜਾਜ਼ਤ ਚਾਹੁੰਦੀ ਹੈ